Yes, you are listening to the only 24/7 on-air Indian radio on 1674 AM. Radio Hanji. Apne vartna di khushbu par desanch kariye sanji. Sunde ro Radio Hanji. Hanji. ਤੁਸੀਂ ਸੁਣ ਰਹੇ ਹੋ ਜੀ ਰੇਡੀਓ ਹਾਂਜੀ 1674 AM। ਮੈਂ ਗੁਰਜੋਤ ਸਿੰਘ ਸੋਢੀ ਅਤੇ ਇੱਕ ਵਾਰੀ ਫਿਰ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਰੇਡੀਓ ਹਾਂਜੀ ਦੇ ਉੱਤੇ। ਸੋ ਫੈਡਰਲ ਬਜਟ ਆ ਚੁੱਕਿਆ ਜੀ, ਸਭ ਤੋਂ ਪਹਿਲਾਂ ਵਿਕਟੋਰੀਆ ਦਾ ਬਜਟ ਆਇਆ ਅਤੇ ਵਿਕਟੋਰੀਆ ਦੇ ਬਜਟ ਦੇ ਵਿੱਚ ਸਾਨੂੰ ਬੜੇ ਸਾਰੇ ਤੋਹਫੇ ਮਿਲੇ, ਯਾਨੀ ਕਿ ਸਾਨੂੰ ਪਤਾ ਲੱਗਾ ਕਿ ਸਾਡਾ ਬਜਟ 'ਤੇ ਬੜਾ ਸਰਪਲਸ ਦੇ ਵਿੱਚ ਜਾ ਰਿਹਾ। ਵਿਕਟੋਰੀਆ ਦੇ ਲੋਕਾਂ ਦੇ ਲਈ ਬੜੀਆਂ ਸਾਰੀਆਂ ਖੁਸ਼ਖਬਰੀਆਂ ਵੀ ਸਾਹਮਣੇ ਆਈਆਂ। ਫੈਡਰਲ ਬਜਟ ਦੇ ਵਿੱਚ ਵਿਕਟੋਰੀਅਨ ਸਰਕਾਰ ਇਸ ਵਕਤ ਨਾ ਖੁਸ਼ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਬੜੇ ਸਾਰੇ ਸਮਾਲ ਬਿਜ਼ਨਸਮੈਨ ਨੇ ਜਿਹੜੇ ਕਹਿ ਰਹੇ ਨੇ ਕਿ ਯਾਰ ਕੋਈ ਐਡੀ ਵਧੀਆ ਗੱਲ ਬਣੀ ਨਹੀਂ। 457 ਵੀਜ਼ਾ ਹੋਲਡਰਸ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ 457 ਵੀਜ਼ਾ ਪਾਉਣਾ ਆ, ਉਹਨਾਂ ਦੇ ਲਈ ਵੀ ਬੜੀਆਂ ਸਾਰੀਆਂ ਸਮੱਸਿਆਵਾਂ ਨੇ। ਉਹਨਾਂ ਨੂੰ ਵੀ ਹੋ ਸਕਦਾ ਕਿ ਵੱਧ ਪੈਸੇ ਪੇ ਕਰਨੇ ਪੈਣ। ਇਸ ਤੋਂ ਇਲਾਵਾ ਸਰਕਾਰ ਕਿੱਥੋਂ ਪੈਸਾ ਲਿਆ ਰਹੀ ਹੈ ਅਤੇ ਕਿੱਥੇ ਨੂੰ ਇਹ ਪੈਸਾ ਜਾ ਰਿਹਾ ਹੈ, ਇਹ ਸਾਰਾ ਚਰਚਾ ਕਰਨ ਦੇ ਲਈ ਇਸ ਵਕਤ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਜੀ ਸਰਦਾਰ ਪਰਮਪ੍ਰੀਤ ਸਿੰਘ ਜੀ ਰਾਜਪੂਤ, KPG ਟੈਕਸੇਸ਼ਨ ਤੋਂ ਸਰਦਾਰ ਪਰਮਪ੍ਰੀਤ ਸਿੰਘ ਜੀ ਰਾਜਪੂਤ। ਰਾਜਪੂਤ ਜੀ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ। ਹਾਂਜੀ, ਮੇਰੇ ਜਿੰਨੇ ਵੀ ਹਾਂਜੀ ਰੇਡੀਓ ਦੇ ਸਰੋਤੇ ਸੁਣ ਰਹੇ ਇਸ ਟਾਈਮ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਤੁਸੀਂ ਪਹਿਲਾਂ ਤਾਂ ਟਾਈਮ ਕੱਢਿਆ, ਕਿਉਂਕਿ ਆਹ ਦਿਨ 'ਤੇ ਮੈਨੂੰ ਲੱਗਦਾ ਹੁੰਦਾ ਕਿ ਅਕਾਊਂਟੈਂਸੀ ਲਈ ਸਭ ਤੋਂ ਬੜੇ ਬਿਜ਼ੀ ਦਿਨ ਹੁੰਦੇ ਆ ਜੀ। ਹਾਂਜੀ ਹੈਗੇ ਆ, ਪਰ ਜ਼ਰੂਰਤ ਹੈਗੀ ਸੀ ਕਿ ਜਿਹੜਾ ਬਜਟ ਜਿਹੜਾ ਡਿਸਕਸ ਕੀਤਾ ਜਾਵੇ ਜੀ, ਕਮਿਊਨਿਟੀ ਦੇ ਨਾਲ ਦੱਸਿਆ ਜਾਵੇ ਕਿ ਜਿਹੜਾ ਆਉਣ ਵਾਲਾ ਬਜਟ ਆ ਜੀ, ਉਹਦੇ ਕੀ ਫਾਇਦੇ ਅਤੇ ਨੁਕਸਾਨ ਆਪਣੀ ਕਮਿਊਨਿਟੀ ਨੂੰ ਹੋ ਰਹੇ ਆ ਜੀ, ਅਤੇ ਉਹਦੇ ਕਰਕੇ ਟਾਈਮ ਕੱਢਣਾ ਜ਼ਰੂਰੀ ਸੀ। ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਜੇ ਸ਼ੁਰੂਆਤ ਕਰਦੇ ਹਾਂ, ਪਹਿਲਾਂ ਆਪਾਂ ਅਕਾਊਂਟਿੰਗ ਪੱਖ ਤੋਂ ਆਪਾਂ ਵੇਖ ਲੈਂਦੇ ਹਾਂ, ਜਾਂ ਫਿਰ ਉਹਨੂੰ ਵੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਇੱਕ ਪੂਰੇ ਦੇ ਪੂਰੇ ਬਜਟ ਦੀ। ਜੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਬਜਟ। ਤਰੀਕੇ ਨਾਲ ਵੇਖਿਆ ਜਾਵੇ ਤੇ ਜਿੱਦਾਂ ਮੋਦੀ ਸਰਕਾਰ ਦਾ ਕਹਿੰਦੇ ਆ ਕਿ ਅੱਛੇ ਦਿਨ ਆਉਣ ਵਾਲੇ ਆ ਜੀ ਜੀ, ਤੇ ਅੱਛੇ ਦਿਨ ਕਹਿ ਕੇ ਹੀ ਫੈਡਰਲ ਬਜਟ ਇਹ ਕੱਢਿਆ ਗਿਆ, ਜਿਹਦੇ ਵਿੱਚ ਕੁਛ ਇੱਕ ਪਾਸਿਓਂ ਜੇ ਖੁੱਲ੍ਹ ਦਿੱਤੀ ਗਈ ਤਾਂ ਦੂਜੇ ਪਾਸਿਓਂ ਇਹਨਾਂ ਨੇ ਥੋੜ੍ਹਾ ਚੀਜ਼ਾਂ ਨੂੰ ਖਿੱਚਿਆ ਵੀ ਆ। ਮੇਨਲੀ ਜੇ ਮੋਟੇ ਤੌਰ 'ਤੇ ਵੇਖਿਆ ਜਾਵੇ ਤਾਂ ਇਹ ਇੱਕ ਬਜਟ ਜਿਹੜਾ ਜਿਹੜਾ ਫਸਟ ਹੋਮ ਬਾਇਰਸ ਹੈਗੇ ਆ ਉਹਨਾਂ ਦੇ ਫੇਵਰ 'ਚ ਆ। ਅੱਛਾ ਜੀ, ਮੋਟੇ ਤੌਰ 'ਤੇ ਜਿੰਨੇ ਫੋਰਨ ਇਨਵੈਸਟਰ ਨੇ ਜਾਂ ਫੋਰਨ ਵਰਕਰਸ ਨੇ ਉਹਨਾਂ ਦੇ ਖਿਲਾਫ ਆ। ਅੱਛਾ, ਕਿਉਂਕਿ ਜਿੱਦਾਂ ਕਿ ਇਹਨਾਂ ਨੇ ਪਹਿਲੇ ਪੋਲਿਸੀ 457 ਦੀ ਕੱਢੀ, ਇਹਨਾਂ ਨੇ ਕਾਫੀ ਇੱਕਦਮ ਸਰਪ੍ਰਾਈਜ਼ ਕੀਤਾ ਸਾਰੀ ਕਮਿਊਨਿਟੀ ਨੂੰ ਵੀ ਸਡਨਲੀ 457 ਜਿਹੜਾ ਬੰਦ ਜਾਂ ਕਹਿ ਲਓ ਵੀ ਰਾਹ ਔਖੇ ਕਰਤੇ ਇਹਨਾਂ ਨੇ। ਉਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਲੈ ਕੇ ਆਉਣੀਆਂ ਸੀ, ਅਤੇ ਉਹਦਾ ਇਫੈਕਟ ਜਿਹੜਾ ਇਹ ਫੈਡਰਲ ਬਜਟ 'ਚ ਵੇਖ ਰਹੇ ਹਾਂ ਆਪਾਂ ਜੀ। ਸੋ ਮੇਨ ਜਿਹੜਾ ਆਪਾਂ ਜੇ ਆਪਣੇ ਪੱਖ ਤੋਂ ਲਈਏ, ਕਿਉਂਕਿ ਹਰ ਕਿਸੇ ਨੂੰ ਇੱਕ ਆਪਣਾ ਤਾਂ ਹੁੰਦਾ ਨਾ ਕਿ ਮੇਰੇ ਲਈ ਕੀ ਹੈ ਇਸ ਬਜਟ ਦੇ ਵਿੱਚ, ਤਾਂ ਮੋਟਾ ਮੋਟਾ ਓਬਵੀਅਸਲੀ ਤੁਹਾਡੇ ਕੋਲ ਸਾਡੀ ਕਮਿਊਨਿਟੀ ਦੇ ਹਰ ਲੋਕ ਉਹ ਆਉਂਦੇ ਨੇ, ਚਾਹੇ ਉਹ ਇੱਕ ਆਮ ABN ਦੇ ਉੱਤੇ ਕੰਮ ਕਰਨ ਵਾਲਾ ਬੰਦਾ, ਜਾਂ ਫਿਰ ਉਹ ਜਿਹੜਾ ਵਾ ਤਨਖਾਹ ਵਾਲਾ ਬੰਦਾ ਹੈ ਕਿ ਜਿਹਨਾਂ TFN ਦੇ ਉੱਤੇ ਕੰਮ ਕਰ ਰਿਹਾ, ਜਿਹਦਾ ਆਪਣਾ ਬਿਜ਼ਨਸ ਵੀ ਆ। ਸੋ ਤੁਹਾਡੇ ਕੋਲ ਵੱਡੇ ਬਿਜ਼ਨਸਮੈਨ ਵੀ ਆਉਂਦੇ ਆ, ਛੋਟੇ ਬਿਜ਼ਨਸਮੈਨ ਵੀ ਆਉਂਦੇ ਆ, ਅਤੇ ਜੇ ਆਪਾਂ ਉਹਨਾਂ ਤੋਂ ਅੰਦਾਜ਼ਾ ਲਈਏ ਤਾਂ ਕੀ ਫਰਕ ਆ ਉਹਨਾਂ ਦੇ ਲਈ? ਟੈਕਨੀਕਲੀ ਵੇਖਿਆ ਜਾਵੇ ਜੇ ਆਪਾਂ ਜੇ ਸਮਾਲ ਬਿਜ਼ਨਸ ਦੀ ਗੱਲ ਕਰੀਏ, ਸਮਾਲ ਬਿਜ਼ਨਸ ਚਾਹੁੰਦਾ ਕਿ ਜਿਹੜੀ ਟਰਨਓਵਰ 10 ਮਿਲੀਅਨ ਤੋਂ ਸਾਲ ਦੀ ਘੱਟ ਹੋਵੇ ਜਾਂ 10 ਮਿਲੀਅਨ ਤੱਕ ਹੋਵੇ ਜੀ, ਉਹਦੇ ਵਾਸਤੇ ਇਹਨਾਂ ਨੇ ਆਪਣਾ ਬਜਟ ਨਿਊਟਰਲ ਹੀ ਰੱਖਿਆ। ਮੇਨ ਤੌਰ 'ਤੇ ਜੇ ਵੇਖਿਆ ਜਾਵੇ ਤਾਂ ਜੋ ਇਹਨਾਂ ਨੇ ਡੈਪਰੀਸ਼ੀਏਸ਼ਨ ਜਿਹੜੀ ਡਿਡਕਸ਼ਨ ਦਿੰਦੇ ਸੀ $220,000 ਦੀ, ਤੁਸੀਂ ਸਟੇਟਵੇ ਆਪਣੀ ਟੈਕਸੇਬਲ ਇਨਕਮ 'ਚ ਘਟਾ ਸਕਦੇ ਹੋ ਜੀ, ਉਹ ਉਹਨਾਂ ਨੇ ਉਹਨੂੰ ਪੋਲਿਸੀਜ਼ ਨੂੰ ਉੱਦਾਂ ਹੀ ਰੱਖਿਆ, ਅਤੇ ਉਹਦੇ ਵਿੱਚ ਕੋਈ ਇਹਨਾਂ ਨੇ ਉਤਾਰ ਚੜ੍ਹਾਅ ਨਹੀਂ ਕੀਤਾ। ਮੇਨ ਜਿਹੜਾ ਡਰ ਸੀ ਉਹ ਡਰ ਹੈਗਾ ਸੀ ਜਿਹੜੇ ਖਤਰੇ ਦੇ ਬੱਦਲ ਮੰਡਰਾਉਂਦੇ ਸੀ ਨੈਗੇਟਿਵ ਗੇਅਰ ਦੇ ਉੱਪਰ ਜੀ ਜੀ, ਜਿਹੜੀ ਕਿ ਹਰ ਇੱਕ ਨੂੰ ਵਖਤੇ ਹੀ ਕਿ ਜੇ ਇਨਵੈਸਟਮੈਂਟ ਪ੍ਰੋਪਰਟੀ ਲੈ ਲਈ ਆ ਅਤੇ ਜੇ ਕੱਲ੍ਹ ਨੂੰ ਨੈਗੇਟਿਵ ਗੇਅਰ ਮੁੱਕ ਗਿਆ ਤਾਂ ਸਾਡਾ ਕੀ ਬਣੂਗਾ, ਸਾਡਾ ਤਾਂ ਟੈਕਸ ਵੀ ਅਸੀਂ ਦੇ ਰਹੇ ਹਾਂ ਪਲੱਸ ਅਸੀਂ ਪ੍ਰੋਪਰਟੀ ਦੀ ਕਿਸ਼ਤਾਂ ਵੀ ਦਈਏ ਅਤੇ ਇਹਦੇ ਕੰਮ ਹੋ ਗਿਆ ਖਰਾਬ ਜੀ। ਪਰ ਉਹਦੇ ਵਿੱਚ ਬਚਾਅ ਹੋ ਗਿਆ, ਕੁਛ ਛੋਟੀ ਮੋਟੇ ਮਾਈਨਰਸ ਚੇਂਜਿਸ ਹੋਈਆਂ, ਮਾਈਨਰਸ ਚੇਂਜਿਸ ਇਨ ਦਾ ਸੈਂਸ ਕਿ ਇਹਨਾਂ ਨੇ ਜੋ ਇਕਵਿਪਮੈਂਟਸ ਜਿਹੜਾ ਹੋਮ ਓਨਰ ਆਪ ਲਾਊਗਾ ਉਹ 'ਤੇ ਡੈਪਰੀਸ਼ੀਏਸ਼ਨ ਉਹ ਚੀਜ਼ ਬੰਦਾ ਲੈ ਸਕਦਾ, ਜਿਹੜੇ ਇਕਵਿਪਮੈਂਟ ਪਹਿਲੇ ਲੱਗੇ ਹੋਏ ਆ ਉਹ 'ਤੇ ਨਹੀਂ, ਕੁਛ ਇੱਦਾਂ ਦਾ ਇਹਨਾਂ ਨੇ ਛੋਟੇ ਮੋਟੇ ਚੇਂਜਿਸ ਕੀਤੇ ਆ ਉਹਦੇ ਵਿੱਚ। ਪਰਮਪ੍ਰੀਤ ਜੀ, ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਬੜੇ ਸਾਰੇ ਲੋਕ ਨੇ ਜਿਹੜੇ ਨਾ ਇਸ ਚੀਜ਼ 'ਚ ਬਹੁਤ ਕਨਫਿਊਜ਼ ਆ, ਮੈਂ ਖੁਦ ਵੀ ਕਈ ਵਾਰੀ ਉਹ ਜਾਣਾ ਨਾ ਕਿ ਨੈਗੇਟਿਵ ਗੇਅਰਿੰਗ ਥੋੜ੍ਹਾ ਜਿਹਾ ਇਹਨੂੰ ਜੀ ਐਕਸਪਲੇਨ ਕਰ ਸਕੀਏ। ਹਾਂਜੀ ਦੋਸਤੋ, ਨੈਗੇਟਿਵ ਗੇਅਰ ਕੀ ਹੈਗਾ ਕਿ ਜਿੱਦਾਂ ਕਿ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਹੋ, ਇਨਵੈਸਟਮੈਂਟ ਪ੍ਰੋਪਰਟੀ ਇਨ ਦਾ ਸੈਂਸ ਕਿ ਜਿੱਥੇ ਤੁਸੀਂ ਆਪ ਨਹੀਂ ਰਹਿਣਾ, ਕਿਰਾਏ 'ਤੇ ਅੱਗੇ ਗਾਂਹ ਦੇਣਾ ਤੁਸੀਂ,
ਉਹਦੇ ਵਿੱਚ ਸਮਝੋ ਅਗਰ ਇਨਕਮ $10,000 ਦੀ ਸਮਝੋ ਤੁਹਾਨੂੰ ਰੈਂਟ 'ਤੇ ਆਈ ਹੈ, ਮੈਂ ਜਸਟ ਇਗਜ਼ੈਂਪਲ ਦੇ ਰਿਹਾ ਤੁਹਾਨੂੰ, ਉਹਦੇ ਵਿੱਚ ਸਾਰਾ ਕੁਝ ਮਾਈਨਸ ਹੋ ਜਾਣਾ, ਤੁਹਾਡਾ ਉਹ ਪ੍ਰੋਪਰਟੀ 'ਤੇ ਜੋ ਇੰਟਰਸਟ ਹੈਗਾ ਉਹ ਮਾਈਨਸ ਹੋ ਜਾਣਾ, ਜੋ ਤੁਸੀਂ ਉਸ ਪ੍ਰੋਪਰਟੀ ਨੂੰ ਦੇਖ ਰੇਖ ਕੀਤੀ ਆ, ਰਿਪੇਅਰ ਕੀਤੀ ਆ, ਜਾਂ ਹੋਰ ਇਕਵਿਪਮੈਂਟਸ ਜਿਹੜੇ ਇਸਟੈਬਲਿਸ਼ ਕੀਤੇ ਆ ਜਾਂ ਰਿਪਲੇਸ ਕੀਤੇ ਆ ਕੋਈ ਚੀਜ਼ਾਂ, ਉਹ ਮਾਈਨਸ ਹੋ ਜਾਣੀਆਂ, ਗਾਰਡਨਿੰਗ ਅਗਰ ਮਾਈਨਸ ਹੋ ਜਾਣੀਆਂ, ਕਾਊਂਸਲ ਰੇਟ ਮਾਈਨਸ ਹੋ ਜਾਣੇ ਆ, ਲੈਂਡ ਟੈਕਸ ਮਾਈਨਸ ਹੋ ਜਾਣਾ, ਅਤੇ ਹੋਰ ਵਾਟਰ ਚਾਰਜਿਸ ਜਿਹੜੇ, ਹੋਰ ਜਿਹੜੇ ਛੋਟੇ ਮੋਟੇ ਖਰਚੇ ਜਿਹੜੇ ਸਾਰੇ ਮਾਈਨਸ ਕਰਨ ਤੋਂ ਬਾਅਦ ਲੈਟਸੇ ਅਗਰ ਖਰਚੇ ਹੋ ਗਏ $17,000 ਦੇ, ਤਾਂ ਜਾਣੀ ਕਿ ਤੁਹਾਨੂੰ $7,000 ਦਾ ਕਾਗਜ਼ਾਂ 'ਚ ਘਾਟਾ ਮਾਈਨਸ ਆ, ਉਹ ਜਿਹੜੇ 7,000 ਮਾਈਨਸ ਆ ਉਹ ਤੁਹਾਡੇ ਟੈਕਸੇਬਲ ਇਨਕਮ 'ਚ ਮਾਈਨਸ ਹੋ ਜਾਂਦੇ ਆ। ਅੱਛਾ ਜੀ। ਜਾਣੀ ਕਿ ਲੈਟਸੇ ਅਗਰ ਤੁਹਾਡੀ ਇਨਕਮ $50,000 ਤਾਂ ਉਹ 'ਚੋਂ $7,000 ਮਾਈਨਸ ਹੋਣ ਤੋਂ ਬਾਅਦ ਤੁਹਾਡੀ ਇਨਕਮ 43,000 ਆ ਜਾਏਗੀ, ਜਾਣੀ ਕਿ ਤੁਹਾਨੂੰ 43,000 'ਤੇ ਟੈਕਸ ਲੱਗਣਾ, ਨਾ ਕਿ 50,000 'ਤੇ। ਅਤੇ ਇਸ ਤਰੀਕੇ ਨਾਲ ਅਗਰ ਮੈਂ ਮੋਟੇ ਤੌਰ 'ਤੇ ਦੱਸਿਆ ਜਾਵਾਂ ਕਿ ਇੱਕ ਪ੍ਰੋਪਰਟੀ ਪਿੱਛੇ ਤੁਹਾਨੂੰ ਜਿਬੋਂ $250 to $300 ਇੱਕ ਐਵਰੇਜ ਪ੍ਰੋਪਰਟੀ ਦੇ ਪਿੱਛੇ ਦੇਣਾ ਪੈਂਦਾ, ਅਤੇ ਨਾਲ ਦੇ ਨਾਲ ਹੀ ਉਹ 10-15 ਸਾਲ 20 ਸਾਲ ਵਿੱਚ ਉਹ ਪ੍ਰੋਪਰਟੀ ਤੁਹਾਡੀ ਜਿਹੜੀ ਆ ਉਹ ਖੜ੍ਹੀ ਹੋ ਜਾਂਦੀ ਆ ਇੱਕ ਸਾਈਡ 'ਤੇ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਡੀ ਕਿਹੜੇ ਟਾਈਮ ਆਪਣੀ ਇਨਕਮ 'ਚੋਂ ਤੁਸੀਂ ਇੱਕ ਪ੍ਰੋਪਰਟੀ ਖੜ੍ਹੀ ਕਰ ਲਈ ਔਰ ਫ੍ਰੀ ਵੀ ਹੋ ਗਈ। ਅਤੇ ਇਹ ਨੈਗੇਟਿਵ ਗੇਅਰ ਆ ਕਿ ਉਹ ਜਿਹੜਾ ਨੈਗੇਟਿਵ ਜਿਹੜਾ ਉਹ ਮਾਈਨਸ ਆ ਉਹ ਤੁਹਾਡੀ ਇਨਕਮ 'ਚ ਉਹ ਮਾਈਨਸ ਹੋ ਜਾਂਦਾ, ਅਤੇ ਜਿਹੜੀ ਤੁਹਾਡੀ ਇਨਕਮ ਹੈ ਉਹ ਡਾਊਨ ਹੋ ਜਾਏਗੀ। ਅੱਛਾ ਜੀ। ਹਾਂਜੀ, ਇਹਨੂੰ ਨੈਗੇਟਿਵ ਮੋਡ ਨੈਗੇਟਿਵ ਗੇਅਰ ਕਹਿੰਦੇ ਆ। ਹਾਂਜੀ, ਚਲੋ ਖੈਰ ਆਪਾਂ ਅੱਗੇ ਚੱਲਦੇ ਹਾਂ ਜੀ। ਹਾਂਜੀ, ਜਿਹੜੀ ਇੱਕ ਦੁੱਖ ਦੀ ਖਬਰ ਇਹ ਆ ਕਿ ਜਿਹੜੇ ਆਪਾਂ ਟੈਕਸ ਪੇਅਰ ਦੀ ਗੱਲ ਕਰੀਏ, ਟੈਕਸ ਪੇਅਰ 'ਚ ਆਪਾਂ ਸਾਰੇ ਆਉਂਦੇ, ਬਿਜ਼ਨਸਮੈਨ ਵੀ ਆਉਂਦੇ ਅਤੇ ਖਾਸ ਕਰਕੇ TFN ਵਾਲੇ ਆਉਂਦੇ ਵੀਰ ਜੀ। ਇਹ ਮੈਡੀਕੇਅਰ ਲੇਵੀ ਜਿਹੜੀ ਆ ਉਹ 0.5% ਦੇ ਹਿਸਾਬ ਨਾਲ ਵਧੀ ਆ, ਔਰ ਇਹਨਾਂ ਨੇ ਅਨੁਮਾਨ ਲਾਇਆ ਕਿ 2-2.5% ਤੱਕ ਆਪਾਂ ਮੈਡੀਕੇਅਰ ਲੇਵੀ ਲਾਵਾਂਗੇ, ਅਜੇ 1.5% ਹੈਗੀ ਆ। ਅੱਛਾ ਜੀ। ਅਤੇ ਇਹਦੇ ਵਿੱਚ ਜਦੋਂ ਐਕਸਟਰਾ ਟੈਕਸ ਲੱਗੇਗਾ ਓਬਵੀਅਸਲੀ ਹਰ ਇੱਕ ਟੈਕਸ ਪੇਅਰ ਦੇ ਮੋਢੇ 'ਤੇ ਜਿਹੜਾ ਭਾਰ ਪਊਗਾ ਉਸ ਚੀਜ਼ ਦਾ ਜੀ ਜੀ। ਅਤੇ ਐਕਸਟਰਾ ਵੈਸੇ ਵੀ ਸਾਡੀ ਕਮਿਊਨਿਟੀ 'ਚ ਚੰਗਾ ਨਹੀਂ ਲੱਗ ਸਮਝਦੇ ਕਿ ਟੈਕਸ ਜ਼ਿਆਦਾ ਦੇਣਾ ਜੀ, ਅਤੇ ਇਹ ਇੱਕ ਸਮਝ ਲਓ ਕਿ ਚਲੋ ਇਹ ਤੁਹਾਨੂੰ ਬਹੁਤ ਪਤਾ ਜੀ। ਹਾਂਜੀ ਹਾਂਜੀ, ਇਹ ਐਕਸਟਰਾ ਬਰਡਨ ਹੈਗਾ ਜੀ। ਵੇਅਰ ਐਸ ਦੂਸਰੇ ਤਰੀਕੇ ਨਾਲ ਖੁਸ਼ਖਬਰੀ ਇਹ ਆਪਣੀ ਕਮਿਊਨਿਟੀ ਵਾਸਤੇ, ਕਿਉਂਕਿ ਸਾਡੇ ਜ਼ਿਆਦਾਤਰ ਜਿਹੜੀ ਫਸਟ ਜਨਰੇਸ਼ਨ ਹੈ ਅਤੇ ਸਾਰਿਆਂ ਦੇ ਬੱਚੇ ਅਜੇ ਸਕੂਲ ਗੋਇੰਗ ਆ, ਬਹੁਤ ਥੋੜ੍ਹੇ ਬੰਦੇ ਹੈਗੇ ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀਜ਼ ਲੈਵਲ 'ਤੇ ਜਾਂ ਹਾਈ ਸਕੂਲ ਯੂਨੀਵਰਸਿਟੀ ਲੈਵਲ 'ਤੇ ਗਏ ਆ ਜੀ ਜੀ। ਸੋ ਸਕੂਲ ਲੈਵਲਸ ਦੇ ਉੱਪਰ $18.6 billion ਦੀ ਇਹਨਾਂ ਨੇ ਅਗਲੇ ਆਉਂਦੇ 10 ਸਾਲਾਂ ਵਿੱਚ ਇਹਨਾਂ ਨੇ ਗ੍ਰਾਂਟ ਹੋਰ ਦੇਣੀ ਆ ਜੀ, ਅਤੇ ਜਿਹਦੇ ਵਾਸਤੇ ਸਾਡੇ ਕਮਿਊਨਿਟੀ ਵਾਸਤੇ ਠੀਕ ਆ, ਵਧੀਆ ਸਾਡੇ ਬੱਚੇ ਵਧੀਆ ਪੜ੍ਹ ਜਾਣਗੇ, ਵਧੀਆ ਪੜ੍ਹ ਜਾਣਗੇ। ਸੋ ਬੜੇ ਸਾਰੇ ਸਕੂਲਾਂ ਦੀ ਕੱਟ ਰਹੇ ਆ, ਕਿਤੇ ਵਧਾ ਵੀ ਰਹੇ, ਉਹ ਵੀ ਕਾਫੀ ਕੁਛ ਹੈ ਨਾ, ਥੋੜ੍ਹੀ ਗੁੰਝਲਦਾਰ ਜਾ। ਇਹਨਾਂ ਨੇ ਅਵਾਰਡ ਰੇਟਸ ਰੱਖਿਆ ਕਿ ਜਿਹੜੀ ਯੂਨੀਵਰਸਿਟੀਜ਼ ਜਿਹੜੀਆਂ ਉਹ ਚੰਗੇ ਪਰਫੋਰਮ ਕਰਨਗੀਆਂ ਉਹਨਾਂ ਨੂੰ ਇਹ ਹੋਰ ਐਕਸਟਰਾ ਗ੍ਰਾਂਟ ਦੇਣਗੇ, ਤਾਂ ਜੋ ਉਹ ਵਧੀਆ ਪਰਫੋਰਮ ਕਰ ਸਕਣ। ਅੱਛਾ ਜੀ। ਮੇਰੇ ਹਿਸਾਬ ਨਾਲ ਕੰਪੀਟੀਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਕਹਿ ਲਓ ਵੀ ਲਾਲਚ ਨਾਲ ਡੰਡੇ ਨਾਲ ਗੱਲ ਕੰਮ ਕਰਾਉਣਾ ਇਹਨਾਂ ਨੇ ਜੀ ਜੀ। ਅਤੇ ਯੂਨੀਵਰਸਿਟੀ ਸਟੂਡੈਂਟਸ ਵਾਸਤੇ ਦੁੱਖ ਭਰੀ ਖਬਰ ਹੈ ਕਿ 2,000 to 3,600 ਤੱਕ ਇਹਨਾਂ ਨੇ ਔਨ ਐਵਰੇਜ ਜਿਹੜੀ ਆ ਉਹ ਇਹਨਾਂ ਨੇ 4 ਸਾਲਾਂ 'ਚ ਵਧਾਉਣੇ ਆ ਕੋਰਸਿਸ ਵਿੱਚ, ਅਤੇ ਜਾਣੀ ਕਿ ਜਿਹੜੇ ਯੂਨੀਵਰਸਿਟੀ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਥੋੜ੍ਹਾ ਪੈਸਾ ਜ਼ਿਆਦਾ ਦੇਣਾ ਪਊਗਾ ਐਜ਼ ਏ ਫੀਸ। ਅਤੇ ਉਮੀਦ ਕਰਦੇ ਕਿ 2.5% ਐਫੀਸ਼ੈਂਸੀ ਜਿਹੜੀ ਆ ਉਹ ਆਊਗੀ ਇਹਦੇ ਵਿੱਚ, ਜਿਹੜੇ ਵਧੀਆ ਯੂਨੀਵਰਸਿਟੀਜ਼ ਪਰਫੋਰਮ ਕਰਨਗੀਆਂ ਕਾਮਨਵੈਲਥ ਬੈਂਕ ਤੋਂ, ਕਾਮਨਵੈਲਥ ਸਪੋਰਟ ਤੋਂ ਜੀ। ਮੇਨ ਗੱਲ ਜਿਹੜੀ ਫੋਰਨ ਦੀ ਆਪਾਂ ਕਰੀਏ, ਆਪਣੇ ਜਿਹੜੇ ਭੈਣ ਭਰਾ ਅਜੇ ਐਵੇਂ ਕਹਿ ਲਓ ਵੀ ਇਮੀਗ੍ਰੈਂਟਸ ਨਹੀਂ ਹੋਏ, ਔਰ ਜਿਨ੍ਹਾਂ ਨੇ ਘਰ ਲਿੱਤਾ ਇੱਥੇ, ਉਹ ਥੋੜ੍ਹਾ ਜਿਹਾ ਉਹਨਾਂ ਵਾਸਤੇ ਥੋੜ੍ਹੀ ਮਾੜੀ ਖਬਰ ਹੈ ਕਿ ਇੱਕ $5,000 ਦੀ ਸੋਚ ਰਿਹਾ ਕਿ ਇੱਕ ਐਕਸਟਰਾ ਜਿਹੜੀ ਲੇਵੀ ਲਾਈ ਜਾਵੇ ਜਾਂ ਕਹਿ ਲਓ ਜੁਰਮਾਨਾ ਲਾਇਆ ਜਾਵੇ, ਜਿਹੜੇ ਜਿਸ ਬੰਦੇ ਨੇ ਘਰ ਇੱਥੇ ਖਰੀਦਿਆ ਪਰ ਉਹ ਘਰ ਵੇਕੈਂਟ ਰੱਖਿਆ ਹੋਇਆ, ਨਾ ਤਾਂ ਆਪ ਰਹਿੰਦਾ ਨਾ ਕਿਰਾਏ 'ਤੇ ਦਿੰਦਾ, ਉਹ 6 ਮਹੀਨੇ ਤੱਕ ਅਗਰ ਉਹ ਤੁਸੀਂ ਅਗਰ ਉਹਨੂੰ ਕਿਰਾਏ 'ਤੇ ਨਹੀਂ ਚੜਾਇਆ ਤਾਂ $5,000 ਦੀ ਇਹ ਜਿਹੜੀ ਆ ਐਕਸਟਰਾ ਜਿਹੜੀ ਰਾਸ਼ੀ ਆ ਉਹ ਜਾਊਗੀ ਗੌਰਮੈਂਟ ਕੋਲ ਜੀ। ਉਹਤੋਂ ਇਲਾਵਾ ਇਹਨਾਂ ਨੇ ਕੈਪੀਟਲ ਗੇਨ ਟੈਕਸ ਵੀ ਲਾਇਆ, ਜਿਹੜੇ ਫੋਰਨ ਜਿਹੜੇ ਇਨਵੈਸਟਰ ਜਿਹੜੇ ਆਪਣੇ ਘਰ ਖਰੀਦ ਕੇ ਭਾਵੇਂ ਉਹ ਆਪ ਰਹਿੰਦੇ ਪਏ ਆ, ਪਰ ਜਦੋਂ ਵੇਚਣਗੇ ਉਹਨਾਂ ਨੂੰ CGT ਜਿਹੜਾ ਕੈਪੀਟਲ ਗੇਨ ਟੈਕਸ ਜਿਹੜਾ ਉਹ ਪਊਗਾ। ਕੈਪੀਟਲ ਗੇਨ ਟੈਕਸ ਇਹ ਹੁੰਦਾ ਕਿ ਜਦੋਂ ਤੁਹਾਨੂੰ ਕੋਈ ਵੀ ਐਸੈਟਸ ਜਿਹੜੀ ਆ ਨੋਰਮਲ ਲਾਈਫ ਤੋਂ ਜਿਹੜੇ ਐਸੈਟਸ ਜਿਹੜੀ ਆ ਕੋਈ ਉਹ ਭਾਵੇਂ ਕਲੈਕਟਿਵ ਹੋਵੇ ਭਾਵੇਂ ਰੀਅਲ ਸਟੇਟ ਹੋਵੇ ਅਤੇ ਭਾਵੇਂ ਉਹ ਕੁਛ ਵੀ ਹੋਵੇ, ਜਦੋਂ ਤੁਸੀਂ ਆਪਣੀ ਅਰਨਿੰਗ ਕਰਦੇ ਹੋ ਤਾਂ ਐਕਸਟਰਾ ਜਿਹੜਾ ਪ੍ਰੋਫਿਟ ਆ ਉਹਦੇ ਉੱਪਰ ਤੁਹਾਨੂੰ ਟੈਕਸ ਦੇਣਾ ਪੈਂਦਾ, ਉਹਨੂੰ ਕੈਪੀਟਲ ਗੇਨ ਕਹਿੰਦੇ ਆ ਜੀ। ਇਹ ਉਹਦੇ ਵਿੱਚ ਬੇਸਿਕਲੀ ਇਹ ਕਰ ਰਹੇ ਆ। ਉਹ ਤੋਂ ਇਲਾਵਾ ਆਸਟ੍ਰੇਲੀਅਨ ਪਰਮਾਨੈਂਟ ਰੈਜੀਡੈਂਟ ਅਤੇ ਨਿਊਜ਼ੀਲੈਂਡ ਸਿਟੀਜ਼ਨਸ ਵਾਸਤੇ
ਕਾਮਨਵੈਲਥ ਸਪੋਰਟ ਯੂਨੀਵਰਸਿਟੀ ਵੱਲੋਂ ਜਿਹੜੀ ਮਿਲਦੀ ਆ ਉਹ ਨਹੀਂ ਮਿਲੇਗੀ, ਯਾਨੀ ਕਿ ਇਹਨਾਂ ਦਰ ਵਰਡਸ ਹੈਕਸ ਜਿਹੜੇ ਉਹਨਾਂ ਵਾਸਤੇ ਪ੍ਰੋਵਾਈਡ ਨਹੀਂ ਕੀਤੇ ਜਾਣਗੇ। ਅੱਛਾ ਜੀ। ਹਾਂਜੀ, ਇਹ ਇਹਨਾਂ ਨੇ ਥੋੜ੍ਹਾ ਹੱਠ ਕੁੱਟਿਆ ਇੱਥੋਂ, ਅਤੇ ਕੋਸ਼ਿਸ਼ ਕੀਤੀ ਗਈ ਆ ਕਿ ਇਹ ਸਾਰੇ ਉਪਰਾਲੇ, ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਐਜੂਕੇਸ਼ਨ ਸਿਸਟਮ ਇਨਫਰਾਸਟ੍ਰਕਚਰ ਜਿਹੜਾ ਵਾ ਉਹ ਵਧੀਆ ਹੋਵੇ ਕੰਟਰੀ ਦਾ, ਜਿਹੜੇ ਫੋਰਨ ਇਨਵੈਸਟਰਸ ਨੇ ਜਾਂ ਫੋਰਨ ਤੋਂ ਆਉਣ ਵਾਲੇ ਬੰਦੇ ਜਿਹੜੇ ਪੈਸੇ ਲਾਉਂਦੇ ਪਏ ਔਰ ਇੰਨੇ ਜ਼ਿਆਦਾ ਰੇਟਸ ਵਧਾਏ ਹੋਏ ਆ ਹੋਮ ਦੇ, ਘਰਾਂ ਦੇ, ਕਿ ਕਿਸੇ ਟਾਈਮ ਕਿਸੇ ਐਂਡ 'ਤੇ ਤਾਂ ਵੇਖਿਆ ਜਾਵੇ ਤਾਂ ਅਨਅਫੋਰਡੇਬਲ ਹੀ ਲੱਗਦਾ। ਜਿੱਦਾਂ ਕਿ ਆਪਾਂ ਕਹੀਏ ਕਿ ਸਿਡਨੀ ਦੀ ਮਿਸਾਲ ਲਿੱਤੀ ਜਾਵੇ ਤਾਂ ਸਿਡਨੀ 'ਚ ਬੰਦਾ ਸੋਚ ਨਹੀਂ ਸਕਦਾ ਕਿ ਮੈਂ ਘਰ ਲੈ ਲੂੰਗਾ ਜੀ, ਅਤੇ ਉਹ ਚੀਜ਼ ਨੂੰ ਪ੍ਰੈਕਟੀਕਲ ਗਰਾਊਂਡਸ ਤੋਂ ਉੱਪਰ ਲਿਆਉਣ ਵਾਸਤੇ ਇਹਨਾਂ ਨੇ ਇਹ ਬਜਟ 'ਚ ਥੋੜ੍ਹਾ ਜਿਹਾ ਤੋੜ ਮਰੋੜ ਕੀਤਾ ਤਾਂ ਜੋ ਆਮ ਬੰਦੇ ਦੇ ਹੱਥ ਵਿੱਚ ਇੱਕ ਆ ਸਕੇ। ਇਹ ਤੋਂ ਇਲਾਵਾ ਇਹਨਾਂ ਨੇ ਜਿਹੜੀ ਵਿਸ਼ੇਸ਼ ਜਿਹੜੀ ਕੀਤੀ ਆ ਇੱਕ ਹੋਰ, ਕਿ ਜਿਹੜੀ ਕਹਿ ਲਓ ਵੀ ਫਸਟ ਹੋਮ ਗ੍ਰਾਂਟ ਵਾਸਤੇ ਸੁਪਰ ਐਨੂਏਸ਼ਨ 'ਚ ਕੰਟਰੀਬਿਊਸ਼ਨ ਕਰਨੀ। ਹੁਣ ਹੈ ਕਿ ਸੁਪਰ ਐਨੂਏਸ਼ਨ 9.5% ਜਿਹੜਾ ਵਾ ਇੰਪਲੋਇਰ ਕੱਟਦਾ ਹੀ ਕੱਟਦਾ, ਉਹ ਗਰੰਟੀ ਆ 9.5% ਦੇਣੀ ਹੀ ਦੇਣੀ ਆ, ਬਟ ਉਹਦੇ ਵਿੱਚੋਂ ਉਹਦੇ ਪਲੱਸ ਤੁਸੀਂ ਆਪ ਆਪਣੇ ਜੇਬ ਤੋਂ $15,000 ਤੱਕ ਤੁਸੀਂ ਆਪ ਕੰਟਰੀਬਿਊਟ ਕਰ ਸਕਦੇ ਹੋ ਜੀ। ਸੌਖੇ ਸ਼ਬਦਾਂ 'ਤੇ ਦੱਸ ਦਿੰਦਾ ਕਿ ਜਿੱਦਾਂ ਐਗਜ਼ਾਮਪਲ ਲਾ ਲਓ, ਕਿਸੇ ਬੰਦੇ ਦੀ $1,00,000 ਇਨਕਮ ਆ TFN ਦੇ ਉੱਪਰ, ਅਤੇ ਅਗਰ ਉਹ $1,00,000 ਹੈ ਅਤੇ ਉਹ ਜਿੱਦਾਂ ਹਾਇਰ ਬ੍ਰੈਕਟ ਦੇ ਉੱਪਰ ਉੱਪਰਲਾ ਜਿਹੜਾ ਟੈਕਸ 45% ਟੈਕਸ ਦਿੰਦਾ ਪਿਆ ਜੀ, ਜਦੋਂ ਇੱਕ ਲੈਵਲ ਤੋਂ ਉੱਪਰ ਚੱਲ ਜਾਂਦਾ ਤਾਂ ਉਹ 45% ਟੈਕਸ ਹੋ ਜਾਂਦਾ ਉਹਦਾ ਜੀ ਜੀ। ਉਹ ਕਹਿੰਦੇ ਆ ਕਿ ਇਹਨੂੰ ਸੇਵਿੰਗ ਕਰੇ ਬੰਦਾ ਆਪਣੇ ਸੁਪਰ ਐਨੂਏਸ਼ਨ ਵਿੱਚ ਔਰ ਉਹ ਫਸਟ ਹੋਮ ਗ੍ਰਾਂਟ ਵਾਸਤੇ ਯੂਜ਼ ਕਰੇ ਪੈਸਾ, ਅਤੇ ਉਹ 15% ਜਿਹੜਾ ਟੈਕਸ ਲੱਗੂਗਾ ਉਸ 'ਤੇ, ਅਤੇ ਮੀਆਂ ਬੀਬੀ ਦੋਨੇ $30,000 ਆਪਣੇ ਜੋੜ ਸਕਦੇ ਇੱਕ ਸਾਲ 'ਚ ਕੰਟਰੀਬਿਊਸ਼ਨ 'ਚ ਆਪਣੇ ਕੋਲੋਂ ਆਪਣੇ ਜੇਬ 'ਚ ਪਾ ਸਕਦੇ ਆ ਆਪਣਾ ਟੈਕਸ ਲੀਗਲੀ ਬਚਾਉਣ ਵਾਸਤੇ। ਉਹਦੇ ਵਾਸਤੇ ਤੁਹਾਨੂੰ ਇੰਪਲੋਇਰ ਨੂੰ ਮਿਲਣਾ ਪੈਣਾ, ਸੁਪਰ ਐਨੂਏਸ਼ਨ ਕੰਟਰੀਬਿਊਸ਼ਨ ਵਾਸਤੇ ਤੁਹਾਨੂੰ ਉਹਨੂੰ ਦੱਸਣਾ ਪੈਣਾ ਔਰ ਸੈਲਰੀ ਸੈਕਰੀਫਾਈਸ ਕਰਨਾ ਪੈਣਾ ਆਪਣਾ, ਉਹ ਤੁਸੀਂ ਆਪਣੇ ਉਹਦੇ ਵਿੱਚ ਇਹ ਨਹੀਂ ਹੈ ਕਿ ਜਿਹੜਾ ਮੇਰੇ ਕੋਲ ਪਿਆ ਫੰਡ ਹੈ ਮੈਂ ਉਹਦੇ 'ਚੋਂ ਕੁਛ ਨਹੀਂ ਲੈ ਸਕਦਾ, ਮੈਂ ਨਵੇਂ ਸਿਰੇ ਤੋਂ ਕੰਟਰੀਬਿਊਟ ਕਰ ਸਕਦੇ ਹੋ, ਉਹ ਜਿਹੜਾ ਮੈਂ ਬਚਾਊਂਗਾ ਅਤੇ ਉਹਨੂੰ ਮੈਂ ਵਰਤ ਸਕਦਾ। ਹਾਂਜੀ, ਇਸ ਤੋਂ ਇਲਾਵਾ ਮੈਂ ਥੋੜ੍ਹਾ ਜਿਹਾ ਕੁਇਕਲੀ ਦੱਸ ਦਿੰਦਾ ਕਿ ਤੁਸੀਂ ਆਪਣਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਯੂਜ਼ ਕਰ ਸਕਦੇ ਹੋ ਕ੍ਰੀਏਟ ਜੀ, ਉਹ ਅਸੀਂ ਉਹ 'ਚ ਹੈਂਡਲ ਕਰਦੇ ਹਾਂ। ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਇਹ ਕਿ ਜੇ ਤੁਸੀਂ ਕਿਸੇ ਹੋਰ ਜਿੱਦਾਂ ਲੈਟਸ ਸੇ ਹੋਸਟ ਪਲੱਸ ਕੋ ਜਾਂ AMP ਕੋ ਜਾਂ ਰੈਸਟ ਕੋ ਤੁਹਾਡੇ ਸੁਪਰ ਅਕਾਊਂਟ ਖੁੱਲ੍ਹੇ ਹੋਏ ਆ, ਉਹ ਤੋਂ ਇਲਾਵਾ ਤੁਸੀਂ ਕਹਿੰਦੇ ਕਿ ਯਾਰ ਇਹ ਪਤਾ ਨਹੀਂ ਕੁਛ ਕਰਦੇ ਕਿ ਨਹੀਂ ਕਰਦੇ, ਪਰ ਅਸੀਂ ਕੁਛ ਕਰ ਸਕਦੇ, ਸਾਡੇ 'ਚ ਪੋਟੈਂਸ਼ੀਅਲ ਹੈਗੀ ਹੈ ਕਰਨ ਦੀ, ਤਾਂ ਤੁਸੀਂ ਆਪਣਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਖੋਲ੍ਹ ਸਕਦੇ ਹੋ ਅਤੇ ਖੋਲ੍ਹ ਕੇ ਉਹ ਸਾਰਾ ਪੈਸਾ ਉਸ 'ਚ ਤੁਸੀਂ ਡਾਈਵਰਟ ਕਰ ਦੇ ਸਕਦੇ ਹੋ, ਪਰ ਉਹਦੀ ਮੋਟੀ ਮੋਟੀ ਸ਼ਰਤ ਇਹ ਹੁੰਦੀ ਆ ਕਿ ਤੁਸੀਂ ਉਹ ਪੈਸਾ, ਇਹ ਨਹੀਂ ਕਿ ਯਾਰ ਅੱਜ 40,000 ਦੀ ਗੱਡੀ ਲੈਣੀ ਯਾਰ ਪੈਸੇ ਥੁੜ ਕੇ ਚਲੋ ਸੁਪਰ ਐਨੂਏਸ਼ਨ 'ਚ ਕਢਾ ਲਈਏ, ਤੁਸੀਂ ਇਹ ਨਹੀਂ ਕਰ ਸਕਦੇ, ਇਹ ਬ੍ਰੀਚ ਹੈ ਸਿੱਧਾ ਸਿੱਧਾ। ਓਕੇ, ਥੋੜ੍ਹਾ ਧਿਆਨ ਰੱਖਿਓ ਇਸ ਚੀਜ਼ਾਂ ਦਾ ਔਰ ਆਪਣੇ ਨੌਲੇਜ ਨਾਲ। ਜੇ ਆਪਾਂ ਬ੍ਰੀਚ ਕਰਦੇ ਹਾਂ ਤਾਂ ਫਿਰ ਕੀ ਆ, ਫਿਰ ਕੀ ਕੰਸੀਕੁਐਂਸਿਸ? ਫਿਰ ਜਿਹੜਾ ਉਹ ਜਿਹੜਾ ਸੁਪਰ ਐਨੂਏਸ਼ਨ ਜਿਹੜਾ ਉਹ ਖਤਮ ਹੋ ਜਾਊਗਾ, ਅਤੇ ਟੈਕਸ ਆਫਿਸ ਵੱਲੋਂ ਆਡਿਟ ਵੀ ਜਿਹੜਾ ਜ਼ਰੂਰੀ ਆ ਉਹ ਵੀ ਬ੍ਰੀਚ ਹੋਊਗਾ, ਅਤੇ ਉਹਦੇ ਨਾਲ ਉਹ ਸੁਪਰ ਐਨੂਏਸ਼ਨ ਫੰਡ ਜਿਹੜਾ ਉਹ ਆਪਣਾ ਬੰਦ ਵੀ ਕਰ ਸਕਦੇ ਆ, ਅਤੇ ਬੈਟਰ ਹੈ ਤੁਸੀਂ ਕੁਛ ਵੀ ਕਰਨ ਤੋਂ ਪਹਿਲੇ ਜ਼ਰੂਰ ਧਿਆਨ ਰੱਖੋ ਜੀ ਜੀ। ਇਸ ਤੋਂ ਇਲਾਵਾ ਇਹਨਾਂ ਨੇ ਮੈਡੀਕਲ ਸਿਸਟਮ 'ਚ ਹੋਰ ਇਨਫਰਾਸਟ੍ਰਕਚਰ ਪੈਸੇ ਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਜਿਹਦੇ ਵਿੱਚ ਐਵੇਂ ਕਹਿ ਲਓ ਵੀ ਜਿਹੜਾ GP ਦਾ ਜਿਹੜਾ ਪੈਸਾ ਜਾਂ ਸਪੈਸ਼ਲਿਸਟ ਨੂੰ ਜੋ ਆਪਾਂ ਆਊਟ ਆਫ ਪੋਕਟ ਦਿੰਦੇ ਹਾਂ ਉਹ 'ਚ ਘਟਾਉਣ ਦੀ ਕੋਸ਼ਿਸ਼ ਕੀਤੀ ਕਿ ਮੈਡੀਕਲ ਸਿਸਟਮ ਜਿਹੜਾ ਹੋਰ ਵਧੀਆ ਹੋ ਸਕੇ, ਹੋਰ ਤੁਹਾਨੂੰ ਬੈੱਡ ਮਿਲ ਸਕਣ, ਜਿੱਦਾਂ ਕਿ ਤੁਹਾਨੂੰ ਐਮਰਜੈਂਸੀ ਵਿੱਚ ਲੰਬੀਆਂ ਲਾਈਨਾਂ ਲੱਗਦੀਆਂ ਉਹ ਨਾ ਲੱਗਣ, ਛੇਤੀ ਛੇਤੀ ਤੁਹਾਨੂੰ ਉਹ ਜਿਹੜਾ ਮੈਡੀਕਲ ਸਿਸਟਮ ਜਿਹੜਾ ਵਾ ਈਜ਼ੀਲੀ ਪ੍ਰੋਵਾਈਡ ਹੋ ਸਕੇ। ਇਸੇ ਕਰਕੇ ਮੈਡੀਕਲ ਲੇਵੀ ਵਧਾਈ ਗਈ ਆ ਅਤੇ ਇਹਦੇ ਵੱਲ ਪੈਸੇ ਦਿੱਤੇ ਗਏ ਆ, ਅਤੇ ਹੋਰ ਉਸ ਤੋਂ ਇਲਾਵਾ ਜਿਹੜਾ ਗ੍ਰਾਂਟ ਇਹ ਵੀ ਦੱਸਦੇ ਵੀ ਫਾਰਮਾਸਿਸਟ ਕੰਜ਼ਿਊਮਰ ਜਿਹੜਾ ਵਾ ਉਹਨੂੰ ਵੀ ਇੱਕ ਰਿਡਿਊਸ ਪ੍ਰਾਈਸ 'ਤੇ ਆਪਣੀ ਦਵਾਈਆਂ ਮਿਲਣਗੀਆਂ। ਅੱਛਾ ਜੀ ਜੀ। ਸੋ ਇਸ ਤੋਂ ਇਲਾਵਾ ਜੇ ਆਪਾਂ ਇੱਧਰਲੇ ਪਾਸੇ ਆਉਂਦੇ ਹਾਂ, ਜਿਹੜਾ 457 ਵੀਜ਼ਾ ਕਿਸੇ ਨੇ ਪਾਉਣਾ ਆ ਇੰਪਲੋਇਰ ਨੇ, ਤੇ ਉਹਨੂੰ ਕੋਈ $5,000 ਵਧੇਰੇ ਜਿਹੜਾ ਦੇਣਾ ਪੈਣਾ? ਮੈਂ ਉੱਥੇ ਹੀ ਆਉਣ ਲੱਗਾ ਜੀ ਜੀ। ਉਹ ਇੱਕ ਨਵੀਂ ਇਹਨਾਂ ਨੇ ਨਵੀਂ ਇਹਨਾਂ ਨੇ ਪਸੂੜੀ ਪਾਤੀ ਇੱਕ ਹਿਸਾਬ ਦੀ ਜੀ ਜੀ। ਇੱਕ ਇਹਨਾਂ ਨੇ ਇਹ ਕਹਿਤਾ ਕਿ 1500 ਤੋਂ ਲੈ ਕੇ ਤੇ 3000 ਤੱਕ ਇਹ ਜਿਹੜਾ ਵਾ ਉਹ ਐਕਸਟਰਾ ਪੈਸਾ ਦੇਊਗਾ ਇੰਪਲੋਇਰ ਮਤਲਬ ਗਵਰਨਮੈਂਟ ਨੂੰ ਕਿ ਇਹ ਬੰਦਾ ਮੈਂ ਸਕਿੱਲ ਮਾਈਗ੍ਰੇਸ਼ਨ ਵਾਲਾ ਰੱਖਿਆ, ਕੰਮ ਕਰਵਾਉਣ ਦਾ ਵੀ ਪੈਸਾ ਦੇਣਾ ਪਊਗਾ ਸਾਨੂੰ। ਅਤੇ 457 ਵਾਸਤੇ ਚੰਗੀਆਂ ਖਬਰਾਂ ਨਹੀਂ ਚੱਲ ਰਹੀਆਂ ਬੇਸਿਕਲੀ, ਅਜੇ ਹੀ ਵਿਚਾਰਾ ਪਹਿਲੇ ਹੀ ਮਾੜੇ ਹਾਲਾਤਾਂ 'ਚ ਸੀ ਅਤੇ ਉੱਪਰੋਂ ਹੋਰ ਇਹਨਾਂ ਨੇ ਫੈਡਰਲ ਬਜਟ ਦੇ ਵਿੱਚ ਵੀ ਇਹਨਾਂ ਨੇ ਹਾਲਾਤਾ ਸਾਰਾ ਜੀ ਜੀ ਜੀ। ਸੋ ਉਹਦੇ ਵਿੱਚ ਹੁਣ ਮੈਨੂੰ ਲੱਗਦਾ ਵੀ ਇੰਪਲੋਇਰ ਵੀ ਸਪੋਂਸਰ ਕਰਨ ਲੱਗਿਆ ਜਿਹੜਾ ਵਾ, ਇੱਕ ਦੋ ਵਾਰੀ ਸੋਚੂਗਾ ਕਿ ਮੇਰਾ ਤਾਂ ਵੱਧ ਖਰਚਾ ਹੋ ਰਿਹਾ। ਹਾਂਜੀ, ਮਤਲਬ ਇਹਨਾਂ ਨੇ ਉਹਨੂੰ ਨਾਂਹ ਨਹੀਂ ਕੀਤੀ ਪਰ ਇਨਡਾਇਰੈਕਟਲੀ ਇਹਨਾਂ ਨੇ ਇਹੋ ਜਿਹਾ ਟਫ ਕੰਮ ਕਰਤਾ ਕਿ ਜਿਹਦੇ ਨਾਲ ਉਹ ਬੰਦਾ ਥੋੜ੍ਹਾ ਜਿਹਾ ਹਿਲ ਹੁਲ ਜਾਵੇ ਚੰਗੀ ਤਰ੍ਹਾਂ।
ਜੀ ਸੋ ਇਸ ਤੋਂ ਇਲਾਵਾ ਇੱਕ ਜੇ ਸਾਡੀ ਕਮਿਊਨਿਟੀ ਦੇ ਨਾਲ ਵੇਖੀਏ ਤੇ ਪੇਰੈਂਟ ਵੀਜ਼ਾ ਜਿਹੜਾ ਇੱਕ ਕਾਫੀ ਇੱਕ ਜੋੜ ਕੇ ਵੇਖਿਆ ਜਾ ਰਿਹਾ ਸੀਗਾ ਦੋਨੋਂ ਹੀ ਪਾਰਟੀਜ਼ ਨੇ ਬੜੇ ਸੋਹਣੇ ਸਾਨੂੰ ਲੁਭਾਵਨੇ ਵਾਅਦੇ ਕੀਤੇ ਹਾਂਜੀ ਤੇ ਚਲੋ ਜਿਹਦਾ ਸਾਨੂੰ ਥੋੜਾ ਜਿਹਾ ਬਿਹਤਰ ਲੱਗਾ ਆਪਾਂ ਉਹਦੇ ਨਾਲ ਗਏ ਜਾਂ ਇੰਝ ਕਹਿ ਲਈਏ ਕੁਛ ਵੀ ਹੋਇਆ ਹਾਂਜੀ ਤੇ ਪਰ ਹੁਣ ਇਨ ਬਿਟਵੀਨ ਜਿਹੜਾ ਵਾ ਜਦੋਂ ਪਟਾਰੀ ਚੋਂ ਸੱਪ ਬਾਹਰ ਨਿਕਲਿਆ ਆ ਤੇ ਉਹ ਪਤਾ ਲੱਗਾ ਵੀ ਇਹ ਡੰਗ ਜ਼ਿਆਦਾ ਮਾਰ ਰਿਹਾ ਡੰਗ ਜ਼ਿਆਦਾ ਮਾਰ ਰਿਹਾ ਪੈਸੇ ਇਹਨਾਂ ਨੇ ਜਿਹੜੇ ਆ ਲੈਣੇ ਸ਼ੁਰੂ ਕਰ ਦੇਣੇ ਆ ਟੈਕਨੀਕਲੀ ਜਿੱਦਾਂ ਕਿ 10 ਸਾਲ ਦਾ ਵੀਜ਼ਾ ਮਤਲਬ $10,000 ਦਾ ਜੀ 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 ਤੇ ਇਹ ਵੈਸੇ ਬਾਜਵਾ ਸਾਹਿਬ ਜ਼ਿਆਦਾ ਐਕਸਪਲੇਨ ਕਰਨਗੇ ਵਧੀਆ ਇਹਨੂੰ ਪਰ ਸਾਡੇ ਵਾਸਤੇ ਇਹ ਵਧੀਆ ਨਹੀਂ ਕੀਤਾ ਇਹ ਵੈਸੇ ਇਹ ਸਾਰੀ ਕਮਿਊਨਿਟੀਜ਼ ਨੂੰ ਵੀ ਹਿੱਟ ਕਰੂਗਾ ਆਪਾਂ ਤਾਂ ਸ਼ਾਇਦ ਫਿਰ ਵੀ ਦੇ ਦਈਏ ਆਪਣੇ ਮਾਂ ਬਾਪ ਨੂੰ ਇੰਨਾ ਪਿਆਰ ਕਰਦੇ ਹਾਂ ਪਰ ਜਿਹੜੇ ਦੂਜੇ ਹੈਗੇ ਇਟਾਲੀਅਨ ਹੋ ਗਏ ਦੂਜੀ ਕਮਿਊਨਿਟੀਜ਼ ਹੋ ਗਈ ਉਹਨਾਂ ਦੇ ਵੀ ਪੇਰੈਂਟਸ ਉੱਥੇ ਬੈਠੇ ਆ ਮੈਨੂੰ ਨਹੀਂ ਲੱਗਦਾ ਵੀ ਇਹ ਜ਼ਿਆਦਾ ਵਧੀਆ ਇਹਨਾਂ ਦੀ ਕੋਈ ਕੋਸ਼ਿਸ਼ ਹੋਊਗੀ ਕਿਉਂਕਿ ਇਹਦੇ ਉੱਪਰ ਮੈਨੂੰ ਲੱਗਦਾ ਕਿ ਹੋਰ ਕਮਿਊਨਿਟੀਆਂ ਜਿਹੜੀਆਂ ਉਹ ਵੀ ਇਤਰਾਜ਼ ਸੋ ਇੱਕ ਮੈਂ ਮੈਡੀਕੇਅਰ ਲੇਵੀ ਬਾਰੇ ਤੁਹਾਡੇ ਕੋਲ ਜ਼ਰੂਰ ਜਾਣਨਾ ਚਾਹੂੰਗਾ ਕਿ ਮੇਰੇ ਸੀਗਾ ਕਿ ਅਗਰ ਕੋਈ ਇੱਕ ਜਣਾ ਮੇਰੇ ਕੋਲ 25,000 ਤੋਂ ਉਹਦੀ ਇਨਕਮ ਘੱਟ ਆ ਸ਼ਾਇਦ ਉਹਨੂੰ ਨਹੀਂ ਦੇਣਾ ਨਹੀਂ ਲੈਂਦੀ ਹਾਂਜੀ ਤੇ ਜੇ ਫੈਮਿਲੀ ਆ ਤੇ ਉਹਨਾਂ ਦੀ ਕੀ ਫੈਮਿਲੀ ਦੇ ਕੇਸ ਵਿੱਚ 40 ਤੋਂ 45,000 ਡਾਲਰ 40,000 ਤੱਕ ਚਲ ਜਾਂਦੀ ਆ ਮੈਡੀਕੇਅਰ ਨਹੀਂ ਲੱਗਦੀ ਅਗਰ ਲੈਟਸ ਅਗਰ 2 ਬੱਚੇ ਆ ਤੇ ਵਾਈਫ ਕੰਮ ਨਹੀਂ ਕਰਨ ਦੀ ਅਗਰ ਉਹ ਤੁਸੀਂ ਜਦੋਂ ਸਿਸਟਮ ਚ ਪਾਉਂਦੇ ਆਟੋਮੈਟਿਕਲੀ ਮੈਡੀਕੇਅਰ ਲੇਵੀ ਆਊਟ ਹੋ ਜਾਂਦੀ ਆ ਕਿਉਂਕਿ ਉਹ ਫੈਮਿਲੀ ਬ੍ਰੈਕਟ ਸ਼ੁਰੂ ਹੋ ਜਾਂਦੀ ਆ ਫਿਰ ਉਹ ਸਿਸਟਮ ਇਹ ਸਮਝਦਾ ਕਿ ਫੈਮਿਲੀ ਆ ਪੂਰੀ ਔਰ ਫੈਮਿਲੀ ਦੀ ਇਨਕਮ ਹੀ ਇੰਨੀ ਆ ਜੀ 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 ਸੋ ਉਹਦੇ ਵਿੱਚ ਇਹ ਤਾਂ ਨਹੀਂ ਮੈਟਰ ਕਰਦਾ ਕਿ ਤੁਹਾਡਾ ਆਪਣਾ ਘਰ ਆ ਜਾਂ ਤੁਸੀਂ ਰੈਂਟ ਦੇ ਉੱਤੇ ਨਹੀਂ ਇਹ ਮੈਟਰ ਨਹੀਂ ਕਰਦਾ ਜੀ ਵੈਸੇ ਇੱਕ ਹੈਰਾਨਗੀ ਸੀ ਪਰਮਪ੍ਰੀਤ ਜੀ ਕਿ ਇਹਨਾਂ ਨੇ ਕਿਤੇ ਵੀ ਰੈਂਟਲ ਦੇ ਉੱਤੇ ਕੋਈ ਵੀ ਨਹੀਂ ਸੁਣਨ 'ਚ ਆਇਆ ਵੀ ਕੋਈ ਰੈਂਟਲ ਪ੍ਰੋਪਰਟੀਜ਼ ਜਾਂ ਕੁਛ ਵੀ ਕਿਉਂਕਿ ਰੈਂਟ 'ਤੇ ਵੱਧਦੇ ਜਾ ਰਹੇ ਅਫੋਰਡੇਬਿਲਿਟੀ ਤਾਂ ਉੱਥੇ ਵੀ ਤਾਂ ਹਿੱਟ ਹੁੰਦੀ ਆ ਹਾਂਜੀ ਬਿਲਕੁਲ ਜੀ ਇਹਨਾਂ ਨੇ ਅਜੇ ਵੀ ਇਨਫਲੇਸ਼ਨ ਲਿਆਉਂਦੇ ਆ ਅਸਲ 'ਚ ਔਰ ਇਹ ਕਿਸੇ ਹੱਦ ਤੱਕ ਵੇਖਿਆ ਜਾਵੇ ਤੇ ਮਾਫੀਆ ਹੀ ਕਰ ਰਿਹਾ ਆਪਣੇ ਆਪ ਇਨਫਲੇਸ਼ਨ ਜੀ 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 ਉਹ ਕਿਸੇ ਲੈਵਲ ਤੇ ਤੁਸੀਂ ਆਪ ਹੀ ਵੇਖੋ ਜਿਹੜਾ ਘਰ 3 ਲੱਖ ਦਾ 3.5 ਲੱਖ ਦਾ ਐਡਵਰਟਾਈਜ਼ ਹੁੰਦਾ ਉਹ ਜਾ ਕੇ ਸਾਨੂੰ ਪਤਾ ਲੱਗ ਗਿਆ 5.5 ਲੱਖ ਦਾ ਗਿਆ ਬੰਦਾ ਘਰੋਂ ਹੀ ਪਹਿਲੇ ਮੂਡ ਬਣਾ ਕੇ ਜਾਂਦਾ ਉਹਦਾ ਮੂਡ ਤੇ ਉਹੀ ਤੋੜ ਦਿੰਦੇ ਫੜ ਕੇ ਉਹ ਤੇ ਬੰਦੇ ਇੰਨੇ ਲਾਈਨ ਮਤਲਬ ਸਪਲਾਈ ਤੇ ਡਿਮਾਂਡ ਨੂੰ ਇਹਨਾਂ ਨੇ ਕਿਹਾ ਕਿ ਇਸ ਪੋਲਿਸੀਸ ਦੇ ਅੰਦਰ ਅਸੀਂ ਹੋਰ ਨਵੇਂ ਘਰਾਂ ਦੇ ਵਿੱਚ ਇਨਫਰਾਸਟ੍ਰਕਚਰ ਪਾਵਾਂਗੇ ਹੋਰ ਨਵੇਂ ਘਰ ਬਣਾਵਾਂਗੇ ਜਿਹਦੇ ਕਰਕੇ ਸਪਲਾਈ ਜਿਹੜੀ ਡਾਊਨ ਹੋ ਜ਼ਿਆਦਾ ਹੋਵੇ ਅਤੇ ਡਿਮਾਂਡ ਜਿਹੜੀ ਘੱਟ ਹੋਵੇ ਅਤੇ ਜਿਹੜੇ ਪ੍ਰਾਈਸਿਸ ਆ ਉਹ ਸਟੇਬਲ ਹੋ ਜਾਣ ਜੀ ਸੋ ਇਸ ਤੋਂ ਇਲਾਵਾ ਜਿਹੜੇ ਇੱਕ ਵੈਸੇ ਇਹ ਸਾਰੇ ਬਜਟ ਤੋਂ ਵੀ ਪਰੇ ਰੱਖ ਕੇ ਜੇ ਆਪਾਂ ਇੱਕ 457 ਵੀਜ਼ੇ ਵਾਲਿਆਂ ਲਈ ਸਵਾਲ ਆ ਕਿ ਉਹ ਉਹਨਾਂ ਨੂੰ ਤਾਂ ਉਹ ਨੋਰਮਲ ਉਸੇ ਤਰ੍ਹਾਂ ਹੀ ਟੈਕਸ ਧਾਰਦੇ ਰਹਿਣਾ ਪੈਣਾ ਵਾ ਉਹਨਾਂ ਦਾ ਤਾਂ ਕੋਈ ਫਰਕ ਨਹੀਂ ਪਿਆ ਜਾਂ ਕੋਈ ਉਹਨਾਂ ਦੇ ਵੀ ਕੋਈ ਟੈਕਸੇਸ਼ਨ ਦੇ ਵਿੱਚ ਕੋਈ ਫਰਕ ਪਿਆ ਉਹਨਾਂ ਵਾਸਤੇ ਇੱਕੋ ਗੱਲ ਹੈ ਜੀ 457 ਵੀਜ਼ਾ 'ਤੇ ਜਿਹੜੇ ਬੰਦੇ ਹੈਗੇ ਆ ਕਿ ਮੈਡੀਕਲ ਲੇਵੀ ਜਿਹੜੀ ਉਹਨਾਂ ਨੂੰ ਐਗਜ਼ੈਂਪਟ ਹੈ ਉਹ ਪ੍ਰੋਪਰਲੀ ਆਪਣਾ ਟੈਕਸ ਤਾਰਨ ਤੋਂ ਪਹਿਲੇ ਮੈਡੀਕਲ ਲੇਵੀ ਐਗਜ਼ੈਂਪਸ਼ਨ ਫਾਰਮ ਜਿਹੜਾ ਭਰ ਕੇ ਮੈਡੀਕੇਅਰ ਡਿਪਾਰਟਮੈਂਟ ਨੂੰ ਦਿੱਤਾ ਜਾਵੇ ਇਹ 'ਚ ਮੈਂ ਖਾਸ ਤੌਰ 'ਤੇ ਇੱਕ ਅਨਾਊਂਸਮੈਂਟ ਕਰਨਾ ਚਾਹੂੰਗਾ ਮੈਂ ਯੂਜ਼ਲੀ ਜਦੋਂ ਵੀ ਜਿੰਨੇ ਵੀ ਮੇਰੇ ਕਲਾਇੰਟ ਆਉਂਦੇ ਆ ਜਿਹੜੇ ਟੈਂਪਰੇਰੀ ਵੀਜ਼ਾਸ 'ਤੇ ਹੈਗੇ ਆ ਜਿਹੜੇ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਨਹੀਂ ਹੈਗੇ ਆਸਟ੍ਰੇਲੀਆ ਦੇ ਉਹਨੂੰ ਮੈਂ ਬੜੀ ਵਾਰੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਵੀਜ਼ੇ ਦੀ ਸਾਰੀਆਂ ਕਾਪੀਆਂ ਅਤੇ ਜਿੰਨੀ ਵਾਰੀ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਅੰਦਰ ਆਏ ਹੋ ਕੰਟਰੀ ਤੋਂ ਉਹਦੀ ਸਾਰੀਆਂ ਸਟੈਂਪਸ ਚਾਹੀਦੀਆਂ ਇਹਨਾਂ ਨੂੰ ਰਾਈਟ ਫਰੋਮ ਦਾ ਫਸਟ ਡੇ ਉਹ ਬਹੁਤੇ ਡਰ ਜਾਂਦੇ ਕਿ ਸਾਡੀ ਕਿਤੇ ਇਨਕੁਆਇਰੀ ਨਾ ਹੋ ਜਾਵੇ ਸਾਡੀ ਕਿਤੇ ਫੜਦੜ ਨਾ ਹੋ ਜਾਵੇ ਉਹ ਫੜਦੜ ਨਹੀਂ ਹੁੰਦੀ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਹੁੰਦਾ ਕਿ ਕਿਸੇ ਪੁਆਇੰਟ 'ਤੇ ਜਾਂ ਕਿਸੇ ਟਾਈਮ 'ਤੇ ਵੀ ਇਹ ਬੰਦਾ ਪਰਮਾਨੈਂਟ ਰੈਜੀਡੈਂਸੀ ਦੀ ਫਾਈਲ ਨਾ ਪਾਈ ਹੋਵੇ ਜਾਂ ਇਹਦੇ ਕੋਲ ਮੈਡੀਕੇਅਰ ਕਾਰਡ ਜਿਹੜਾ ਉਹ ਨਾ ਆਇਆ ਹੋਵੇ ਤੇ ਜਦੋਂ ਉਹ ਮੇਕ ਸ਼ੋਰ ਕਰ ਲੈਂਦੇ ਆ ਤੇ ਫਿਰ ਤੁਹਾਨੂੰ ਐਗਜ਼ੈਂਪਸ਼ਨ ਦੇ ਦਿੰਦੇ ਆ ਸੋ ਪਰਮਪ੍ਰੀਤ ਜੀ ਇੱਕ ਆਪਣੇ ਕੋਲ ਸਵਾਲ ਵੀ ਆਇਆ ਫੇਸਬੁੱਕ ਦੇ ਉੱਤੇ ਇਹ ਸਾਨੂੰ ਧਵਨ ਜੀ ਪੁੱਛ ਰਹੇ ਨੇ ਕਹਿੰਦੇ ਨੇ ਕਿ ਆਈ ਜਸਟ ਵਾਂਟਿਡ ਟੂ ਆਸਕ ਅਬਾਊਟ ਸੁਪਰ ਫੰਡ ਸੈਲਰੀ ਸੈਕਰੀਫਾਈਜ਼ ਫੋਰ ਦਾ ਫਸਟ ਹੋਮ ਯੂਜ਼ ਇਜ਼ ਗੋਇੰਗ ਟੂ ਸਟਾਰਟ ਫਰੋਮ ਦਾ ਨੈਕਸਟ ਫਾਈਨੈਂਸ਼ੀਅਲ ਈਅਰ ਔਰ ਕੈਨ ਵੀ ਸਟਾਰਟ ਇਟ ਫਰੋਮ ਨਾਓ ਐਜ਼ ਵੈਲ ਇਟ ਇਜ਼ ਸਟਾਰਟ ਫਰੋਮ ਦਾ ਨੈਕਸਟ ਫਾਈਨੈਂਸ਼ੀਅਲ ਈਅਰ ਯੈਸ ਤਵਨ ਜੀ ਪਰ ਤੁਸੀਂ ਆਪਣੇ ਇੰਪਲੋਇਰ ਨਾਲ ਗੱਲ ਹੋਣ ਕਰੋ ਕਿ ਅਗਲੇ ਫਾਈਨੈਂਸ਼ੀਅਲ ਈਅਰ ਤੋਂ ਤੁਸੀਂ ਸਟਾਰਟ ਕਰਨ ਦੀ ਕੋਸ਼ਿਸ਼ ਕਰੋਗੇ ਔਰ ਮੇਰੀ ਸੈਲਰੀ ਸੈਕਰੀਫਾਈਸ ਆਊਗੀ ਆਪਣੇ ਬਜਟਸ ਜਿਹੜੇ ਆ ਉਹ ਡਿਫਾਈਨ ਕਰ ਲਓ ਕਿਉਂਕਿ ਓਬਵੀਅਸਲੀ ਆਹ ਮਈ ਚੱਲ ਰਿਹਾ ਔਰ ਅਗਲਾ ਮਹੀਨਾ ਹੀ ਰਹਿ ਗਿਆ ਉਸ ਤੋਂ ਬਾਅਦ ਫਾਈਨੈਂਸ਼ੀਅਲ ਈਅਰ ਖਤਮ ਹੋ ਜਾਣਾ ਅਤੇ ਬੈਟਰ ਹੈ ਤੁਸੀਂ ਇੱਕ ਵਾਰੀ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਕੇ ਆਪਣਾ ਜਿਹੜੇ ਸਾਈਨ ਕਰਨੇ ਸੈਲਰੀ ਸੈਕਰੀਫਾਈਸ ਅਤੇ ਕੰਟਰੀਬਿਊਸ਼ਨ ਦੇ ਉੱਪਰ ਉਹ ਤੁਸੀਂ ਕਰ ਲਓ ਜੀ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਸਰਕਾਰ ਦਾ ਕਾਫੀ ਵੱਡਾ ਜਿਹੜਾ ਫੈਸਲਾ ਜਿਹਦਾ ਵੈਸੇ ਬਹੁਤ ਸਾਰੇ ਲੋਕਾਂ ਨੇ ਸਵਾਗਤ ਕੀਤਾ ਵੈਲਫੇਅਰ ਵਾਲੇ ਦਾ ਵੈਲਫੇਅਰ ਪੇਮੈਂਟ ਦੇ ਉੱਤੇ ਜਿਹੜੇ ਲੋਕ ਨੇ ਹਾਂਜੀ ਤੇ ਉਹਨਾਂ ਦੇ ਹੁਣ ਰੈਂਡਮਲੀ ਡਰੱਗ ਟੈਸਟ ਹੋਣਗੇ ਮੈਂ ਆਪ ਬੜਾ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਮਤਲਬ ਕਿਉਂਕਿ ਜਦੋਂ ਆਪਾਂ ਹੱਡ ਤੋੜ ਮਿਹਨਤ ਕਰਦੇ ਹਾਂ ਆਪਾਂ ਸਾਡੀ ਕਮਿਊਨਿਟੀ ਐਡੀ ਮਿਹਨਤ ਕਰਦੇ ਹਾਂ ਸਾਨੂੰ
ਪਤਾ ਲੱਗਦਾ ਸਾਡੀ ਜਿਹੜੇ ਹਾਰਡ ਮਨੀ ਵਾਲੀ ਆ ਜਿਹੜੀ ਡਿਪੋਜ਼ਿਟ ਕੀਤਾ ਉਹ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਜਿਹੜੇ ਕੁਛ ਨਹੀਂ ਕਰਦੇ ਡਰੱਗ ਲੈ ਕੇ ਸਾਰਾ ਦਿਨ ਬੈਠੇ ਰਹਿੰਦੇ ਆ ਔਰ ਟਰਬਲ ਹੀ ਹੁੰਦੀ ਉਹ ਬਾਕੀਆਂ ਵਾਸਤੇ ਅਤੇ ਮੇਰੇ ਹਿਸਾਬ ਨਾਲ ਇਹ ਬਹੁਤ ਵਧੀਆ ਉਪਰਾਲਾ ਇਹ ਇਹਨਾਂ ਨੇ ਇਸ ਕਰਕੇ ਕੀਤਾ ਕਿ ਇਹ ਪੁਸ਼ ਕਰ ਸਕਣ ਇਹ ਜਿਹੜੀ ਆਮ ਵਿਹਲੇ ਬੰਦੇ ਆ ਉਹ ਆਪਣਾ ਕੰਮ ਵੱਲ ਜਾਣ ਔਰ ਇਹਨਾਂ ਨੂੰ ਵਿਹਲੇ ਖਾਣ ਦੀ ਆਦਤ ਨਾ ਰਹੇ ਜੀ। ਸੋ ਇੱਕ ਹੋਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਜਿਹੜਾ ਇੱਕ ਸਰਕਾਰ ਬਹੁਤ ਵੱਡੀ ਫੋਰਨ ਏਡ ਦਿੰਦੀ ਸੀ ਉਹਨੂੰ ਵੀ ਜਿਹੜਾ ਵਾ ਰੋਕ ਸਾਲਾਂ ਲਈ ਰੋਕ ਦਿੱਤਾ ਗਿਆ, ਤੁਸੀਂ ਇਸ ਫੈਸਲੇ ਨੂੰ ਕਿੱਥੇ ਕੁ ਤੱਕ ਜਾਇਜ਼ ਠਹਿਰਾਉਂਦੇ ਹੋ? ਮੈਂ ਮੇਰੇ ਹਿਸਾਬ ਨਾਲ ਮੈਂ ਇਹ ਸਮਝਦਾ ਕਿ ਪਹਿਲੇ ਆਪਣਾ ਘਰ ਸਿੱਧਾ ਕਰੋ ਬਾਅਦ 'ਚੋਂ ਬਾਕੀ ਵੇਖਾਂਗੇ। ਹੁਣ ਟੈਕਨੀਕਲੀ ਵੇਖਿਆ ਜਾਵੇ ਤਾਂ ਆਪਣਾ ਘਰ ਹੀ ਆ ਆਸਟ੍ਰੇਲੀਆ ਜੀ ਜੀ, ਅਤੇ ਅਗਰ ਇਹ ਆਪਾਂ ਨਹੀਂ ਕਰਦੇ ਆਪਣੇ ਘਰ ਨੂੰ ਨਹੀਂ ਬਚਾਉਂਦੇ ਤਾਂ ਹੋਰ ਬਾਕੀ ਜਿੰਨੇ ਮਰਜ਼ੀ ਦਾਨ ਕਰ ਲਓ, ਫਿਰ ਘਰ 'ਤੇ ਆਪਣਾ ਧਿਆਨ ਰੱਖੋ ਯਾਰ ਜੀ, ਅਤੇ ਇਹ ਚੀਜ਼ ਜ਼ਰੂਰੀ ਆ। ਨਹੀਂ ਬਹੁਤ ਵਧੀਆ ਗੱਲ ਹੈ ਜੀ, ਵਾਕਈ ਸਾਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਵਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਇੱਕ ਵਾਰੀ ਮੈਂ ਚਾਹੂੰਗਾ ਕਿ ਆਪਾਂ ਇਸ ਤੋਂ ਪਹਿਲਾਂ ਕਿ ਕੋਈ ਮੈਸੇਜਿਸ ਹੋਰ ਲਈਏ, ਤੁਸੀਂ ਸਮਾਲ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਚੇਂਜਿਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਰੂਰ ਦੱਸ ਦਿਓ ਪਲੀਜ਼। ਸਮਾਲ ਬਿਜ਼ਨਸ ਵਿੱਚ ਮੈਂ ਦੁਬਾਰਾ ਦੱਸਣਾ ਚਾਹੂੰਗਾ ਕਿ ਜਿੱਦਾਂ ਕਿ ਪਿਛਲੇ ਸਾਲ ਵਿੱਚ ਡੈਪਰੀਸ਼ੀਏਸ਼ਨ $20,000 ਦੀ ਸੀ, ਇਹਨੂੰ ਮੈਂ ਖੁੱਲ੍ਹ ਕੇ ਥੋੜ੍ਹਾ ਦੱਸਣਾ ਚਾਹੂੰਗਾ, ਦੋ ਸਿਨੈਰੀਓ ਲੈ ਕੇ ਜਾਣਾ ਚਾਹੂੰਗਾ ਸਮਾਲ ਬਿਜ਼ਨਸ ਵਿੱਚ। ਲੈਟਸ ਏ ਫੋਰ ਇਗਜ਼ਾਮਪਲ ਕਿ ਇੱਕ ਕਾਰ ਕਿਸੇ ਨੇ ਲਿੱਤੀ ਹੈ, ਮੈਂ ਕਾਰ ਦੀ ਇਗਜ਼ਾਮਪਲ ਜ਼ਿਆਦਾ ਤਾਂ ਲੈਂਦਾ ਕਿਉਂਕਿ ਆਪਣੇ ਬੰਦੇ ਕਾਰ ਹੀ ਜ਼ਿਆਦਾ ਲੈਂਦੇ ਨੇ, ਠੀਕ ਹੈ ਬਿਲਕੁਲ, ਜਿਹੜੀ ਚੀਜ਼ ਸਮਝ ਆ ਰਹੀ ਹੈ ਉਹ। ਜਿਹੜੀ ਕਾਰ 20,000 ਜਾਂ 20,000 ਤੋਂ ਥੱਲੇ ਆ ਉਹ ਤੁਸੀਂ ਇੱਕੋ ਸਾਲ 'ਚ ਹੀ ਮਾਈਨਸ ਕਰ ਸਕਦੇ ਹੋ ਆਪਣੀ ਟੈਕਸੇਬਲ ਇਨਕਮ। ਲੈਟਸ ਏ ਅਗਰ ਤੁਹਾਡੀ ਬਿਜ਼ਨਸ ਇਨਕਮ ਸਮਝੋ ਕਿ $50,000 ਆ, ਤਾਂ $50,000 'ਚੋਂ ਸਿੱਧਾ ਸਿੱਧਾ 20,000 ਮਾਈਨਸ ਹੋ ਜੂਗਾ। ਇਹ ਪੈਸੇ ਨਹੀਂ ਤੁਹਾਡੇ ਜੇਬ 'ਚ ਆਉਣੇ, ਇਹ ਡੈਪਰੀਸ਼ੀਏਟ ਹੋਣੇ ਆ, ਤੁਹਾਡੇ 50,000 ਚੋਂ 20,000 ਮਾਈਨਸ ਹੋ ਗਿਆ, ਯਾਨੀ ਕਿ ਤੁਹਾਨੂੰ 30,000 'ਤੇ ਟੈਕਸ ਲੱਗੇਗਾ। ਓਕੇ, ਹੁਣ ਅਗਰ ਜੇ ਵੇਖਿਆ ਜਾਵੇ ਤਾਂ ਅਗਰ ਕਾਰ $50,000 ਦੀ ਆ, ਕਈਆਂ ਨੇ ਨਵੀਆਂ ਵੀ ਲੈਣੀਆਂ ਹੁੰਦੀਆਂ, ਕਿਸੇ ਵਧੀਆ ਵੀ ਲੈਣੀਆਂ ਹੁੰਦੀਆਂ, ਉਹਦੇ ਵਿੱਚ ਇਹ ਆ ਕਿ ਅਗਰ ਉਹ 20,000 ਤੋਂ ਉੱਪਰ ਆ ਅਮਾਊਂਟ, ਤਾਂ ਪਹਿਲੇ ਸਾਲ 15%, ਉਸ ਤੋਂ ਬਾਅਦ 30% ਫਲੈਟ ਲੱਗੇਗਾ ਡੈਪਰੀਸ਼ੀਏਸ਼ਨ, ਉਹਨਾਂ ਚਿਰ ਤੱਕ ਜਿੰਨਾ ਤੱਕ ਉਹ ਵਹੀਕਲ ਦੀ ਜਿਹੜੀ ਵੈਲਿਊ ਆ ਉਹ 20,000 ਤੋਂ ਥੱਲੇ ਨਾ ਆ ਜਾਵੇ। ਅਤੇ ਜਦੋਂ 20,000 ਜਾਂ 20,000 ਤੋਂ ਥੱਲੇ ਆ ਗਈ, ਫਿਰ ਤੁਸੀਂ ਸਟੇਟਵੇ ਨੂੰ ਮਾਈਨਸ ਕਰ ਸਕਦੇ ਹੋ ਆਪਣੇ ਟੈਕਸੇਬਲ ਇਨਕਮ 'ਚ ਜੀ। ਸੋ ਠੀਕ ਹੈ ਜੀ, ਇਸ ਤੋਂ ਇਲਾਵਾ ਜੀ, ਇਹ ਤੋਂ ਇਲਾਵਾ ਇਹ ਇੱਕ ਨਾਲ ਵੀਜ਼ਾ, ਟੈਂਪਰੇਰੀ ਵੀਜ਼ਾ ਜਿਹੜੇ ਆ ਉਹਦੇ 'ਤੇ $1,800 ਜਿਹੜਾ ਡੋਲਰ ਦੀ ਈਚ ਈਅਰ ਇਹਨਾਂ ਨੇ ਕੋਸਟ ਜਿਹੜੀ ਆ ਉਹ ਲਿਆਂਦੀ ਗਈ, ਇਹਨਾਂ ਨੇ ਪੁਸ਼ ਕੀਤਾ ਉਹਦੇ ਉੱਪਰ, ਅਤੇ ਕੋਸ਼ਿਸ਼ ਕੀਤੀ ਆ ਕਿ ਸਮਾਲ ਬਿਜ਼ਨਸ ਨੂੰ ਜਿੰਨਾ ਬੜਾਵਾ ਦਿੱਤਾ ਜਾਵੇ, ਅਤੇ ਜਿਹੜੀ ਹੋਰ ਜਿਹੜੀ ਆਪਣੇ ਸਮਾਲ ਬਿਜ਼ਨਸ ਰਿਪੇਟਸ ਹੈਗੀਆਂ ਉਹਦੇ ਵੱਲ ਤਾਂ ਇਹਨਾਂ ਨੇ ਧਿਆਨ ਦਿੱਤਾ ਜੀ। ਸੋ ਇੱਕ CGT ਦੇ ਨਾਲ ਵੀ ਕੁਐਸਚਨ ਆਇਆ, ਕਹਿੰਦੇ ਹਾਂਜੀ ਇਹਨੂੰ ਕਿਵੇਂ ਕਹਿੰਦੇ ਮਿਨੀਮਾਈਜ਼ ਕੀਤਾ ਜਾਵੇ? ਇਹਦੇ 'ਤੇ ਇੱਕ ਖਾਸ ਧਿਆਨ ਰੱਖਿਆ ਜਾਵੇ, ਸਾਡੇ ਅੱਜ ਦੀ ਡੇਟ 'ਚ ਕਮਿਊਨਿਟੀ 'ਚੋਂ ਇੱਕ ਬੜੀ ਕਾਮਨ ਕਹਿ ਲਓ ਵੀ ਚੱਲੀ ਹੋਈ ਆ ਵੀ ਬਹੁਤੇ ਬੰਦੇ ਫਸਟ ਰਿਲੀਜ਼ ਜਾਂ ਦੂਜੀ ਰਿਲੀਜ਼ 'ਚੋਂ ਲੈਂਡ ਲੈ ਲੈਂਦੇ ਆ ਜੀ, ਉਹਨੂੰ ਸਾਲ ਦੀ ਕਹਿ ਲਓ ਵੀ ਸੈਟਲਮੈਂਟ ਹੁੰਦੀ ਇੱਕ ਸਾਲ ਦੀ, 5% ਦੇ ਕੇ 10% ਦੇ ਕੇ ਉਹ ਬੁੱਕ ਕਰਾ ਲੈਂਦੇ ਆ। ਉਸ ਤੋਂ ਬਾਅਦ ਸਾਲ ਹੋਣ ਤੋਂ ਪਹਿਲੇ ਪਹਿਲੇ ਉਹਨਾਂ ਨੂੰ ਪਤਾ ਲੱਗਦਾ ਕਿ ਸਾਨੂੰ 40,000 ਉੱਪਰ ਮਿਲਣ ਦੇ ਆ, ਅਤੇ ਫਟਾਫਟ ਵੇਚ ਦਿੰਦੇ ਆ। ਅੱਛਾ ਜੀ ਦੋਸਤੋ, ਇਹ 'ਚ ਥੋੜ੍ਹਾ ਜਿਹਾ ਧਿਆਨ ਰੱਖੋ, ਇਹਨੂੰ ਟੈਕਸ ਆਫਿਸ ਕਿੱਦਾਂ ਧਿਆਨ ਰੱਖਦਾ ਕਿ ਇੱਕ ਕੋਂਟਰੈਕਟ ਸਾਈਨ ਹੋਣ 'ਤੇ ਅਤੇ ਦੂਜਾ ਕੋਂਟਰੈਕਟ ਸਾਈਨ ਹੋਣ 'ਤੇ 1 ਸਾਲ ਚਾਹੀਦਾ ਆਪਾਂ ਨੂੰ, ਤਾਂ ਆਪਾਂ ਪੈਸੇ ਬਚਾ ਸਕਦੇ ਹਾਂ। ਲੈਟਸ ਸੇ ਫੋਰ ਇਗਜ਼ਾਮਪਲ ਮੈਂ ਇੱਕ ਘਰ ਦੀ ਗੱਲ ਕਰਾਂ, ਜੇ ਤੁਸੀਂ ਸਮਝੋ ਕਿ ਸਾਈਨ ਤੁਸੀਂ May 2017 'ਚ ਕੀਤਾ ਅਤੇ ਉਹ ਵੇਚਿਆ ਤੁਸੀਂ ਲੈਟਸ ਸੇ ਜੂਨ ਵਿੱਚ, ਅਤੇ ਉਹ ਸੈਟਲਮੈਂਟ ਉਹਦੀ ਹੋਈ ਜੁਲਾਈ 'ਚ, ਅਤੇ ਵੇਖਿਆ ਜਾਵੇ ਤਾਂ ਲੋਕ ਕਈ ਡਰ ਜਾਂਦੇ ਯਾਰ ਜੁਲਾਈ 'ਚ ਹੋਈ ਆ, ਅਤੇ ਅਗਰ ਮਤਲਬ ਲੈਟਸ ਸੇ ਅਗਰ ਮਈ 'ਚ ਹੋ ਗਿਆ ਵਿਕ ਗਿਆ ਤਾਂ ਆਪਣਾ ਸਾਲ ਨਹੀਂ ਪੂਰਾ, ਜਾਂ ਅਪ੍ਰੈਲ 'ਚ ਵਿਕ ਗਿਆ ਤਾਂ ਸਾਲ ਨਹੀਂ ਪੂਰਾ ਹੋਇਆ, ਪਰ ਉੱਦਾਂ ਨਹੀਂ ਆ। ਜਿੱਦਣ ਤੁਹਾਡਾ ਕੋਂਟਰੈਕਟ ਸਾਈਨ ਹੋਇਆ ਉਦੋਂ ਤੋਂ ਲੈ ਕੇ ਅਤੇ ਜਿੱਦਣ ਵੇਚਣ ਦੀ ਸੈਟਲਮੈਂਟ ਦਾ ਕੋਂਟਰੈਕਟ ਸਾਈਨ ਹੋਇਆ ਉਦੋਂ ਤੱਕ ਉਹ 1 ਸਾਲ ਮੰਨਿਆ ਜਾਊਗਾ। ਅਗਰ ਤੁਸੀਂ 1 ਸਾਲ ਦੇ ਉੱਪਰ ਹੋ ਤਾਂ ਤੁਹਾਨੂੰ 50% ਸਿੱਧੀ ਡਿਸਕਾਊਂਟ ਫੈਕਟਰ ਹੈਗਾ, ਸਿੱਧਾ ਹੀ ਡਿਸਕਾਊਂਟ ਆ ਅੱਧੇ ਦਾ। ਹੁਣ ਉਹਦੇ ਵਿੱਚ ਕੋਸਟ ਬੇਸ ਕੱਢਣੀ ਹੁੰਦੀ ਤੁਹਾਨੂੰ ਜਿੰਨਾ ਖਰਚਾ ਤੁਸੀਂ ਉਹ ਚੀਜ਼ ਲੈਣ 'ਤੇ ਕੀਤਾ, ਜਿੰਨੀ ਰਿਪੇਅਰ ਐਡਅਪ ਕੀਤੀ, ਜਾਂ ਹੋਰ ਉਹਨੂੰ ਵਧੀਆ ਕਰਨ ਵਾਸਤੇ ਜੋ ਵੀ ਲੀਗਲ ਕੋਸਟ ਜਾਂ ਹੋਰ ਜਿਹੜੀਆਂ ਪੇਪਰਸ ਬਣਾਏ, Section 32 ਬਣਾਇਆ, ਉਹ ਸਾਰਾ ਐਡਅਪ ਹੋਣਾ, ਜਿੰਨੀ ਕਮਿਸ਼ਨ ਗਈ ਤੁਹਾਡੀ ਰੀਅਲ ਸਟੇਟ ਦੀ ਉਹ ਵੀ ਮਾਈਨਸ ਹੋਣੀ ਆ, ਜੋ ਰਹਿ ਗਿਆ ਮਤਲਬ ਉਹ ਗੈਪ ਜਿਹੜਾ ਘਟਾਉਣਾ ਵਾ ਬੇਸਿਕਲੀ, ਜਿੰਨਾ ਖਰੀਦ ਦੀ ਵੈਲਿਊ ਅਤੇ ਵੇਚਣ ਦੀ ਜਿੰਨਾ ਉਹ ਘਟੂਗਾ ਔਰ 1 ਸਾਲ ਤੋਂ ਉੱਪਰ ਹੋਊਗਾ। ਕੋਸ਼ਿਸ਼ ਕਰਿਓ ਕਿ ਜੇ ਤੁਸੀਂ ਕੋਂਟਰੈਕਟ ਸਾਈਨ ਕਰ ਰਹੇ ਹੋ ਧਿਆਨ ਰੱਖੋ ਵੀ ਤੁਹਾਡਾ ਕੋਂਟਰੈਕਟ ਜਿਹੜਾ ਜਦੋਂ ਪਰਚੇਜ਼ ਕੀਤਾ ਸੀ ਉਹ ਕਦੋਂ ਆਇਆ। ਅਗਰ 1 ਸਾਲ ਹੋਣ 'ਚ 1 ਮਹੀਨਾ ਪਿਆ ਤਾਂ ਕੋਸ਼ਿਸ਼ ਕਰੋ 1 ਮਹੀਨਾ ਹੋਰ ਔਖੇ ਸੌਖੇ ਕੱਢ ਲਓ।
50% ਜਿਹੜੀ ਹੈ ਤੁਹਾਨੂੰ ਡਿਸਕਾਊਂਟ ਮਿਲ ਜੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਅਤੇ ਬਹੁਤ ਸਾਰੇ ਆਪਣੇ ਕੋਲ ਸਵਾਲ ਵੀ ਜਿਹੜੇ ਆ ਰਹੇ ਨੇ, ਅਤੇ ਨਾਲ ਨਾਲ ਕੁਛ ਹੋਰ ਜਾਂਦੇ ਜਾਂਦੇ ਜਿਹੜੇ ਲਾਈਵ ਫੇਸਬੁੱਕ ਦੇ ਉੱਤੇ ਉਹ ਵੀ ਸਵਾਲ ਲੈ ਲਈਏ। ਉਬਰ ਦੀ ਕੋਈ GST ਜੀ, ਉਹਦਾ ਵੀ ਕੋਈ ਦੱਸ ਦਿਓ, ਦਓ ਜੀ ਹੁਣ ਜਿਹੜੀ ਬਣਦੀ ਉਬਰ ਦੇ। ਦੋਸਤੋ ਇਹਨੂੰ ਜ਼ਰੂਰੀ ਹੋ ਗਈ ਹੈ GST, ਜਿੱਦਾਂ ਕਿ ਟੈਕਸ ਆਫਿਸ ਜਿਹੜੇ ਆ ਉਹ ਇਹ ਡਿਕਲੇਅਰ ਕਰ ਚੁੱਕਿਆ ਕਿ ਇਹ ਇੱਕ ਇੰਡਸਟਰੀ ਟੈਕਸੀ ਦੀ ਇੰਡਸਟਰੀ ਦਾ ਹੀ ਇੱਕ ਹਿੱਸਾ, ਅਤੇ ਜ਼ਰੂਰੀ ਆ ਕਿ ਤੁਹਾਨੂੰ GST ਰਜਿਸਟਰਡ ਹੋਣਾ। ਜਿੰਨੇ ਵੀ ਉਬਰ ਡਰਾਈਵਰ ਹੈਗੇ ਆ ਉਹ ਆਪਣੀ GST ਜਿਹੜੀ ਆ ਉਹ ਪ੍ਰੋਪਰਲੀ ਫਾਈਲ ਕਰਨ। ਔਰ ਉਹਦੇ ਵਿੱਚ ਮੈਂ ਇੱਕ ਦੋ ਚੀਜ਼ਾਂ ਹੋਰ ਦੱਸਦਾ ਕਿ ਜਿਹੜੇ ਤੁਸੀਂ ਉਬਰ ਨੂੰ ਕੰਮ ਕਰਨ ਵਾਸਤੇ ਕਾਰ ਲੈਂਦੇ ਹੋ, ਤੇਲ ਪਵਾਉਂਦੇ ਹੋ, ਜਿਹੜਾ ਮਿੰਟ ਰੱਖਦੇ ਹੋ, ਪਲੱਸ ਜਿਹੜੇ ਵਾਟਰ ਰੱਖਦੇ ਹੋ, ਪਲੱਸ ਜਿਹੜੇ ਹੋਰ ਛੋਟੇ ਮੋਟੇ ਖਰਚੇ, ਜਾਂ ਸਮਝੋ ਫੋਨ ਹੋਲਡਰ ਹੀ ਰੱਖਦੇ ਹੋ, ਜਾਂ ਸਨਗਲਾਸਿਸ ਹੀ ਰੱਖਦੇ ਹੋ, ਆਪਣੀ ਸਨਸਕ੍ਰੀਨ ਰੱਖਦੇ ਹੋ, ਜਾਂ ਹੋਰ ਕੋਇਨ ਹੋਲਡਰ ਰੱਖਦੇ ਹੋ, ਜਾਂ ਕੁਛ ਇਹੋ ਜਿਹੀ ਚੀਜ਼ ਜਿਹੜੀ ਤੁਹਾਨੂੰ ਇਸ ਚੀਜ਼ 'ਚ ਕੰਮ ਆਉਂਦੀ ਆ ਉਹ ਤੁਸੀਂ ਡਿਡਕਟ ਕਰ ਸਕਦੇ ਹੋ ਜੀ। ਸੋ ਬੜੇ ਸਾਰੇ ਖਰਚੇ ਆ ਜਿਹੜੇ ਤੁਸੀਂ ਕਰ ਵੀ ਸਕਦੇ ਹੋ ਅਤੇ ਕਈ ਤੁਸੀਂ ਕਰਵਾ ਵੀ ਸਕਦੇ ਹੋਗੇ ਜੀ ਤੁਹਾਡੀ ਮਦਦ ਦੇ ਨਾਲ, KPG ਟੈਕਸੇਸ਼ਨ ਦੋਸਤੋ ਤੁਸੀਂ ਮਿਲ ਸਕਦੇ ਹੋ। ਭਾਅ ਜੀ ਬਹੁਤ ਚਿਰ ਤੋਂ ਜੇ ਕਿਸੇ ਨੇ ਟੈਕਸ ਨਾ ਭਰਿਆ ਹੋਵੇ ਉਹ ਫਿਰ ਹੁਣ ਕੀ ਕਰੇ? ਦੇਖੋ ਉਹਦਾ ਇੱਕੋ ਇਲਾਜ ਆ ਕਿ ਟੈਕਸ ਕੀਤਾ ਜਾਵੇ। ਅਸੀਂ ਇਸ ਚੀਜ਼ ਨੂੰ ਔਨਲਾਈਨ ਵੀ ਕਰਦੇ ਹਾਂ, ਕੋਸ਼ਿਸ਼ ਕੀਤੀ ਕਿ ਤੁਹਾਨੂੰ ਅਗਰ ਦੂਰ ਕੋਈ ਪੈਂਦਾ ਤਾਂ ਸਾਡੇ ਤੁਸੀਂ ਫੋਨ ਦੇ ਉੱਪਰ ਜਾਂ ਸਾਡੀ ਈਮੇਲ ਦੇ ਉੱਪਰ ਤੁਸੀਂ ਆਪਣੇ ਕੰਟੈਕਟ ਬਣਾ ਸਕਦੇ ਹੋ ਜੀ ਜੀ। ਅਤੇ ਅੱਜ ਕੱਲ੍ਹ ਸਾਡੀ ਸਮਾਰਟ ਐਪ ਵੀ ਚੱਲ ਪਈ ਆ ਆਈਫੋਨ ਦੇ ਉੱਪਰ ਜਾਂ iOS ਅਤੇ ਐਂਡਰੋਇਡ ਦੇ ਉੱਪਰ, ਤੁਸੀਂ ਡਾਊਨਲੋਡ ਕਰ ਲਓ KPG ਟੈਕਸੇਸ਼ਨ ਦੀ ਐਪ, ਅਤੇ ਉਹਦੇ ਵਿੱਚ ਤੁਸੀਂ ਆਪਣੇ ਉਹ ਹਰ ਇੱਕ ਟੈਬ ਮੈਂ ਵੱਖਰਾ ਵੱਖਰਾ ਬਣਾਇਆ, ਉਹਦੇ ਉੱਪਰ ਆਪਣਾ ਪੇਪਰ ਡਾਊਨਲੋਡ ਕਰ ਸਕਦੇ ਹੋ, ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ, ਅਸੀਂ ਤੁਹਾਡਾ ਰਾਬਤਾ ਕਾਇਮ ਕਰ ਲਾਂਗੇ। ਭਾਅ ਜੀ ਜਿਹੜੇ ਆਪਣੇ ਟਰੱਕ ਡਰਾਈਵਰਸ ਨੇ, ਟਰੱਕ ਓਨਰਸ ਨੇ, ਉਹਨਾਂ ਦੇ ਲਈ ਕੋਈ ਖਾਸ? ਉਹਨਾਂ ਲਈ ਖਾਸ ਇਹ ਆ ਜੀ ਕਿ ਇਹਦੇ ਵਿੱਚ ਥੋੜ੍ਹਾ ਜਿਹਾ ਧਿਆਨ ਰੱਖੋ ਆਪਣਾ, ਜਿੰਨੇ ਤੇਲ ਡੀਜ਼ਲ ਪਾਉਂਦੇ ਹੋ ਤੁਸੀਂ ਡੀਜ਼ਲ ਪਾ ਕੇ, ਅਤੇ ਇਹਦੇ ਵਿੱਚ ਲੀਟਰਸ ਜ਼ਰੂਰ ਕਾਊਂਟ ਕਰੋ ਕਿਉਂਕਿ ਤੁਹਾਨੂੰ ਫਿਊਲ ਟੈਕਸ ਕ੍ਰੈਡਿਟ ਜਿਹੜਾ ਵਾ ਉਹ ਮਿਲਦਾ ਲੀਟਰਸ ਦੇ ਅਕੋਰਡਿੰਗਲੀ। ਔਨ ਐਵਰੇਜ ਅਗਰ ਇੱਕ ਟਰੱਕ ਦੇ ਪਿੱਛੇ ਆਪਾਂ ਨੂੰ ਤੁਹਾਡੇ GST ਚੋਂ $400 to $500 ਦਾ ਜਿਹੜਾ ਵਾ ਤੁਹਾਨੂੰ ਫਾਇਦਾ ਹੁੰਦਾ, ਤੁਸੀਂ ਜ਼ਰੂਰ ਅਗਰ ਤੁਸੀਂ ਹੋਰ ਕਿਸੇ ਕੋਲ ਅਕਾਊਂਟਿੰਗ ਕਰਾਉਂਦੇ ਪਏ ਹੋ ਤਾਂ ਇਸ ਚੀਜ਼ ਦਾ ਥਰੂ ਧਿਆਨ ਰੱਖੋ। ਜਿੰਨੇ ਟਰੱਕ ਤੁਸੀਂ ਫਾਈਨਾਂਸ ਕਰਾਏ ਆ ਉਹਦਾ ਇੰਟਰਸਟ ਤੁਸੀਂ ਮਾਈਨਸ ਜ਼ਰੂਰ ਕਰਾਓ ਆਪਣੀ ਟੈਕਸ ਰਿਟਰਨ 'ਚ, ਉਹ GST 'ਚ ਨਹੀਂ ਹੁੰਦਾ। ਉਹ ਤੋਂ ਇਲਾਵਾ ਟਰੱਕਾਂ ਦੇ ਵਿੱਚ ਜੋ ਰਿਪੇਅਰ ਹੈ ਮੇਨਟੇਨੈਂਸ ਹੁੰਦੀ ਉਹ ਜ਼ਰੂਰ ਐਡ ਅਪ ਕਰ ਸਕਦੇ ਹੋ। ਅਤੇ ਹੋਰ ਜਿਹੜੀ ਇਹਦੇ ਵਿੱਚ ਇੱਕ ਖਾਸ ਗੱਲ ਹੋਰ, ਜਿਹੜੇ ਟਰੱਕ ਜਿਹੜੇ ਬੈਰਲ ਚੱਲਦੇ ਜਿਨ੍ਹਾਂ ਦੇ ਪਿੱਛੇ, ਜਿਹੜੇ ਕੰਕਰੀਟ ਟਰੱਕ ਹੋ ਗਏ ਜਾਂ ਫ੍ਰੀਜ਼ਰ ਚੱਲਦੇ ਜਿਹੜੇ ਜਿਨ੍ਹਾਂ ਦੇ ਪਿੱਛੇ ਡੱਬੀ ਡਬਲ ਹੁੰਦੇ ਔਰ ਪਿੱਛੇ ਫ੍ਰੀਜ਼ਰ ਚੱਲਦੇ ਹੁੰਦੇ ਆ, ਉਹਨਾਂ ਦਾ ਐਕਸਟਰਾ ਸਰਕਾਰ ਹੋਰ ਦਿੰਦੀ ਆ ਫਿਊਲ ਟੈਕਸ ਕ੍ਰੈਡਿਟ। ਤੇ ਉਹ ਤੁਸੀਂ ਆਪਣੇ ਜੇ ਕਿਸੇ ਕੋਲ ਕਰਾਉਂਦੇ ਹੋ ਤੁਸੀਂ ਅਕਾਊਂਟਿੰਗ ਉਹਨੂੰ ਜ਼ਰੂਰ ਇੱਕ ਵਾਰੀ ਡਬਲ ਚੈੱਕ ਕਰ ਲਿਓ। ਪਰਮਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮੱਚ। ਅਤੇ ਆਪਾਂ ਫੇਸਬੁੱਕ ਤੋਂ ਲਾਈਵ ਨੂੰ ਹੁਣ ਕਰਨੀ ਆ ਜੀ ਅਲਵਿਦਾ। ਸ਼ੁਕਰੀਆ ਤੁਹਾਡਾ ਪਰਮਪ੍ਰੀਤ ਜੀ, ਥੈਂਕ ਯੂ ਵੈਰੀ ਮੱਚ। ਦੋਸਤੋ ਤੁਹਾਡੇ ਜਿਹੜੇ ਸਵਾਲ ਨੇ ਆਪਾਂ ਜ਼ਰੂਰ ਲੈਂਦੇ ਹਾਂ, ਤੁਸੀਂ ਆਪਣੇ ਸਵਾਲ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਉੱਤੇ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ ਦੇ ਉੱਤੇ ਜ਼ਰੂਰ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਰੇਡੀਓ ਹਾਂਜੀ ਹਾਂਜੀ ਦੇ ਵਿੱਚ ਡਬਲ ਏ ਜ਼ਰੂਰ ਪਾ ਲਿਓ, ਅਤੇ ਨਾਲ ਨਾਲ ਤੁਸੀਂ ਸਾਨੂੰ ਲਾਈਵ ਵੀ ਕਾਲ ਕਰ ਸਕਦੇ ਹੋ। ਹਜੇ ਕੁਛ ਸਮਾਂ ਸਾਡੇ ਕੋਲ ਪਰਮਪ੍ਰੀਤ ਸਿੰਘ ਜੀ ਨੇ, ਆਪਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਜਾਰੀ ਰੱਖਾਂਗੇ। ਸੋ 9355634449 3560344 ਇਹ ਸਾਡਾ ਫੋਨ ਨੰਬਰ ਹੋਏਗਾ ਅਗਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ। ਅਗਰ ਨਹੀਂ ਵੀ ਕਾਲ ਕਰਨਾ ਚਾਹੁੰਦੇ, ਆਪਣਾ ਨਾਂ ਨਹੀਂ ਵੀ ਦੱਸਣਾ ਚਾਹੁੰਦੇ ਤੁਹਾਨੂੰ ਲੱਗਦਾ, ਤੁਸੀਂ ਕੋਈ ਪ੍ਰੋਬਲਮ ਨਹੀਂ, ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਦੋਸਤੋ। ਅਤੇ ਇਸ ਵਕਤ ਮੇਰੇ ਨਾਲ ਨੇ ਜੀ ਸਰਦਾਰ ਪਰਮਪ੍ਰੀਤ ਸਿੰਘ ਜੀ ਰਾਜਪੂਤ, KPG ਟੈਕਸੇਸ਼ਨ ਤੋਂ, KPG ਟੈਕਸੇਸ਼ਨ ਤੇ। ਦੋਸਤੋ ਤੁਸੀਂ ਬਹੁਤ ਈਜ਼ੀ ਇਹਨਾਂ ਨੇ ਕੀਤਾ ਪਿਆ, ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਹੜੇ ਕੋਨੇ 'ਚੋਂ ਕਿਹੜੇ ਸ਼ਹਿਰ 'ਚੋਂ, ਤੁਸੀਂ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਡਾਊਨਲੋਡ ਕਰ ਸਕਦੇ ਹੋ। ਈਜ਼ੀ ਗੋ KPG ਸਰਚ ਕਰੋ, ਐਪਲੀਕੇਸ਼ਨ ਡਾਊਨਲੋਡ ਕਰੋ, ਬਾਕੀ ਤੌਰ ਤਰੀਕੇ ਸਾਰੇ ਤੁਹਾਨੂੰ ਉੱਥੋਂ ਪਤਾ ਲੱਗ ਜਾਣੇ ਆ। ਘਰ ਬੈਠਿਆਂ ਜਿਹੜਾ ਤੁਸੀਂ ਆਪਣਾ ਟੈਕਸ ਫਾਈਲ ਕਰ ਸਕਦੇ ਹੋ ਇਹਨਾਂ ਦੀ ਮਦਦ ਦੇ ਨਾਲ। ਹੋਰ ਵੀ ਬਹੁਤ ਸਾਰੇ ਕੰਮਕਾਰ ਨੇ ਜੀ, ਬੜੀਆਂ ਸਾਰੀਆਂ ਤੁਹਾਡੀਆਂ ਮਦਦਗਾਰ ਸਾਬਤ ਹੋ ਸਕਦੇ ਨੇ। ਕੋਈ ਮੁਸ਼ਕਲ ਆਵੇ ਤਾਂ ਸਾਡੇ ਵੀਰ ਹਮੇਸ਼ਾ ਆਣ ਖਲਾਉਂਦੇ ਨੇ। ਸੋ ਖਾਸੀਅਤ ਇਹਨਾਂ ਦੀ ਜੀ ਸਰਦਾਰ ਪਰਮਪ੍ਰੀਤ ਸਿੰਘ ਰਾਜਪੂਤ ਹੋਣਾ ਦੀ। ਸੋ ਜਦੋਂ ਕਿਤੇ ਲੋੜ ਪੈਂਦੀ ਆ ਸਾਡੀ ਕਮਿਊਨਿਟੀ ਨੂੰ, ਆ ਕੇ ਨਾਲ ਵੀ ਖਲਾਉਂਦੇ ਨੇ, ਜਿਹਨੂੰ ਕਹਿੰਦੇ ਨੇ ਕਿ ਮਨ ਅਤੇ ਧਨ ਦੋਵਾਂ ਦੇ ਨਾਲ ਜਿਹੜੀ ਆ ਸੇਵਾ ਕਰਨੀ, ਅਤੇ ਨਾਲ ਤਨ ਦੇ ਨਾਲ ਵੀ ਸੇਵਾ ਕਰਨੀ। ਸੋ ਤਿੰਨਾਂ ਦੇ ਨਾਲ ਹੀ ਅਸਲ ਦੇ ਵਿੱਚ ਸੇਵਾ ਖੂਬ ਨਿਭਾਉਂਦੇ ਨੇ। ਖੈਰ ਇਸ ਵਕਤ ਮੇਰੇ ਨਾਲ ਕਾਲਰ ਨੇ ਜੀ, ਆਪਾਂ ਇਹਨਾਂ ਨੂੰ 1 by 1 ਔਨ ਏਅਰ ਕਰਦੇ ਹਾਂ। ਗੁਰਵਿੰਦਰ ਜੀ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਗੁਰਵਿੰਦਰ ਜੀ ਕਿੱਥੋਂ ਬੋਲ ਰਹੇ ਹੋ? ਮੈਨੂੰ ਉਹਨਾਂ ਨੇ ਗਰੁੱਪ ਸਰਟੀਫਿਕੇਟ ਨੀ ਮਿਲਿਆ,
ਤੇ ਉਹ ਗਰੁੱਪ ਸਰਟੀਫਿਕੇਟ ਮੈਨੂੰ ਜ਼ਰੂਰੀ ਹੋ, ਹੁਣ ਮੈਂ ਕਿੱਦਾਂ ਉਹ ਤੇ ਬੰਦ ਕਰਕੇ ਚਲੇ ਗਏ ਨੇ, ਤੇ ਮੈਨੂੰ ਉਹ ਗਰੁੱਪ ਸਰਟੀਫਿਕੇਟ ਵਗੈਰਾ ਨਹੀਂ ਉਹਨਾਂ ਕੋਲੋਂ ਮਿਲ ਨਹੀਂ ਪਾਣਾ ਜਾਂ ਮਿਲਿਆ ਨੀ, ਮੈਨੂੰ ਪਤਾ ਹੈ ਕਿ ਉਹਨਾਂ ਨੇ ਹੁਣ ਮੈਨੂੰ ਫੋਨ ਨੀ ਚੱਕਦੇ ਹੋ, ਤੇ ਉਹਦੇ ਬਾਰੇ ਹੁਣ ਮੈਂ ਕੀ ਕਰਾਂ? ਪਹਿਲਾ ਸਵਾਲ ਮੇਰਾ ਗੁਰਵਿੰਦਰ ਜੀ ਇਹ ਹੈ ਕਿ ਤੁਹਾਨੂੰ ਜਿਹੜੀ ਪੇ ਸੀ ਤੁਹਾਡੇ ਅਕਾਊਂਟ ਚ ਪੈਂਦੀ ਸੀ ਕਿ ਕਿੱਦਾਂ? ਹਾਂਜੀ ਹਾਂਜੀ ਅਕਾਊਂਟ ਚ ਪੇ ਆਂਦੀ ਸੀ ਜੀ, ਤੇ ਮੈਨੂੰ ਬਾਅਦ ਦੇ ਵਿੱਚ ਗਰੁੱਪ ਸਰਟੀਫਿਕੇਟ ਹੁਣ ਜਿੱਦਾਂ ਐਂਡ ਆਫ ਦੀ ਇਅਰ ਫਾਈਨੈਂਸ਼ੀਅਲ ਇਅਰ ਦੇ ਵਿੱਚ ਚਾਹੀਦਾ ਹੁੰਦਾ ਨਾ, ਉਹਨੇ ਦੇ ਰਹੇ ਟੈਕਸ? ਹਾਂਜੀ ਉਹ ਉਹਨਾਂ ਨੇ ਉਹਨਾਂ ਕੋਲ ਹੈ ਹੀ ਨਹੀਂ ਜੀ ਕੁਝ ਹੁਣ ਜੀ। ਦੂਜਾ ਸਵਾਲ ਇਹ ਹੈ ਕਿ ਤੁਹਾਨੂੰ ਪੇ ਸਲਿਪਸ ਹੈਗੀਆਂ ਤੁਹਾਡੇ ਕੋਲ? ਹਾਂਜੀ ਪੇ ਸਲਿਪ ਮੇਰੇ ਕੋਲ ਹੈਗੀਆਂ ਜਦੋਂ ਤਾਈਂ ਮੈਂ ਕੰਮ ਕੀਤਾ। ਇਸ ਕੇਸ ਵਿੱਚ ਕਿਹੜਾ ਇਹ ਇਸ ਫਾਈਨੈਂਸ਼ੀਅਲ ਈਅਰ 16-17 ਦੀ ਗੱਲ ਕਰ ਰਹੇ ਹੋ ਕਿ 15-16 ਦੀ ਗੱਲ ਕਰ ਰਹੇ ਹੋ? ਹਾਂ ਲੇਟੈਸਟ ਹੈ ਹੋਈ ਲੇਟੈਸਟ। ਪਹਿਲੇ ਤਾਂ ਆਪਾਂ ਨੂੰ ਅਗਸਤ ਤੱਕ ਵੇਟ ਕਰਨੀ ਚਾਹੀਦੀ ਆ ਕਿ ਹੋ ਸਕਦਾ, ਕਿਉਂਕਿ ਕਹਿੰਦੇ ਨਾ ਵੀ ਭਾਜਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਆ, ਤੇ ਇਸ ਕਰਕੇ ਜੇ ਤੁਹਾਨੂੰ ਨਹੀਂ ਦਿੱਤਾ ਤਾਂ ਉਹਨੂੰ ਵੀ ਐਪਲੀਕੇਸ਼ਨ ਹੈਗੀ ਆ ਟੈਕਸ ਆਫਿਸ ਨੂੰ ਰਿਪੋਰਟ ਕਰਨ ਦੀ। ਪਹਿਲੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਪ੍ਰੋਪਰਲੀ ਜਿਹੜਾ ਰਿਪੋਰਟ ਕਰ ਲਏ, ਹੈ ਨਾ, ਵੀ ਸਾਨੂੰ ਆਪਣਾ ਮੈਂ ਸਾਡੇ ਕੋਲ ਹੈ ਇਹ ਔਨਲਾਈਨ ਨੂੰ ਅਸੈਸ ਕਰ ਸਕਦੇ ਹਾਂ। ਦੂਜਾ ਸਵਾਲ ਹੈ ਕਿ ਜੇ ਲੈਟ ਸੇ ਫੋਰ ਐਗਜ਼ਾਮਪਲ ਉਹਨੇ ਉਹਨੇ ਕੀਤਾ ਹੀ ਨਹੀਂ ਕੁਛ, ਕੁਛ ਵੀ ਨਹੀਂ ਕੀਤਾ, ਸਮਝੋ ਭੱਜ ਗਿਆ, ਖਤਮ ਹੋ ਗਿਆ, ਆਪਾਂ ਜਿੰਨੀਆਂ ਪੇ ਸਲਿਪਸ ਔਰ ਜਿਹੜਾ ਤੁਹਾਡੇ ਬੈਂਕ ਅਕਾਊਂਟ 'ਚ ਪੈਸੇ ਆਏ ਆਪਾਂ ਉਹਦੀ ਪ੍ਰੋਪਰ ਰਿਪੋਰਟ ਬਣਾ ਕੇ ਅਸੀਂ ਉਹ ਪ੍ਰੋਪਰਲੀ ਟੈਕਸ ਕਰ ਸਕਦੇ ਹਾਂ। ਹਾਂਜੀ ਹਾਂਜੀ ਆਪਾਂ ਕਰ ਸਕਦੇ ਹਾਂ, ਤੇ ਜੇ ਟੈਕਸ ਆਫਿਸ ਸਾਨੂੰ ਸਵਾਲ ਜਵਾਬ ਕਰੂਗਾ, ਯੂਜਲੀ ਅਸੀਂ ਕਰਦੇ ਹਾਂ ਕੇਸ, ਤੇ ਜੋ ਸਵਾਲ ਜਵਾਬ ਕਰਦੇ ਹਾਂ ਅਸੀਂ ਪ੍ਰੋਪਰਲੀ ਇਹਨਾਂ ਨੂੰ ਸਾਰਾ ਕੁਛ ਆਨਸਰ ਜਿਹੜਾ ਦੇਈਦਾ ਉਹ ਸਾਡੀ ਫਰਜ਼ ਆ ਕਿੱਦਾਂ ਦੇਣਾ ਇਹਨਾਂ ਨੂੰ। ਬਹੁਤ ਬਹੁਤ ਸ਼ੁਕਰੀਆ ਵੀਰੇ ਤੁਹਾਡਾ। ਆਪਾਂ ਨੈਕਸਟ ਕਾਲਰ ਲੈਂਦੇ ਹਾਂ ਜੀ, ਸਾਡੇ ਨਾਲ ਨੇ 983, ਤੁਸੀਂ ਆਉਂਦੇ ਹੋ ਜੀ, ਕੀ ਨਾਂ ਤੁਹਾਡਾ? 983। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜੀਤ ਸਿੰਘ ਹੈ। ਹਾਂਜੀ ਹਾਂਜੀ ਬਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਕੁਐਸਚਨ ਪੁੱਛਣਾ ਸੀ ਇਨਵੈਸਟਮੈਂਟ ਪ੍ਰੋਪਰਟੀ ਬਾਰੇ। ਪਹਿਲਾਂ ਤੁਸੀਂ ਡਿਸਕਸ ਕਰ ਰਹੇ ਸੀ, ਮੈਂ ਥੋੜਾ ਮਿਸ ਕਰ ਦਿੱਤਾ, ਮੈਂ ਰੇਡੀਓ ਹਾਂਜੀ ਲੇਟ ਆਨ ਕੀਤਾ ਸੀ ਜੀ। ਤੇ ਜੇ ਆਪਾਂ ਇਨਵੈਸਟਮੈਂਟ ਪ੍ਰੋਪਰਟੀ ਖਰੀਦਦੇ ਹਾਂ ਤੇ ਉਹਦੇ ਲਈ ਜਿਹੜੀ ਰਿਕੁਆਇਰਡ ਇਨਕਮ ਹੁੰਦੀ ਹੈ ਉਹ ਕਿਸ ਤਰ੍ਹਾਂ ਕੈਲਕੂਲੇਟ ਹੁੰਦੀ ਹੈ? ਜਿਵੇਂ ਕਿ ਮੈਂ ਆਪਣੇ ਅਕਾਊਂਟੈਂਟ ਨਾਲ ਕੰਸਲਟ ਕੀਤਾ ਸੀ, ਉਹਨਾਂ ਨੇ ਸੋਰੀ ਬ੍ਰੋਕਰ ਨਾਲ, ਉਹ ਕਹਿ ਰਹੇ ਸੀ ਕਿ ਰਿਕੁਆਇਰਡ ਇਨਕਮ ਹੁਣ ਜ਼ਿਆਦਾ ਹੋਏਗੀ। ਪਹਿਲਾਂ ਜਦੋਂ ਮੈਂ ਘਰ ਖਰੀਦਿਆ ਸੀ ਉਹਦੇ ਨਾਲੋਂ ਜ਼ਿਆਦਾ ਮੈਨੂੰ ਇਨਕਮ ਦਿਖਾਉਣੀ ਪੈਣੀ ਹੈ ਇਫ ਆਈ ਵਾਂਟ ਟੂ ਬਾਏ ਇਨਵੈਸਟਮੈਂਟ ਪ੍ਰੋਪਰਟੀ। ਤੇ ਸਟੈਂਪ ਡਿਊਟੀ ਵਗੈਰਾ ਉਹਦੇ ਤੇ ਮੈਨੂੰ ਜਿਵੇਂ ਫਸਟ ਪ੍ਰੋਪਰਟੀ ਲਈ ਤਾਂ ਲੈਣ ਲਈ ਘੱਟ ਦੇਣੀ ਪਈ, ਉਹਦੇ ਲਈ ਸਟੈਂਪ ਡਿਊਟੀ ਕਿੰਨੀ ਦੇਣੀ ਪਏਗੀ? ਜਸਟ ਇਫ ਵੀ ਕੰਸੀਡਰ ਅਮਾਊਂਟ 500,000 ਫੋਰ ਦ ਇਨਵੈਸਟਮੈਂਟ ਪ੍ਰੋਪਰਟੀ। ਇਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸ ਦਿੰਦਾ। ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਦੀ ਜਿਹੜੀ ਕੀਤੀ ਜਾਂਦੀ ਆ ਜਿਹਨੂੰ ਕਹਿੰਦੇ ਆ ਕਿ ਸਰਵਿਸਬਿਲਟੀ, ਉਹ ਸਰਵਿਸਬਿਲਟੀ ਇਸ ਤਰ੍ਹਾਂ ਇਸ ਤਰੀਕੇ ਨਾਲ ਹੋਊਗੀ ਕਿ ਸਰਵਿਸਬਿਲਟੀ ਵਿੱਚ ਤੁਹਾਡੀ ਆਪਣੀ ਇਨਕਮ, ਅਗਰ ਤੁਹਾਡੇ ਵਾਈਫ ਹੈਗੇ ਉਹਨਾਂ ਦੀ ਇਨਕਮ, ਪਲੱਸ ਜਿਹੜੀ ਇੱਕ ਤੁਹਾਡੀ ਕਹਿ ਲਓ ਵੀ ਰੈਂਟਲ ਅਪਰੇਜ਼ਲ, ਰੈਂਟਲ ਅਪਰੇਜ਼ਲ ਤੁਹਾਨੂੰ ਰੀਅਲ ਸਟੇਟ ਤੋਂ ਮਿਲੂਗੀ, ਉਹ ਇਹ ਲਿਖ ਕੇ ਦਊਗਾ ਕਿ ਮੇਰੇ ਹਿਸਾਬ ਨਾਲ ਇਸ ਘਰ ਦੀ ਜਿਹੜੀ ਇਨਕਮ ਆ ਉਹ ਰੈਂਟਲ ਉਹ ਇੰਨੇ ਤੋਂ ਲੈ ਕੇ ਇੰਨੇ ਤੱਕ ਹੋਊਗੀ। ਪਰ ਯਾਦ ਰੱਖਿਓ ਜਿੰਨੀ ਉਹ ਸਭ ਤੋਂ ਘੱਟ ਕਹੂਗਾ ਉਹਨਾਂ ਨੇ ਬੈਂਕ ਨੇ ਉਹਨੂੰ ਕੰਸਿਡਰ ਕਰਨਾ। ਲੈਟ ਸੇ ਅਗਰ ਉਹਨੇ ਕਿਹਾ ਕਿ 400 ਤੋਂ ਲੈ ਕੇ 500 ਤੱਕ ਆ ਤਾਂ ਉਹਨਾਂ ਨੇ 400 ਕੰਸਿਡਰ ਕਰਨੀ, 500 ਨਹੀਂ ਕਰਨੀ। ਅਤੇ ਇਹਦੇ ਇਲਾਵਾ ਹੋਰ ਚੀਜ਼ਾਂ ਜਿਹੜੀ ਤੁਹਾਡੇ ਡੈਬਿਟ ਕਾਰਡ ਸੋਰੀ ਤਾਂ ਕ੍ਰੈਡਿਟ ਕਾਰਡ ਜਿਹੜੇ ਹੈਗੇ ਆ ਜਾਂ ਤੁਹਾਡੇ ਉੱਪਰ ਹੋਰ ਲੋਨ ਜਿਹੜੇ ਆ ਉਹ ਤੁਹਾਡੀ ਬੋਰਿੰਗ ਕਪੈਸਿਟੀ ਘਟਾਉਂਦੇ ਆ। ਅਤੇ ਕੋਸ਼ਿਸ਼ ਕਰਿਓ ਕਿ ਜਿੰਨੀ ਆਪਣੀ ਜ਼ਿਆਦਾ ਜਿੰਨੀ ਇਨਫੋਰਮੇਸ਼ਨ ਜ਼ਿਆਦਾ ਆਪਣੇ ਬ੍ਰੋਕਰ ਨੂੰ ਦੇ ਸਕੋ ਇਸ ਚੀਜ਼ ਬਾਰੇ ਅਤੇ ਉਹ ਇਹਨੂੰ ਕੀ ਨੂੰ ਕਵਰ ਕਰ ਸਕੇ। ਰੈਂਟਲ ਇਨਕਮ 'ਤੇ ਟੈਕਸ ਨਹੀਂ ਦੇਣਾ ਪਊਗਾ, ਰੀਜ਼ਨ ਕਿਉਂਕਿ ਉਹ ਨੈਗੇਟਿਵ ਗੇਅਰ 'ਚ ਜਾਊਗਾ। ਜੇ ਨੈਗੇਟਿਵ ਗੇਅਰ 'ਚ ਗਿਆ ਤਾਂ ਜੇ ਮੈਨੂੰ ਪੱਲਿਓ ਦੇਣੇ ਪਏ ਉਹਦੇ ਲਈ ਲੋਨ ਦੇ ਲਈ, ਉਹ ਕਹਿ ਰਹੇ ਤੁਸੀਂ ਨੈਗੇਟਿਵ ਦੇ ਰਹੇ ਹੋ। ਪੱਲਿਓ ਤੁਸੀਂ ਕਹਿੰਦੇ ਡਾਊਨ ਪੇਮੈਂਟ ਦੀ ਗੱਲ ਕਰ ਰਹੇ ਹੋ ਤੁਸੀਂ? ਮੇਰੇ ਕਹਿਣ ਦਾ ਮਤਲਬ ਕਿ ਜਿਵੇਂ ਉਹਦਾ ਰੈਂਟ ਆ ਰਿਹਾ ਇਨਵੈਸਟਮੈਂਟ ਪ੍ਰੋਪਰਟੀ ਦਾ, ਹਾਂਜੀ, ਜੋ ਮੇਰੀ ਮੋਰਗੇਜ ਹੋਏਗੀ, ਹਾਂਜੀ, ਸਪੋਜ਼ ਮੋਰਗੇਜ ਵੱਧ ਹੋਣੀ, ਔਨ ਐਵਰੇਜ ਅਗਰ 5 ਲੱਖ ਦੇ ਪਿੱਛੇ ਵੇਖਿਆ ਜਾਵੇ ਤਾਂ $300 ਤੋਂ ਲੈ ਕੇ $400 ਤੱਕ ਤੁਹਾਨੂੰ ਆਪਣੇ ਜੇਬੋਂ ਦੇਣੇ ਪੈਣਗੇ ਹਰ ਮਹੀਨੇ। ਪਰ ਉਹਦਾ ਪਲੱਸ ਪੁਆਇੰਟ ਇਹ ਆ ਕਿ ਇੱਕ ਤਾਂ ਤੁਹਾਡੀ ਇਨਕਮ ਜਿਹੜੀ ਆ ਉਹ ਮਾਈਨਸ ਹੋਊਗੀ ਆਪਣੀ ਪਰਸਨਲ, ਕਿਉਂਕਿ ਉਹ ਨੈਗੇਟਿਵ ਗੇਅਰ 'ਚ ਹੈਗਾ। ਨੰਬਰ 2, 15-20 ਸਾਲ ਬਾਅਦ ਤੁਹਾਨੂੰ ਇਸ ਫਾਇਦਾ ਪਤਾ ਲੱਗੂਗਾ ਵੀ 350 ਦੇਣ ਤੋਂ ਬਾਅਦ ਵੀ ਅਸੀਂ ਆਪਣਾ ਘਰ ਖੜਾ ਕਰ ਲਿਆ ਬਰਾਬਰ। ਹਾਂਜੀ ਠੀਕ ਹੈ ਸਰ, ਥੈਂਕ ਯੂ ਵੈਰੀ ਮੱਚ। 922 ਸਾਡੇ ਨਾਲ ਨੇ ਜੀ, 922 ਤੁਸੀਂ ਆਉਂਦੇ ਹੋ ਜੀ, ਕੀ ਨਾਂ ਤੁਹਾਡਾ?
ਸਤਿ ਸ਼੍ਰੀ ਅਕਾਲ ਜੀ, ਗੁਰਪ੍ਰੀਤ ਸਿੰਘ ਬੋਲਦਾ ਜੀ ਮੈਲਬਨ ਤੋਂ। ਜੀ ਹਾਂਜੀ ਗੁਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਪ੍ਰੋਗਰਾਮ ਮਿਸ ਕਰ ਗਿਆ, ਅਸਲ 'ਚ ਮੈਂ ਕੰਮ 'ਚ ਬਿਜ਼ੀ ਸੀਗਾ ਕਿਤੇ, ਅਤੇ ਮੈਨੂੰ ਨਾ ਸੁਪਰ ਐਨੋਵੇਸ਼ਨ ਬਾਰੇ ਦੱਸੋ ਜੀ। ਅਸੀਂ ਆਪਦੇ ਫਸਟ ਹੋਮ ਬਾਇਰ ਆਪਾਂ ਆਪਦੇ ਘਰ ਦੇ ਵਿੱਚ ਸੁਪਰ ਐਨੋਵੇਸ਼ਨ ਯੂਜ਼ ਕਰ ਸਕਦੇ ਹਾਂ? ਹਾਂਜੀ, ਇਹਦੇ ਵਿੱਚ ਇੱਦਾਂ ਕਿ ਇਹ ਜਿਹੜਾ ਇਹਨਾਂ ਨੇ ਗਵਰਨਮੈਂਟ ਨੇ ਇੱਕ ਨਵੀਂ ਸਕੀਮ ਚਲਾਈ ਆ, ਇਹਦੇ ਵਿੱਚ ਤੁਸੀਂ ਆਪਣੀ ਸੁਪਰ ਐਨੋਵੇਸ਼ਨ ਕੰਟਰੀਬਿਊਸ਼ਨ ਜਿਹੜੀ ਐਕਸਟਰਾ ਕਰ ਸਕਦੇ ਹੋ। ਐਕਸਟਰਾ ਇਨ ਦਾ ਸੈਂਸ ਕਿ ਜਿੱਦਾਂ ਹਰ ਸਾਲ ਤੁਸੀਂ 15,000 ਅਗਰ ਤੁਸੀਂ ਮੀਆਂ ਬੀਬੀ ਜੋੜਦੇ ਹੋ ਤਾਂ $30,000 ਦੀ ਇੱਕ ਸੇਵਿੰਗ ਬਣਦੀ ਆ, ਅਤੇ ਅਗਰ 2 ਸਾਲ ਦੇ ਬਾਅਦ ਤੁਹਾਡੇ ਕੋਲ ਇੰਨੀ 60,000 ਦੀ ਡਾਊਨ ਪੇਮੈਂਟ ਹੋ ਜਾਏਗੀ ਕਿ ਤੁਸੀਂ ਇੱਕ ਫਸਟ ਹੋਮ ਗ੍ਰਾਂਟ ਜਿਹੜਾ ਫਸਟ ਹੋਮ ਜਿਹੜਾ ਤੁਸੀਂ ਲੈ ਸਕਦੇ ਹੋ। ਬਾਕੀ ਜਿਹੜੀ ਤੁਹਾਨੂੰ ਹੋਰ ਇਨਫੋਰਮੇਸ਼ਨ ਲੈਣੀ ਹੈ, ਪਹਿਲੇ ਆਪਣੇ ਸੁਪਰ ਐਨੋਵੇਸ਼ਨ ਜਿਹੜੀ ਵੀ ਕੰਪਨੀ ਹੈਗੀਆਂ ਉਹਨਾਂ ਨੂੰ ਫੋਨ ਕਰੋ, ਅਤੇ ਉਹਨਾਂ ਨੂੰ ਦੱਸੋ ਵੀ ਉਹ ਕਿਹੜੇ ਉਹਨਾਂ ਦੇ ਕਿਹੜੇ ਪਲੈਨਸ ਚੱਲ ਰਹੇ ਆ, ਉਹ ਕਿਹੜੇ ਉਹਨਾਂ ਦੇ ਪੋਰਟਫੋਲੀਓ ਚੱਲ ਰਹੇ ਆ, ਉਹਦੇ 'ਤੇ ਧਿਆਨ ਰੱਖੋ। ਅਤੇ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਕਿ ਕਈਆਂ ਦੇ 2-2, 3-3 ਸੁਪਰ ਐਨੋਵੇਸ਼ਨ ਜਿਹੜੇ ਹੁੰਦੇ ਆ ਅਕਾਊਂਟ, ਉਹ 2-3 ਤੋਂ ਇਲਾਵਾ ਇੱਕ 'ਚ ਕਰਕੇ ਉਹ ਇੱਕੋ 'ਚ ਪੈਸਾ ਪਾਓ, ਕਿਉਂਕਿ ਸਾਰੀਆਂ $250-$300 ਤੱਕ ਤੁਹਾਨੂੰ ਹਰ ਮਹੀਨੇ ਚਾਰਜ ਕਰਦੀਆਂ ਆਪਣੀ ਐਡਮਿਨਿਸਟ੍ਰੇਸ਼ਨ ਫੀਸ, ਅਤੇ ਭਾਵੇਂ ਤੁਹਾਡਾ ਉਹ ਦਿਨੋਂ ਦਿਨ ਘੱਟਦੇ, ਉਹਨੂੰ ਥੋੜ੍ਹਾ ਕਰਕੇ ਇੱਕ ਸੁਪਰ ਐਨੋਵੇਸ਼ਨ 'ਚ ਕਰ ਲਓ। ਓਕੇ ਭਾਅ ਜੀ, ਓਕੇ, ਹਾਂਜੀ ਠੀਕ ਹੈ, ਥੈਂਕ ਯੂ ਭਾਅ ਜੀ, ਥੈਂਕ ਯੂ ਜੀ, ਥੈਂਕ ਯੂ ਵੀਰੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇੱਕ ਜਿਹੜਾ ਸਵਾਲ ਵੈਸੇ ਇਹਦੇ ਨਾਲ ਰਿਲੇਟਡ ਸੀਗਾ, ਵਿਵੇਕ ਕੁੱਪਲ ਹੋਣਾ ਨੇ ਸਰ ਤੋਂ ਪੁੱਛਿਆ, ਇਹ ਕਹਿੰਦੇ ਨੇ ਕਿ ਹਾਓ ਮੱਚ ਐਨੀਬਡੀ ਕੈਨ ਡਿਪੋਜ਼ਿਟ ਇਨ ਸੁਪਰ ਅਕਾਊਂਟ ਔਨ ਲੋਅਰ ਟੈਕਸ ਐਂਡ ਨੋਟ ਓਨਲੀ ਫਸਟ ਹੋਮ ਬਾਇਰਸ। ਜਿਹੜਾ ਇੰਪਲੋਇਰ ਵੱਲੋਂ 9.5% ਹੈਗਾ ਜੀ, ਜਿਹੜਾ ਜ਼ਰੂਰੀ ਗਰੰਟੀ ਜਿਹਨੂੰ ਕਹਿੰਦੇ ਆ ਉਹ ਦੇਣਾ ਹੀ ਦੇਣਾ, ਉਹ ਤੋਂ ਇਲਾਵਾ ਹਾਇਰ ਬ੍ਰੈਕਟ ਜਿਹੜੀ ਆ ਉਹ 15,000 ਦੀ ਹੈ ਕਿ ਤੁਸੀਂ 15,000 ਤੱਕ ਆਪਣਾ ਕੰਟਰੀਬਿਊਟ ਕਰ ਸਕਦੇ ਹੋ ਇੱਕ ਸਾਲ ਦੇ। ਸੋ ਕਾਲਰ ਸਾਡੇ ਨਾਲ, ਇਹ ਕੋਈ ਫਸਟ ਹੋਮ ਸੈਕੰਡ ਹੋਮ ਬਾਇਰ ਦਾ ਤਾਂ ਕੋਈ ਚੱਕਰ ਨਹੀਂ? ਕੋਈ ਚੱਕਰ ਨਹੀਂ। 154, ਤੁਸੀਂ ਆਉਂਦੇ ਹੋ ਜੀ, ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵਿਕਾਸ ਵਰਮਾ। ਜੀ ਹਾਂਜੀ ਵਿਕਾਸ ਜੀ, ਪੁੱਛੋ ਸਵਾਲ। ਹਾਂਜੀ, ਮੇਰਾ ਸਵਾਲ ਜੀ 2 ਤਰ੍ਹਾਂ ਦਾ, ਇੱਕ ਮੈਂ ਆਪਣੇ ਬ੍ਰਦਰ ਲਈ ਪੁੱਛਣਾ, ਪਹਿਲੇ ਮੈਂ ਆਪਣੇ ਲਈ ਇਨਵੈਸਟਮੈਂਟ ਪ੍ਰੋਪਰਟੀ ਦਾ, ਤੇ ਜਿੱਦਾਂ ਹੁਣ ਰਾਜਪੂਤ ਸਾਹਿਬ ਨੇ ਹੁਣੇ ਡਿਸਕਸ ਕੀਤਾ ਸੀ ਇਨਵੈਸਟਮੈਂਟ ਪ੍ਰੋਪਰਟੀ ਦਾ ਜੀ, ਤੇ ਉਸਦੇ ਵਿੱਚ ਜਿੱਦਾਂ ਤੁਸੀਂ ਨੈਗੇਟਿਵ ਗੇਅਰਿੰਗ ਦੀ ਗੱਲ ਕਰ ਰਹੇ ਹੋ, ਤੇ ਕਿਹੜੀ ਚੀਜ਼ ਤੁਹਾਡੇ ਅਕੋਰਡਿੰਗ ਸਹੀ ਰਹੇਗੀ ਕਿ ਅਸੀਂ ਇਨਵੈਸਟਮੈਂਟ ਪ੍ਰੋਪਰਟੀ ਕੋਈ ਹੋਮ ਲਈਏ ਕਿ ਜੇ ਅਸੀਂ ਕੋਈ ਲੈਂਡ ਆਫ ਬਲੋਕ ਲਈਏ, ਤੇ ਉਹ ਵਧੀਆ ਚੀਜ਼ ਹੈ ਕਿ ਸਾਨੂੰ ਘਰ ਹੀ ਲੈਣਾ ਚਾਹੀਦਾ ਬਲੋਕ ਦੀ ਬਜਾਏ? ਦੇਖੋ, ਅਗਰ ਤੁਸੀਂ ਨਵਾਂ ਘਰ ਲੈਂਦੇ ਹੋ ਤਾਂ ਓਬਵੀਅਸਲੀ ਉਹਦੀ ਡੈਪਰੀਸ਼ੀਏਸ਼ਨ ਵੀ ਤੁਹਾਨੂੰ ਮਿਲੂਗੀ, ਉਹਦੇ ਮੁਕਾਬਲੇ ਅਗਰ ਲੈਟਸੇ 25-30 ਸਾਲ ਪੁਰਾਣਾ ਅਗਰ ਤੁਸੀਂ ਘਰ ਲੈਂਦੇ ਹੋ ਤਾਂ ਉਹਦੀ ਡੈਪਰੀਸ਼ੀਏਸ਼ਨ ਤੁਸੀਂ ਚਾਰਜ ਨਹੀਂ ਕਰ ਸਕਦੇ, ਯਾਨੀ ਕਿ ਤੁਸੀਂ ਹੋਰ ਘਾਟਾ ਕਾਗਜ਼ਾਂ 'ਚ ਨਹੀਂ ਪਾ ਸਕਦੇ। ਅਤੇ ਨਵਾਂ ਲਓਗੇ ਤਾਂ ਇੱਕ ਤਾਂ ਤੁਹਾਨੂੰ ਬਿਲਡਰ ਦੀ ਗਰੰਟੀ ਵੀ ਮਿਲੂਗੀ, ਅਤੇ ਪਲੱਸ ਤੁਸੀਂ ਡੈਪਰੀਸ਼ੀਏਸ਼ਨ ਜਿਹੜੀ ਉਹ ਕਲੇਮ ਕਰ ਸਕਦੇ ਹੋ। ਦੂਜੇ ਤੌਰ 'ਤੇ ਵੇਖਿਆ ਜਾਵੇ, ਕਈ ਟਾਈਮ ਤੁਹਾਨੂੰ ਬਲੋਕ ਵੀ ਚੰਗੇ ਮਿਲ ਜਾਂਦੇ ਆ, ਵੱਡਾ ਬਲੋਕ ਮਿਲ ਜਾਂਦਾ ਨਵੇਂ ਘਰ 'ਚ, ਤੁਹਾਨੂੰ ਬਲੋਕ ਨਹੀਂ ਵੱਡਾ ਮਿਲਣਾ, ਅਤੇ ਜਿਹੜਾ ਪੁਰਾਣਾ ਇਹ ਘਰ ਆ ਉਹਦੇ ਵਿੱਚ ਤੁਸੀਂ 1,000 ਜਾਂ 900 ਜਾਂ 700 ਦਾ ਤੁਸੀਂ ਬਲੋਕ ਅਗਰ ਤੁਹਾਨੂੰ ਮਿਲ ਜਾਂਦਾ, ਤੁਸੀਂ ਫਿਊਚਰ ਵਿੱਚ ਉਹਨੂੰ ਸਭ ਡਿਵਾਈਡ ਕਰਕੇ ਆਪਾਂ ਵੇਚ ਸਕਦੇ ਹਾਂ। ਅਤੇ ਤੁਸੀਂ ਆਪਣੇ ਆਪ ਨੂੰ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ 'ਚ ਪੈਰ ਪਾਉਣਾ ਵਾ। ਹਾਂਜੀ, ਉਹਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਮੈਂ ਆਪਣਾ ਇੱਕ ਪਰਸਨਲ ਆਈਡੀਆ ਦੇ ਰਿਹਾ ਕਿ ਜਿਸ ਤਰ੍ਹਾਂ ਹੁਣ ਜਿਹੜਾ ਪ੍ਰੈਜ਼ੈਂਟ ਮੇਰਾ ਹੋਮ ਹੈ ਉਹ 15-20 ਸਾਲ ਪੁਰਾਣਾ, ਬਟ ਉਹਨਾਂ ਦੀ ਉਹਦੀ ਲੋਕੇਸ਼ਨ ਬਹੁਤ ਅੱਛੀ ਹੈ ਜੀ, ਤੇ ਉਹ 650-650 ਸਕੁਅਰ ਮੀਟਰ ਜੀ, ਤੇ ਜਿੱਦਾਂ ਹੁਣ ਅਸੀਂ ਸੋਚ ਰਹੇ ਸੀ ਕਿ ਚਲੋ ਠੀਕ ਹੈ, ਹੁਣ ਉੱਥੇ ਉਹ ਐਸਟੈਬਲਿਸ਼ ਏਰੀਆ ਉਹ ਰੈਂਟ ਤੇ ਚੜ ਜਾਣਾ, ਚਲੋ ਅਸੀਂ ਭਾਵੇਂ ਛੋਟਾ ਬਲੋਕ ਲੈ ਲਈਏ, ਤੇ ਉਹ ਜਿਹੜੀ ਸਟੇਟ 'ਚ ਅਸੀਂ ਲੈਣ ਦਾ ਸੋਚ ਰਹੇ ਹਾਂ ਉੱਥੇ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਕੰਸਟਰਕਸ਼ਨ 1-2 ਸਾਲ 'ਚ ਸ਼ੁਰੂ ਕਰਨੀ ਕਰਨੀ ਟਾਈਟਲ ਹੋਣ ਤੋਂ ਬਾਅਦ, ਤੇ ਉਸ ਕੇਸ ਦੇ ਵਿੱਚ ਜੇ ਅਸੀਂ ਉਹ ਬਲੋਕ ਮੈਂ ਰੋਕ ਕੇ ਰੱਖਦਾ ਵਾ ਕਿ ਠੀਕ ਹੈ ਟਾਈਟਲ ਵੀ ਹੋ ਗਿਆ, ਲੋਨ ਵੀ ਸ਼ੁਰੂ ਹੋ ਗਿਆ, ਜਿੰਨਾ ਚਿਰ ਤੱਕ ਰੈਂਟਲ ਪ੍ਰੋਪਰਟੀ ਨੂੰ ਰੈਂਟ ਵਾਸਤੇ ਨਹੀਂ ਲਾਇਆ ਕਿੱਦਾਂ ਤੁਸੀਂ ਕਲੇਮ ਕਰ ਸਕਦੇ ਹੋ? ਤੇ ਇਹ ਚੀਜ਼ ਨੂੰ ਧਿਆਨ ਰੱਖੋ। ਅਗਰ ਮੈਂ ਤੁਹਾਡੀ ਥਾਂ ਤੇ ਹੋਵਾਂ ਤੇ ਮੈਂ ਜਿਹੜਾ ਐਗਜਿਸਟਿੰਗ ਹਾਊਸ ਹੈ ਉੱਥੇ ਮੈਂ ਅਗਰ ਮੈਂ 2 ਘਰ ਬਣਾ ਕੇ ਅਗਰ ਏਡਾ ਵੱਡਾ ਬਲੋਕ ਆ ਤਾਂ ਉਹਨੂੰ ਮੈਂ ਰੈਂਟਲ ਪ੍ਰੋਪਰਟੀ ਤੇ ਰੱਖਾਂ ਤੇ ਤੀਸਰੇ ਤੇ ਮੈਂ ਆਪ ਜਾਵਾਂ। ਹਾਂਜੀ, ਉਹ ਤੀਸਰੇ ਦਾ ਇਹ ਹੈ ਕਿ ਉੱਥੇ ਅਜੇ ਡਿਵੈਲਪਮੈਂਟ ਨਹੀਂ ਏਰੀਏ 'ਚ, ਤੇ ਸਾਡੇ ਪਲਾਨ 'ਚ ਕੀ ਹੈ ਕਿ ਤੀਸਰਾ ਥੋੜ੍ਹਾ ਏਰੀਆ ਡਿਵੈਲਪ ਹੋ ਜਾਏਗਾ, ਠੀਕ ਹੈ ਉੱਥੇ ਬਿਲਡ ਕਰ ਲਈਏ, ਉਹ ਬਲੋਕ ਅਸੀਂ ਰੱਖੇ ਰੱਖੀਏ, ਉਹਦਾ ਜੋ ਲੋਨ ਹੈ ਉਹ ਚੱਲਦਾ ਰਹੇ ਉਨੀ ਦੇਰ ਤੱਕ। ਤੇ ਉਹਦੇ ਵਿੱਚ ਮੇਰਾ ਇੱਕ ਹੋਰ ਸੀ ਕਿ ਜੇ ਕੱਲ ਨੂੰ ਸਪੋਜ਼ ਅਸੀਂ ਉਸਨੂੰ ਸੈੱਲ ਕਰਨ ਦਾ ਸੋਚਦੇ ਹਾਂ, ਉਹਦੇ ਵਿੱਚ ਉਹ ਕਹਿੰਦੇ ਕਿ ਕੈਪੀਟਲ ਗੇਨ ਟੈਕਸ ਸਾਨੂੰ ਪੇ ਕਰਨਾ, ਤੇ ਉਹਦੇ ਵਿੱਚ ਜੇ ਮੈਂ ਕੱਲਾ ਇੰਟਰਸਟ ਓਨਲੀ ਲੋਨ ਲੈਣਾ ਉਹਦੇ ਲਈ,
ਤੇ ਉਹਦੇ ਵਿੱਚ ਜਦੋਂ ਮੈਂ ਕੈਪੀਟਲ ਗੇਨ ਟੈਕਸ ਹੈ ਤੇ ਉਹ ਮੇਰੇ ਐਕਸਪੈਂਸ 'ਚ ਕਾਊਂਟ ਹੋਏਗਾ ਜਿੰਨਾ ਮੈਂ ਇੰਟਰਸਟ ਪੇ ਕੀਤਾ ਹੋਏਗਾ ਬਲੋਕ ਤੇ? ਹਾਂ, ਟੈਕਨੀਕਲੀ ਉਹ ਇੱਦਾਂ ਵੇਖਿਆ ਜਾਏਗਾ ਕਿ ਕਿੰਨੇ ਦੀ ਉਹ ਕਿੰਨੇ ਦੀ ਉਹ ਪ੍ਰੋਪਰਟੀ ਸੀ, ਕਿੰਨੇ ਉਹਦੇ ਉੱਪਰ ਹੋਰ ਚਾਰਜਿਸ ਲਾਏ, ਜਿੱਦਾਂ ਤੁਸੀਂ ਕਨਵੈਂਸਰ ਫੀਸ ਦਿੱਤੀ, ਹੋਰ ਲੀਗਲ ਚਾਰਜਿਸ ਦਿੱਤੇ, ਬੋਰਿੰਗ ਚਾਰਜਿਸ ਦਿੱਤੇ, ਇਹ ਸਾਰਾ ਹੋਣ ਤੋਂ ਬਾਅਦ ਫਿਰ ਤੀਜੇ ਨੰਬਰ 'ਤੇ ਉਹਨਾਂ ਨੇ ਵੇਖਣਾ ਕਿ ਕਿੰਨੇ ਤੁਸੀਂ ਖਰਚੇ ਦੁਬਾਰਾ ਸੇਲ ਕਰਨ 'ਤੇ ਲਾਏ, ਅਤੇ ਜਿੰਨਾ ਗੈਪ ਰਹਿ ਗਿਆ ਉਹ ਤੁਹਾਡਾ ਪ੍ਰੋਫਿਟ ਆ। ਅਤੇ ਅਗਰ ਉਹ ਪ੍ਰੋਫਿਟ ਤੁਸੀਂ ਇੱਕ ਸਾਲ ਤੋਂ ਉੱਪਰ ਟਪਾ ਲੈਂਦੇ ਹੋ ਤਾਂ 50% ਦਾ ਤੁਹਾਨੂੰ ਡਿਸਕਾਊਂਟ ਮਿਲ ਜਾਏਗਾ। ਲੈਟਸ ਸੇ ਅਗਰ ਉਹ ਪ੍ਰੋਫਿਟ 20,000 ਦਾ ਹੋਇਆ ਤਾਂ ਤੁਹਾਡਾ ਫਿਰ 10,000 ਦਾ ਟੈਕਸ ਦੇਣਾ ਪਊਗਾ ਤੁਹਾਨੂੰ। ਦੇਖੋ ਇਹੋ ਜਿਹੇ ਬਲੋਕਾਂ ਵਿੱਚ ਆਪਣੇ ਬੰਦੇ ਕੁਇਕ ਮਨੀ ਵੀ ਬਣਾ ਰਹੇ ਆ, ਕਿਉਂਕਿ ਇੱਕ ਸਾਲ ਦੀ ਸੈਟਲਮੈਂਟ ਹੈਗੀ ਆ ਅਤੇ ਇੱਕ ਸਾਲ ਬਾਅਦ ਤੁਹਾਨੂੰ 30,000-40,000 ਹੱਸ ਕੇ ਮਿਲ ਜਾਂਦਾ। ਅਤੇ ਅਗਰ ਇਹਦੇ ਪਿੱਛੇ ਕੋਈ ਵੀ ਬਿਜ਼ਨਸ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਵਿਦਾਊਟ ਐਨੀ ਸੁਪਰਵਿਜ਼ਨ ਤੁਹਾਨੂੰ 30,000-40,000 ਛੱਡ ਜੇ ਸਾਲ ਦਾ। ਅਗੇਨ ਤੁਸੀਂ ਆਪ ਡਿਸਾਈਡ ਕਰਨਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਤੁਸੀਂ ਰੈਂਟਲ ਪ੍ਰੋਪਰਟੀ ਰੱਖਣਾ ਚਾਹੁੰਦੇ ਹੋ ਕਿ ਤੁਸੀਂ ਇਹੀ ਕੰਮ ਕਰਨਾ ਚਾਹੁੰਦੇ ਹੋ ਕਿ ਪ੍ਰੋਪਰਟੀ ਸੋਰੀ ਪਲੋਟ ਲੈ ਕੇ ਥੋੜ੍ਹਾ ਟਾਈਮ ਰੱਖ ਕੇ ਹੋਲਡ ਕਰਕੇ ਵੇਚਿਆ ਜਾਵੇ। ਠੀਕ ਹੈ ਜੀ। ਉਹਦੇ ਵਿੱਚ ਇੱਕ ਹੋਰ ਚੀਜ਼ ਪੁੱਛਣੀ ਸੀ ਕਿ ਟਾਈਟਲ ਹੋਣ ਤੋਂ ਪਹਿਲੇ ਜਿੱਦਾਂ ਅੱਜ ਕੱਲ੍ਹ ਕਹਿੰਦੇ ਨੇ ਕਿ ਤੁਸੀਂ ਦੂਸਰੇ ਕਿਸੇ ਨੂੰ ਵੀ ਨੋਮੀਨੇਟ ਕਰ ਸਕਦੇ ਹੋ। ਹਾਂਜੀ, ਐਨ ਨੋਮੀਨੀ ਕਲੋਜ਼ ਹੁੰਦਾ, ਪਰ ਉਹਦੇ ਨਾਲ ਤੁਸੀਂ ਸਟੇਟ ਦੀ ਗਾਈਡਲਾਈਨਸ ਜ਼ਰੂਰ ਪੜ੍ਹ ਲਿਆ ਜੇ। ਇਹ ਨਾ ਹੋਵੇ ਕਿ ਸਟੇਟ ਕਹੇ ਕਿ ਤੁਹਾਨੂੰ ਬਣਾ ਕੇ ਵੇਚ ਸਕਦੇ, ਉਸ ਤੋਂ ਪਹਿਲੇ ਨਹੀਂ ਵੇਚ ਸਕਦੇ, ਤੁਸੀਂ ਟ੍ਰਬਲ 'ਚ ਨਾ ਆ ਜਾਓ, ਇਹ ਧਿਆਨ ਰੱਖ ਲਿਓ ਜੇ ਥੋੜ੍ਹਾ ਜਿਹਾ। ਠੀਕ ਠੀਕ ਹੈ ਜੀ। ਤੇ ਇਹ ਇੱਕ ਹੋਰ ਰਾਜੂ ਸਾਹਿਬ, ਦੂਸਰਾ ਮੇਰਾ ਫਸਟ ਹੋਮ ਬਾਇਰ ਵੱਲੋਂ ਇੱਕ ਕੁਐਸਚਨ ਸੀ ਕਿ ਜਿਹੜਾ ਤੁਸੀਂ ਹੁਣੇ ਪਹਿਲੇ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ 10% ਡਿਪੋਜ਼ਿਟ ਅਸੀਂ ਦੇ ਰਹੇ ਹਾਂ ਐਜ਼ ਅ ਫਸਟ ਹੋਮ ਬਾਇਰ ਜੀ, ਤੇ ਹਜੇ ਟਾਈਟਲ ਨਹੀਂ ਹੋਇਆ, ਤੇ ਉਹ ਜੇ ਅਸੀਂ ਕੰਟਰੈਕਟ ਸਾਈਨ ਕਰਤਾ ਤੇ ਮੀਨਸ ਜਿਹੜਾ ਅੱਜ ਦੀ ਡੇਟ 'ਚ ਸਾਨੂੰ ਸਟੈਂਪ ਡਿਊਟੀ ਤੇ ਡਿਸਕਾਊਂਟ ਆ ਉਹੀ ਐਪਲੀਕੇਬਲ ਹੋਏਗਾ? ਹਾਂਜੀ, ਉਹ ਤੇ ਹੋਊਗਾ। ਹਾਂਜੀ, ਕਿਉਂਕਿ ਤੁਸੀਂ ਬੈਕ ਡੇਟ 'ਚ ਕੰਟਰੈਕਟ ਸਾਈਨ ਕਰ ਚੁੱਕੇ ਹੋ। ਓਕੇ ਓਕੇ, ਠੀਕ ਠੀਕ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਅਜੇ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਜ਼ਰੂਰ ਹੈਗਾ, ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 93560-3956-0344। ਕੁਛ ਸਵਾਲ ਨੇ ਜਿਹੜੇ ਕਾਫ਼ੀ ਦਿਨਾਂ ਤੋਂ ਮੈਨੂੰ ਲੱਗਦਾ ਕਿ ਇਹ ਵਾਲਾ ਸਵਾਲ ਅੜਿਆ ਵੀ ਸੀਗਾ ਜੀ। ਬੜੇ ਸਾਰੇ ਵੀਰ ਨੇ, ਸਾਡੇ ਭੈਣਾਂ ਨੇ, ਜਿਨ੍ਹਾਂ ਨੇ 489 ਵੀਜ਼ਾ ਪਾਇਆ, ਮਤਲਬ ਕਿ ਇਸ ਤੋਂ ਪਹਿਲਾਂ ਕਿ ਦੋਸਤੋ ਤੁਸੀਂ ਸਮਝੋ ਕਿ ਵੀਜ਼ੇ ਵਾਲਾ ਪ੍ਰੋਗਰਾਮ ਆ, ਨਹੀਂ ਆਪਾਂ ਅਕਾਊਂਟਿੰਗ ਦਾ ਪ੍ਰੋਗਰਾਮ ਕਰ ਰਹੇ ਹਾਂ। ਔਰ ਇਸ ਵਕਤ ਕਿਉਂਕਿ ਬੜੇ ਫੇਸਬੁੱਕ ਦੇ ਉੱਤੇ ਲਾਈਵ ਕਈਆਂ ਨੇ ਮੈਸੇਜ ਪਾਏ ਸੀ ਕਿਉਂਕਿ ਮੇਰੇ 7 ਬੈਂਡ ਈਚ ਆਏ ਆ ਅਤੇ ਮੈਂ ਨੈਟਵਰਕਿੰਗ ਕੀਤੀ ਆ, ਮੇਰਾ ਦਿਲ ਕੀਤਾ ਉਹਨਾਂ ਨੂੰ ਵਧਾਈ ਦੇਵਾਂ ਸਲਾਹ ਦੇਣ ਦੀ ਜਗ੍ਹਾ 7 ਬੈਂਡ ਈਚ ਸਿਟੀਜ਼ਨ ਵਾਸਤੇ ਪੱਕਾ ਜੀ ਬੰਦਾ। ਚਲੋ ਖੈਰ, ਕਿਸੇ ਵੇਲੇ ਭੁਲੇਖਾ ਪੈ ਜਾਂਦਾ। ਹਾਂਜੀ, ਸੋ 489 ਵੀਜ਼ੇ ਦੇ ਵਿੱਚ ਜਿਵੇਂ ਕਿ ਸਟੇਟ ਸਪੋਂਸਰ ਹੁੰਦੀ ਆ, ਤੇ ਬੜੀ ਵਾਰੀ ਇਸ ਤਰ੍ਹਾਂ ਹੁੰਦਾ ਕਿ ਚਲੋ ਸਾਨੂੰ ਜਾਂਦੇ ਹਾਂ ਉੱਥੇ ਟੈਕਸੀ ਦਾ ਕਿਸੇ ਨੂੰ ਕੰਮ ਮਿਲ ਜਾਂਦਾ, ਏਰੀਆਂ ਦੇ ਉੱਤੇ ਕੰਮ ਮਿਲ ਜਾਂਦਾ, ਤੇ ਉਹ ਨਹੀਂ ਪਤਾ ਲੱਗ ਪਾਉਂਦਾ ਕਿ ਮੈਂ ਘੰਟੇ ਕਿਵੇਂ ਕੈਲਕੂਲੇਟ ਕਰਨੇ, ਜਦੋਂ ਕਿ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਉੱਥੇ ਜਾ ਕੇ ਫੁੱਲ ਟਾਈਮ ਕੰਮ ਕੀਤਾ ਹੋਣਾ ਚਾਹੀਦਾ। ਉਸ ਕੇਸ ਦੇ ਵਿੱਚ ਤੁਸੀਂ ਕੀ ਹੈਲਪ ਕਰਦੇ ਹੋ, ਕਿਵੇਂ ਤੁਸੀਂ ਇਹਦੇ 'ਚੋਂ ਲੂਪ ਹੋਲ ਕੱਢ ਲੈਂਦੇ ਹੋ? ਇਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ ਦੋਸਤੋ ਕਿ 489 ਵਿੱਚ ਕਈ ਮੇਰੇ ਕੋਲ ਵੀਜ਼ੇ ਜਿਹੜੇ ਆਏ ਆ, ਜਿਹੜੇ ਜਲੌਂਗ 'ਚ ਟੈਕਸੀ ਚਲਾਉਂਦੇ ਆ, ਉਹਦਾ ਟੈਕਨੀਕਲੀ ਕੀ ਆ ਕਿ ਕੋਈ ਟੈਕਸੀ ਵਿੱਚ ਇੱਦਾਂ ਨਹੀਂ ਹੈ ਕਿ ਕੋਈ ਘੰਟੇ ਨੋਟ ਕਰਨਗੇ ਜਾਂ MPTP ਕਾਰਡ ਤੁਹਾਡਾ ਚੈੱਕ ਕਰਨਗੇ, ਤੁਹਾਡੀ ਇਨਕਮ ਇਟਸੈਲਫ ਪਰੂਫ ਕਰੂਗੀ। ਓਨ ਐਵਰੇਜ ਅਗਰ ਵੇਖੀਏ ਕਈ ਕੇਸਿਸ ਨਿਕਲੇ ਆ, ਅਤੇ ਜਿਹੜੀ ਗੌਰਮੈਂਟ ਆ 30,000-35,000 ਤੱਕ ਇੱਕ ਐਵਰੇਜ ਇਨਕਮ ਮੰਨਦੀ ਹੈ ਇੱਕ ਬੰਦੇ ਦੀ ਫੁੱਲ ਟਾਈਮ ਦੀ। ਤੁਹਾਡੀ ਐਟਲੀਸਟ 30,000-35,000 ਸਾਰੇ ਖਰਚੇ ਕੱਢਣ ਤੋਂ ਬਾਅਦ ਇਨਕਮ ਹੋਣੀ ਚਾਹੀਦੀ ਆ, ਅਤੇ ਟਰਨਓਵਰ ਉਹਦੇ ਉੱਪਰ ਜਿੰਨੀ ਹੋ ਜਾਵੇ ਉਹ ਜ਼ਿਆਦਾ ਵਧੀਆ। ਅਤੇ ਅਗਰ 30,000-35,000 ਤੁਸੀਂ ਸਾਲ ਦੀ ਇਨਕਮ ਦਿਖਾਉਂਦੇ ਹੋ, ਤਾਂ ਉਹਦੇ ਉੱਪਰ ਅਸੀਂ ਫਾਈਨੈਂਸ਼ੀਅਲਸ ਬਣਾਉਂਦੇ ਹਾਂ ਉਸ ਬੰਦੇ ਦੇ। ਉਹ ਸੋਰਟ ਆਫ 16 ਪੇਜਾਂ ਦੀ ਰਿਪੋਰਟ ਹੁੰਦੀ ਆ, ਜਿਸ 'ਚ ਉਸ ਬੰਦੇ ਬਾਰੇ ਸਾਰਾ ਦੱਸਿਆ ਜਾਂਦਾ ਵੀ ਇੰਨੀ ਤੋਂ ਇੰਨੀ ਇਨਕਮ ਹੋਈ ਆ, ਔਨ ਐਵਰੇਜ ਪਿਛਲੇ ਸਾਲ 'ਚ ਇੰਨੀ ਹੋਈ ਸੀ, ਇੰਨੇ ਖਰਚੇ ਇੰਨੇ ਹੋਏ, ਕੰਪੈਰੇਟਿਵਲੀ ਸਾਰਾ ਬਣਦਾ। ਅਗਰ ਉਹ ਚੀਜ਼ ਦਿਖਾਉਂਦੇ ਆ ਤਾਂ ਗੌਰਮੈਂਟ ਉਸ ਚੀਜ਼ ਨੂੰ ਅਪਰੂਵ ਕਰਦੀ ਆ। ਬਹੁਤ ਵਧੀਆ। ਸੋ ਮਤਲਬ ਉਹਦੇ ਨਾਲ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ? ਨਹੀਂ ਆਉਂਦੀ, ਕੋਈ ਘੰਟੇ ਨੋਟ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ, ਬਸ ਸਿਰਫ ਸਾਨੂੰ ਸੰਪਰਕ ਕਰਕੇ ਤੁਸੀਂ ਦੱਸ ਦਿਓ ਤਾਂ ਅਸੀਂ ਉਹਨਾਂ, ਕਿਉਂਕਿ ਆਮ ਤੌਰ 'ਤੇ ਮੈਂ ਕਈ ਦੇਖਦਾ ਕਈਆਂ ਨੇ ਕਾਪੀਆਂ ਲਾਈਆਂ ਨੇ, ਕੋਈ ਲੋਗ ਬੁੱਕ ਲਾ ਰਿਹਾ ਆ, ਸੋ ਬੜਾ ਕੁਛ ਆ ਜਿਹੜਾ ਨਹੀਂ, ਲੋੜ ਨਹੀਂ ਆ ਇਹਦੀ, ਕਿਉਂਕਿ ਬਿਜ਼ਨਸ ਵਿੱਚ ਇਹ ਆ ਕਿ ਔਨ ਐਵਰੇਜ ਟੈਕਨੀਕਲੀ ਤੁਸੀਂ ਆਪ ਹੀ ਦੱਸੋ, ਅਗਰ ਆਪਾਂ ਬਿਜ਼ਨਸ
ਅਗਰ ਕੋਈ ਰਨ ਕਰਦੇ ਹਾਂ, ਅਗਰ ਫੁੱਲ ਟਾਈਮ ਬੇਸਿਸ 'ਤੇ ਕਰਦੇ ਹਾਂ ਤਾਂ ਫੁੱਲ ਟਾਈਮ ਹੀ ਟਰਨਓਵਰ ਹੋਊਗੀ, ਅਗਰ ਹਾਫ ਟਾਈਮ ਕਰਦੇ ਤਾਂ ਦੋ ਦਿਨ ਕਰਦੇ ਤਾਂ ਉਹਦੀ ਇਨਕਮ ਵੀ ਥੋੜ੍ਹੀ ਹੋਊਗੀ। ਹਾਂਜੀ, ਅਤੇ ਉਹ ਚੀਜ਼ ਥੋੜ੍ਹੀ ਜਿਹੀ ਐਵਰੇਜ ਨੂੰ ਜਿਹੜੀ ਮੰਨਦੇ ਆ ਇਹ ਲੋਕ, ਉਹ ਐਵਰੇਜ ਜ਼ਰੂਰ ਬੀਟ ਕਰੋ। 063 ਤੁਸੀਂ ਆਉਂਦੇ ਹੋ ਜੀ, ਕੀ ਨਾਂ ਤੁਹਾਡਾ? ਹੈਲੋ 063, ਮਾਫ਼ੀ ਚਾਹੁੰਦੇ ਹਾਂ ਜੀ, ਤੁਹਾਡੀ ਕਾਲ ਜਿਹੜੀ ਆ ਨਹੀਂ ਮਿਲ ਸਕੀ। ਤੁਸੀਂ ਦੁਬਾਰਾ ਫਿਰ ਕਾਲ ਕਰ ਸਕਦੇ ਹੋ 93-560-344, ਕਿਉਂਕਿ ਮੈਂ ਬੜਿਆਂ ਨੂੰ ਜਾਣਦਾ ਹਾਂ ਜਿਹੜੇ ਲੌਗ ਬੁੱਕ ਬਣਾ ਰਹੇ ਨੇ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਨੇ, ਫਿਰ ਮੈਨੂੰ ਲੱਗਦਾ ਇਹਦੇ ਨਾਲੋਂ ਬਹੁਤ ਬਿਹਤਰ ਆ ਕਿ ਤੁਹਾਨੂੰ ਮਿਲਣ ਅਤੇ ਕੰਮ ਹੀ ਸੌਖਾ। ਹਾਂਜੀ, ਫਾਈਨੈਂਸ਼ੀਅਲਸ ਬਣ ਕੇ ਅਤੇ ਕੰਮ ਸਾਰਾ। ਸੋ 16 ਵਰਕਿਆਂ ਦੀ ਲਗਭਗ ਇਹ ਰਿਪੋਰਟ ਜਿਹੜੀ ਆ ਬਣਾ ਕੇ ਤੁਸੀਂ ਉਹਨਾਂ ਨੂੰ ਦਿੰਦੇ ਹੋ? ਹਾਂਜੀ, ਦਿੰਦੇ ਹਾਂ, ਅਤੇ ਉਹ ਗੌਰਮੈਂਟ ਅਪਰੂਵਡ ਕਰਦੀ ਉਸ 'ਚ। ਸੋ 063 ਦੁਬਾਰਾ ਫਿਰ ਆਏ ਨੇ ਜੀ, 063 ਤੁਸੀਂ ਆਉਂਦੇ ਹੋ, ਕੀ ਨਾਂ ਜੀ ਤੁਹਾਡਾ? ਦੇਖੋ, ਅਗਰ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਹੈ ਤਾਂ ਤੁਹਾਡਾ ਲੋਨ ਜਿਹੜਾ ਈਜ਼ੀਲੀ ਸੈਟਲ ਹੋ ਜਾਊਗਾ, ਕਿਉਂਕਿ ਨਹੀਂ ਨਹੀਂ ਬਿਜ਼ਨਸ ਲੋਨ ਹੀ ਹੋਊਗਾ, ਪਰ ਉਹ ਗਰੰਟੀ ਤੁਹਾਡੇ ਘਰ ਦੀ ਹੋਏਗੀ, ਤਾਂ ਜੋ ਈਜ਼ੀਲੀ ਤੁਹਾਨੂੰ ਲੋਨ ਜਿਹੜਾ, ਤੁਸੀਂ ਅਨਸਿਕਿਉਰਡ ਬਾਇਰ ਨਾ ਹੋ, ਤੁਸੀਂ ਸਿਕਿਉਰਡ ਬਾਇਰ ਹੋ ਜਾਓ। ਅਗੇਨ ਅਗਰ ਮੈਂ ਥੋੜ੍ਹੀ ਜਿਹੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਗਰ ਤੁਸੀਂ ਇਹ ਕੁਛ ਕਰਨ ਲੱਗੇ ਹੋ ਤਾਂ ਤੁਸੀਂ ਇੱਕ ਕੰਪਨੀ ਜ਼ਰੂਰ ਖੋਲ੍ਹ ਲਿਓ ਵਿੱਚ, ਤਾਂ ਜੋ ਕਿਸੇ ਵੀ ਲੈਵਲ ਦੇ ਉੱਪਰ ਤੁਹਾਡਾ ਬਿਜ਼ਨਸ ਅਗਰ ਜ਼ਿਆਦਾ ਵਰਸ ਹੋ ਜਾਵੇ ਜਾਂ ਕੋਈ ਪ੍ਰੋਬਲਮ ਹੋਵੇ ਤਾਂ ਉਹਦਾ ਜਿਹੜਾ ਸੇਕਾ ਉਹ ਤੁਹਾਡੇ ਘਰ ਤੱਕ ਨਾ ਪਹੁੰਚ ਸਕੇ, ਤੁਹਾਡਾ ਘਰ ਜਿਹੜਾ ਉਹ ਵਿੱਚ ਆ ਕੇ ਐਵੇਂ ਕਹਿ ਲਓ ਵੀ ਵੀ ਗਲਤੀ ਬਿਜ਼ਨਸ ਦੀ ਹੈ ਤਾਂ ਤੁਹਾਡੇ ਘਰ ਨਾ ਚੱਲ ਜਾਣ। ਇਸ ਕਰਕੇ ਮੈਂ ਹਾਂਜੀ ਕੰਪਨੀ ਬਣਾ ਸਕਦੇ ਹੋ ਤੁਸੀਂ, ਅਤੇ ਅਗਰ ਤੁਸੀਂ ਸਾਨੂੰ ਪਰਸਨਲ ਡਿਟੇਲਸ ਦੇ ਦਿਓਗੇ ਤਾਂ ਅਸੀਂ ਅਸੈਸ ਕਰਕੇ ਇਹ ਵੀ ਦੱਸ ਸਕਦੇ ਹਾਂ ਕਿ ਤੁਹਾਨੂੰ ਟਰੱਸਟ ਅਤੇ ਟਰੱਸਟਿਡ ਕੰਪਨੀ ਚਾਹੀਦੀ ਹੈ ਕਿ ਇਕੱਲੀ ਕੰਪਨੀ ਚਾਹੀਦੀ ਹੈ। ਜੀ ਜੀ ਹਾਂਜੀ, ਉਹਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਸਮਾਲ ਬਿਜ਼ਨਸ ਵਿਕਟੋਰੀਆ ਦੇ ਵਿੱਚ, ਗਵਰਨਮੈਂਟ ਦੀ ਸਾਈਟ ਹੈਗੀ ਆ, ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ। ਪਿੱਛੇ ਜੇ ਡੈਨੀਨੋਂਗ ਕੌਂਸਲ ਨੇ ਇਹ ਕਿਹਾ ਸੀ, ਡਿਕਲੇਅਰ ਕੀਤਾ ਸੀ ਕਿ ਜਿਹੜਾ ਵੀ ਡੈਨੀਨੋਂਗ ਦੇ ਏਰੀਆ ਦੇ ਵਿੱਚ ਕੋਈ ਬਿਜ਼ਨਸ ਖੋਲੂਗਾ ਅਸੀਂ ਉਹਨੂੰ 20,000 ਦੀ ਗ੍ਰਾਂਟ ਦੇਵਾਂਗੇ। ਅਤੇ ਹਾਂਜੀ, ਤੁਸੀਂ ਆਪਣੇ ਕੌਂਸਲ ਨੂੰ ਪੁੱਛ ਸਕਦੇ ਹੋ, ਸਮਾਲ ਬਿਜ਼ਨਸ ਵਿਕਟੋਰੀਆ 'ਤੇ ਵੀ ਸੰਪਰਕ ਕਰਕੇ ਗੱਲ ਕਰ ਸਕਦੇ ਹੋ। ਹਾਂਜੀ ਜੀ, ਪਰ ਉਹਦੇ ਬਾਰੇ ਮੈਂ ਕਿਹਨੂੰ ਪੁੱਛਾਂ ਜਿਹੜਾ ਕੋਈ ਹੋ ਜੇ, ਕੋਈ ਹੋਰ ਲੋਕ ਕੋਰਸ ਨਾ ਹੋਣ ਵੀ, ਜਿੱਦਾਂ ਉਹਦੇ ਬੈਕਗ੍ਰਾਉਂਡ ਕੋਈ ਖਰਾਬ ਨਾ ਹੋਣ, ਬਿਜ਼ਨਸ ਦੇ ਚੱਲਦਾ ਬਿਜ਼ਨਸ ਲੈਣ ਵਾਸਤੇ ਅਸੀਂ ਕਲਿੱਕ ਉਹਦੇ ਵਿੱਚ ਤੁਸੀਂ ਸੈਕਸ਼ਨ 52 ਦੀ ਡਿਮਾਂਡ ਕਰ ਸਕਦੇ ਹੋ, ਨੋਟ ਕਰ ਲਓ। ਉਹਨੇ ਦਿੱਤਾ ਸਾਨੂੰ, ਹਾਂਜੀ ਅਜੇ ਪੜਿਆ ਨਹੀਂ ਹੈਗਾ, ਅੱਜ ਹੀ ਭੇਜਿਆ ਉਹਨੇ। ਅੱਛਾ ਜੀ, ਹਾਂਜੀ, ਤੁਸੀਂ ਅਪੁਆਇੰਟਮੈਂਟ ਲੈ ਕੇ ਆਫਿਸ ਆ ਸਕਦੇ ਹੋ ਸਾਡੇ, ਅਸੀਂ ਉਹਨੂੰ ਅਸੈਸ ਕਰਕੇ ਤੁਹਾਨੂੰ ਇਹ ਦੱਸਣ ਯੋਗ ਹੋ ਜਾਵਾਂਗੇ ਕਿ ਬਿਜ਼ਨਸ ਸਹੀ ਹੈ ਕਿ ਗਲਤ ਹੈ। ਅੱਛਾ, ਸਿਰਫ ਸੈਕਸ਼ਨ 52 ਕਾਫੀ ਹੈ? ਹਾਂਜੀ, ਸੈਕਸ਼ਨ 52 ਕਾਫੀ ਹੈ। ਨਹੀਂ ਨਹੀਂ, ਉਹ ਦੇਖੋ ਤੁਸੀਂ ਬਿਜ਼ਨਸ ਕਰ ਲਓ, ਤੁਹਾਡੇ ਵੱਲੋਂ ਭਾਵੇਂ ਜਿੱਥੇ ਮਰਜ਼ੀ ਜਾਵੇ, ਉਹ ਤੁਹਾਡਾ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ, ਪਰ ਸੈਕਸ਼ਨ 52 ਸਾਨੂੰ ਇਸ ਕਰਕੇ ਚਾਹੀਦਾ ਕਿ ਸਾਡੇ ਨਾਲ ਕੋਈ ਸਨਿਕ ਰਾਊਂਡ ਨਾ ਕਰ ਲਏ, ਸਾਨੂੰ ਇਹ ਪ੍ਰੋਬਲਮ ਨਾ ਕਰ ਦੇ ਕਿ ਸਾਨੂੰ ਕਿਹਾ ਜਾਵੇ $1,00,000 ਕਮਾਉਂਦਾ ਤੇ ਕਮਾਉਂਦਾ ਭਾਵੇਂ 20,000 ਹੀ ਹੁੰਦਾ ਵੇ। ਬੈਟਰ ਤੁਸੀਂ ਇਹ ਚੀਜ਼ਾਂ ਜਨਰਲੀ ਡਿਸਕਸ ਨਾ ਕਰੋ, ਤੁਸੀਂ ਬੈਟਰ ਤੁਸੀਂ ਇੱਕ ਵਾਰੀ ਆਫਿਸ ਆਣ ਕੇ ਅਪਾਇੰਟਮੈਂਟ ਬਣਾ ਕੇ ਤੁਸੀਂ ਮਿਲ ਸਕਦੇ ਹੋ।
ਜੀ ਥੈਂਕ ਯੂ ਵੈਰੀ ਮਚ ਭਾਅ ਜੀ ਕਈ ਚੀਜ਼ਾਂ ਮਾਫ਼ੀ ਚਾਹੁੰਦੇ ਹਾਂ ਕਈ ਚੀਜ਼ਾਂ ਆਪਾਂ ਔਨ ਏਅਰ ਨਹੀਂ ਵੀ ਡਿਸਕਸ ਕਰ ਸਕਦੇ ਹੁੰਦੇ ਕਈ ਲੂਪ ਹੋਲਸ ਨੇ ਆਸ ਕਰਦੇ ਹਾਂ ਕਿ ਤੁਹਾਨੂੰ ਬੁਰਾ ਨਹੀਂ ਲੱਗਾ ਹੋਊਗਾ 832 ਸਾਡੇ ਨਾਲ ਨੇ ਜੀ 832 ਲਾਸਟ ਕਾਲਰ ਹੋਣਗੇ ਹਾਂਜੀ ਤੁਸੀਂ ਔਨ ਏਅਰ ਹੋ ਜੀ ਕੀ ਨਾਂ ਤੁਹਾਡਾ ਹੈਲੋ ਸਤਿ ਸ਼੍ਰੀ ਅਕਾਲ ਜੀ 832 832 9832 ਹੈਲੋ ਹਾਂਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ 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 ਬਾਈ ਜੀ ਮੈਂ ਪੁੱਛਣਾ ਸੀ ਜਿੱਦਾਂ ਲੈਂਡ ਲਈ ਆਪਣਾ 2016 ਦੇ ਵਿੱਚ ਤਾਂ ਉਹ ਸੈਟਲ ਹੋਣ ਜਾ ਹਾਂਜੀ ਹੈਲੋ ਗ੍ਰਾਂਟ ਦਾ ਪਤਾ ਕਰਨਾ ਚਾਹੁੰਦੇ ਹੋ ਤੁਹਾਨੂੰ ਮਿਲੂ ਕਿ ਨਹੀਂ ਹਾਂਜੀ ਇੱਕ ਗ੍ਰਾਂਟ ਤੇ ਇੱਕ ਜਿਹੜੀ ਸਟੈਂਪ ਡਿਊਟੀ ਕਿੰਨੀ ਪੇ ਕਰਨੀ ਪੈਣੀ ਜਿਵੇਂ 2017 ਦੇ ਵਿੱਚ ਸੈਟਲ ਹੋਣ ਜਾ ਰਹੀ ਸਟੈਂਪ ਡਿਊਟੀ ਮਤਲਬ ਕਿ 0% ਹੋਊਗੀ ਜਾਂ ਉਹਦੇ ਤੇ 40% ਪੇ ਕਰਨੀ ਪਊਗੀ ਜਦੋਂ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਤੁਹਾਨੂੰ ਇਹ ਜਿਹੜੀਆਂ ਕੈਲਕੂਲੇਸ਼ਨਸ ਹੈਗੀਆਂ ਇਹਨੂੰ ਫੋਬ ਕਹਿੰਦੇ ਆ ਜਿਹੜੀ ਫਸਟ ਹੋਮ ਗ੍ਰਾਂਟ ਮਿਲਦੀ ਜਾਂ ਸਟੈਂਪ ਡਿਊਟੀ ਦੇ ਉੱਪਰ ਤੁਹਾਨੂੰ ਜਿਹੜੀ ਕਨਸੈਸ਼ਨ ਮਿਲਦੀ ਆ ਇਹ ਤੁਸੀਂ ਜਿੰਨੇ ਵੀ ਤੁਹਾਡੇ ਕਨਵੈਂਸਰ ਹੈ ਜਿਹੜਾ ਤੁਹਾਡਾ ਲੋਨ ਕਨਵੈਂਸ ਕਰਨ ਦਿਆ ਜਿਹੜਾ ਕਨਵੈਂਸਰ ਹੈ ਤੁਹਾਡਾ ਇਹ ਉਹਦੇ ਨਾਲ ਸਵਾਲ ਕਰੋ ਉਹ ਤੁਹਾਨੂੰ ਪੂਰੀ ਕੈਲਕੂਲੇਸ਼ਨ ਕੱਢ ਕੇ ਦੇਗਾ ਕਿ ਤੁਸੀਂ ਜਿੱਦਣ ਸੈਟਲਮੈਂਟ ਹੋਣੀ ਹੈ ਤੁਹਾਡੇ ਅਕਾਊਂਟ 'ਚ ਕਿੰਨੇ ਐਕਸਟਰਾ ਪੈਸੇ ਹੋਰ ਚਾਹੀਦੇ ਆ ਤਾਂ ਜੋ ਸੈਟਲ ਹੋ ਜਾਵੇ ਜੀ ਸੋ ਬਿਹਤਰ ਇਹ ਆ ਕਿ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਕਿਉਂਕਿ ਇਹ ਦੂਜਾ ਇਹ ਜਿਹੜਾ 2016 'ਚ ਕਹਿ ਰਹੇ ਇਹਨਾਂ ਨੇ ਲਿਆ ਆ ਅਤੇ ਬਾਅਦ 'ਚ ਹੁਣ 2017 'ਚ ਸੈਟਲਮੈਂਟ ਆ ਤੁਹਾਨੂੰ ਨਹੀਂ ਲੱਗਦਾ ਵੀਰ ਜੀ ਕਿ ਉਹ ਡੇਟ 'ਤੇ ਉਹੀ ਅਕਾਊਂਟ ਹੋਣੀ ਜਦੋਂ ਇਹਨਾਂ ਨੇ ਲਿਆ ਹਾਂਜੀ ਅਤੇ ਗ੍ਰਾਂਟ ਵਾਲਾ ਕੰਮ ਤਾਂ ਨਹੀਂ ਇਹ ਗ੍ਰਾਂਟ 'ਚ ਤਾਂ ਜਿੱਦਣ 16 ਦੇ ਵਿੱਚ ਜਿਹੜੀ ਇਹਨਾਂ ਨੇ ਸਾਈਨ ਕੀਤਾ ਇਹ ਕੰਟਰੈਕਟ ਉਦਣ ਤੋਂ ਹੀ ਲਿੱਤਿਆ ਜਾਊਗਾ ਕਿਉਂਕਿ ਤੁਸੀਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਵੀ 32,000 ਦੀ ਜੋ ਗ੍ਰਾਂਟ ਸੀ ਅਤੇ ਕਈਆਂ ਨੇ ਸਾਲ ਸਾਲ ਬਾਅਦ ਵੀ ਲਿੱਤੀ ਸੀ ਉਹ ਇਹ ਦਿਖਾਇਆ ਸੀ ਕਿ 1 ਸਾਲ ਪਹਿਲੇ ਕੰਟਰੈਕਟ ਹੋਇਆ ਸੀ ਜੀ ਜੀ ਹਾਂਜੀ ਅਤੇ ਉਹ ਲੈਣ ਤਾਂ ਦੇਣ ਦੇ ਦੋਨੇ ਜਿਹਨੂੰ ਕਹਿੰਦੇ ਨਾ ਵੀ ਫਾਰਮੂਲੇ ਸੇਮ ਹੀ ਆ ਇਹਨਾਂ ਵਾਸਤੇ ਚਲੋ ਸ਼ੁਕਰੀਆ ਵੀਰੇ ਤੁਹਾਡਾ ਥੈਂਕ ਯੂ ਵੈਰੀ ਮੱਚ ਅਤੇ ਹੁਣ ਮਾਫ਼ੀ ਚਾਹੁੰਦੇ ਹਾਂ ਹੋਰ ਜਿਹੜੇ ਆਪਾਂ ਸਵਾਲ ਨਹੀਂ ਲੈ ਸਕਾਂਗੇ ਕੁਛ ਫੇਸਬੁੱਕ ਦੇ ਸਵਾਲ ਨੇ ਫਟਾਫਟ ਵੀਰ ਜੀ ਆਪਾਂ ਜਾਂਦੇ ਜਾਂਦੇ ਉਹਨਾਂ ਸਵਾਲਾਂ ਦਾ ਵੀ ਦੇ ਦਈਏ ਜਵਾਬ ਸਤਿ ਸ਼੍ਰੀ ਅਕਾਲ ਭਾਅ ਜੀ ਪ੍ਰੈਜ਼ੈਂਟ ਸੁਪਰ ਅਕਾਊਂਟ 'ਚ ਜੋ ਸੁਪਰ ਕਲੈਕਟ ਹੋਇਆ ਹੈ ਉਹਨੂੰ ਆਪਾਂ ਵਰਤ ਸਕਦੇ ਹਾਂ ਜੀ ਨਹੀਂ ਵਰਤ ਸਕਦੇ ਨਹੀਂ ਵਰਤ ਸਕਦੇ ਕੁਛ ਕੰਡੀਸ਼ਨਸ 'ਚ ਤੁਸੀਂ ਵਰਤ ਸਕਦੇ ਹੋ ਮੈਂ ਦੱਸ ਦੇਣਾ ਚਾਹੁੰਦਾ ਜੀ ਜੀ ਖੁਦਾ ਨਾ ਖਾਸਤਾ ਜੇ ਤੁਸੀਂ ਕਾਲ ਚਲਾਨਾ ਕਰਦੇ ਹੋ ਸਾਡੇ ਮਗਰ ਜਿਹੜੇ ਬੈਠੇ ਆ ਉਹ ਵੀ ਯੂਜ਼ ਕਰ ਸਕਦੇ ਆ ਜਾਂ ਤੁਸੀਂ ਇੱਕ ਟੈਂਪਰੇਰੀ ਵੀਜ਼ੇ 'ਤੇ ਹੋ ਤਾਂ ਤੁਸੀਂ ਇਹ ਕੰਟਰੀ ਫੋਰ ਐਵਰ ਵਾਸਤੇ ਛੱਡਣਾ ਚਾਹੁੰਦੇ ਹੋ ਤਾਂ ਯੂਜ਼ ਕਰ ਸਕਦੇ ਹੋ ਜਾਂ ਤੁਹਾਨੂੰ ਕੋਈ ਇਹੋ ਜਿਹੀ ਫਾਈਨੈਂਸ਼ੀਅਲ ਹਾਰਡਸ਼ਿਪ ਜਾਂ ਇਹੋ ਜਿਹੀ ਡਿਸੇਬਿਲਟੀ ਹੋ ਗਈ ਆ ਜਿਹਦੇ ਕਰਕੇ ਤੁਹਾਨੂੰ ਬੜੇ ਪੈਸੇ ਦੀ ਲੋੜ ਆ ਉਸ ਤਰੀਕੇ ਨਾਲ ਹੀ ਇਹ ਤੁਸੀਂ ਪੈਸੇ ਲੈ ਸਕਦੇ ਹੋ ਅਤੇ ਉਹ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈਗਾ ਜੀ ਇੱਕ ਭਾਅ ਜੀ ਹੋਰ ਸਾਡੇ ਲਈ ਸਵਾਲ ਆ ਕਿ ਮੈਂ ਟੈਂਪਰੇਰੀ ਰੈਜ਼ੀਡੈਂਟ ਹਾਂ ਅਤੇ ਕਹਿੰਦੇ ਨੇ ਪੁੱਛਦੇ ਨੇ ਕਿ ਮੈਂ ਜੀ ਘਰ ਲੈਣਾ ਚਾਹੁੰਦਾ ਹਾਂ ਅਤੇ ਕੀ ਪੋਸੀਬਿਲਟੀ ਆ ਦੇਖੋ ਤੁਸੀਂ ਲੈ ਸਕਦੇ ਹੋ ਪਰ ਤੁਹਾਨੂੰ ਇਹਦੇ ਵਿੱਚ ਪ੍ਰੋਪਰ ਸਟੈਂਪ ਡਿਊਟੀ ਦੇਣੀ ਪੈਣੀ ਆ ਔਰ ਤੁਹਾਨੂੰ ਇਹ ਇੱਕ ਇਨਵੈਸਟਮੈਂਟ ਪ੍ਰੋਪਰਟੀ ਦੇ ਤੌਰ 'ਤੇ ਹੀ ਯੂਜ਼ ਕਰਨਗੇ ਬੈਂਕ ਜਿਹੜਾ ਵੀ ਲੋਨ ਕਰੇਗਾ ਉਹਦੇ ਵਿੱਚ ਤੁਹਾਨੂੰ ਇਹ ਤੁਸੀਂ ਫਸਟ ਹੋਮ ਨਾ ਹੀ ਦਿਖਾਇਓ ਕਿਉਂਕਿ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਫਿਊਚਰ 'ਚ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੁੰਦੇ ਹੋ ਅਤੇ ਜੇ ਕੋਈ ਰਿਬੇਟ ਹੋਈ ਤਾਂ ਤੁਹਾਨੂੰ ਮਿਲਣੀ ਨਹੀਂ ਆ ਇਸ ਤੋਂ ਚੰਗਾ ਕਿ ਤੁਸੀਂ ਇੱਕ ਐਜ਼ ਏ ਇਨਵੈਸਟਮੈਂਟ ਪ੍ਰੋਪਰਟੀ ਹੀ ਸ਼ੋਅ ਕਰਕੇ ਲੈ ਲਓ ਜੀ ਬਹੁਤ ਬਹੁਤ ਸ਼ੁਕਰੀਆ ਪਰਮਪ੍ਰੀਤ ਸਿੰਘ ਰਾਜਪੂਤ ਜੀ ਤੁਹਾਡਾ ਅਤੇ ਦੋਸਤੋ ਤੁਹਾਡੇ ਕੋਈ ਵੀ ਸਵਾਲ ਨੇ ਕਿਸੇ ਵੀ ਕਿਸਮ ਦੇ ਅਕਾਊਂਟਿੰਗ ਦੇ ਨਾਲ ਰਿਲੇਟਡ ਅਤੇ ਤੁਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਆ ਡਾਊਨਲੋਡ ਕਰ ਸਕਦੇ ਹੋ KPG ਸੋ KPG ਇਹਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰੋ ਅਤੇ ਬਹੁਤ ਈਜ਼ੀ ਆ ਘਰ ਬੈਠੇ ਤੁਹਾਡੇ ਨਾਲ ਸੰਪਰਕ ਬਣਾਉਣਗੇ ਉਸ ਐਪਲੀਕੇਸ਼ਨ ਦੇ ਜ਼ਰੀਏ ਜਾਂ ਫਿਰ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਸਕਦੇ ਹੋ ਜੀ 1300 574 829 1300 574 8 2 9 ਸੋ ਬਹੁਤ ਸਾਰੇ ਮਸਲਿਆਂ ਦੇ ਵਿੱਚ ਤੁਹਾਡੀ ਜਿਹੜੀ ਮਦਦ ਕਰ ਸਕਦੇ ਨੇ ਟੈਕਸ ਅਕਾਊਂਟੈਂਟ ਦੇ ਤੌਰ ਦੇ ਉੱਤੇ ਵੈਸੇ ਹੈੱਡ ਆਫਿਸ ਜਿਹੜਾ ਆ ਇਹਨਾਂ ਦਾ ਡੈਨੀਨੋਂਗ ਦੇ ਵਿੱਚ ਆ ਤੁਸੀਂ ਡੈਨੀਨੋਂਗ ਜਾ ਕੇ ਵੀ ਜਿਹੜਾ ਇਹਨਾਂ ਨੂੰ ਮਿਲ ਸਕਦੇ ਹੋ ਬਹੁਤ ਈਜ਼ੀ ਗੋ ਆ ਜੀ ਸੋ ਤੁਸੀਂ ਕਾਲ ਵੀ ਕਰ ਸਕਦੇ ਹੋ ਮੋਬਾਈਲ ਨੰਬਰ ਇਹਨਾਂ ਦਾ 0431-716-401 ਸੋ 0431-716-401 ਸੋ ਕੋਸ਼ਿਸ਼ ਕਰੋ ਅਪੁਆਇੰਟਮੈਂਟ ਬਣਾ ਕੇ ਜਾਇਓ ਬਿਜ਼ੀ ਰਹਿੰਦੇ ਆ ਪਰ ਇੱਕ ਕਾਫੀ ਜ਼ਿਆਦਾ ਇਹਨਾਂ ਕੋਲ ਸਟਾਫ ਆ ਸੋ ਲੁੱਕ ਆਫਟਰ ਵਧੀਆ ਕਰਦੇ ਆ ਜ਼ਰੂਰ ਫੀਡਬੈਕ ਦਿਓ ਜਦੋਂ ਵੀ ਮਿਲ ਕੇ ਆਇਓ ਤੁਸੀਂ ਕੁਛ ਕਹਿਣਾ ਚਾਹੋਗੇ ਜਾਣੇ ਜਾਂਦੇ ਇਹੀ ਆ ਜੀ ਕਿ ਆਪਣਾ ਟੈਕਸ ਸੀਜ਼ਨ ਸ਼ੁਰੂ ਹੋਣ ਵਾਲਾ ਅਤੇ ਤੁਸੀਂ ਆਪਣੇ ਲਈ ਪ੍ਰੋਪਰਲੀ ਡਿਡਕਸ਼ਨਸ ਹੋਣੀਆਂ ਪਲੈਨ ਸ਼ੁਰੂ ਕਰ ਦਿਓ ਕਿ ਪਲੈਨਸ ਵਿੱਚ ਕਿ ਜੇ ਕੋਈ ਗੱਡੀ ਲੈਣ ਵਾਲੀ ਆ ਅਤੇ ਆਪਣਾ ਇਨਕਮ ਜਿਹੜਾ ਅਸੀਂ ਯੂਜ਼ਲੀ ਕੀ ਕਰਦੇ ਹਾਂ ਕਿ ਜਿੱਦਾਂ ਬਿਜ਼ਨਸ ਦੀ GST ਵੇਖਦੇ ਹਾਂ ਹੁਣ 3 GST ਹੋ ਚੁੱਕੀਆਂ ਅਤੇ ਸਾਨੂੰ
ਕਲੀਅਰ ਕੱਟ ਪਿਕਚਰ ਦਿਖ ਚੁੱਕੀ ਆ ਅਤੇ ਅਸੀਂ ਪਲੈਨ ਕਰਨਾ ਸ਼ੁਰੂ ਕਰ ਦਈਦਾ ਕਿ ਨਹੀਂ ਤੁਸੀਂ ਹੁਣ ਗੱਡੀ ਦਾ ਟਾਈਮ ਹੋ ਗਿਆ ਜਾਂ ਤੁਹਾਡੀ ਕਾਰ ਦਾ ਟਾਈਮ ਹੋ ਗਿਆ ਜਾਂ ਤੁਹਾਡੇ ਇੱਕ ਘਰ ਦਾ ਟਾਈਮ ਹੋ ਗਿਆ ਤੁਸੀਂ ਇਹ ਲੈ ਲਓ ਤਾਂ ਜੋ ਤੁਹਾਨੂੰ ਟੈਕਸ ਜਿਹੜਾ ਬਚ ਜਾਵੇ। ਤੁਸੀਂ ਆਪਣੀ ਪਲੈਨਿੰਗ ਪ੍ਰੋਪਰਲੀ ਕਰੋ, ਉਹਦੀਆਂ ਰਸੀਦਾਂ ਪ੍ਰੋਪਰਲੀ ਨੱਕੀ ਕਰਕੇ ਰੱਖੋ ਤਾਂ ਜੋ ਜੋ ਤੁਸੀਂ ਅਕਾਊਂਟੈਂਟ ਕੋਲ ਜਾਓ ਅਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਪ੍ਰੋਬਲਮ ਨਾ ਆਵੇ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਮਪ੍ਰੀਤ ਸਿੰਘ ਜੀ। ਥੈਂਕ ਯੂ ਜੀ। You are listening to the only 24/7 on-air Indian radio on 1674 AM. Radio Hanji. Apne vartna di khushbu pardeshan ch kariye sanji. Sunde raho Radio Hanji. Hanji.